ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਗੁਰ ਹਿਰਦਾਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬੀਤਿਓ ਫਾਗਨ ਚੇਤ ਜਬ ਨਿਕਟ ਮੇਖ ਸੰਕ੍ਰਾਂਤ ਦਰਸ਼ਨ ਪਰਸਨ ਗੁਰੂ ਕੇ
ਗਨ ਸੰਗਤ ਉਮਡਾਤ ਬੀਤਿਓ ਫਾਗਨ ਚੇਤ ਜਬ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਟਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਸੁਖਨਾ ਅਬਲੂ ਦੇ ਇਸ ਪਾਵਨ ਪਵਿੱਤਰ ਮੁੱਖ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਇਹਨਾਂ ਗੁਰਮਤਿ ਸਮਾਗਮਾਂ ਦੇ ਅੰਦਰ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ ਆਪ ਜੀ ਨੇ ਜਿੱਥੇ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਕਾ ਜਸ ਸਰਵਣ ਕਰਕੇ ਆਨੰਦ ਮਾਣਿਆ ਉੱਥੇ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਦਾ ਪ੍ਰਸੰਗ ਜੋ ਆਰੰਭ ਹੋ ਰਿਹਾ ਹੈ ਬਹੁਤ ਹੀ ਰਸਦਾਇਕ ਕਥਾ ਹੈ। ਮੈਂ ਪਹਿਲਾਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਸਮਾਂ ਵੀ ਬੜਾ ਸੰਕੋਚਮਾਂ ਹੈ ਔਰ ਪ੍ਰਸੰਗ ਦੀ ਕਥਾ ਵੀ ਸੰਪੂਰਨ ਕਰਨੀ ਹੈ। ਇਸ ਲਈ ਆਪ ਸੰਗਤਾਂ ਪੂਰੀ ਪੂਰੀ ਇਕਾਗਰਤਾ ਬਣਾ ਕੇ ਰੱਖੋ ਔਰ ਦਸਮ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਆਪਾਂ ਸਤਿਗੁਰੂ ਜੀ ਦੇ ਇਹਨਾਂ ਪਾਵਨ ਪਵਿੱਤਰ ਗੁਰ ਇਤਿਹਾਸਾਂ ਦੀ ਕਥਾ ਸਰਵਣ ਕਰਨੀ ਹੈ। ਕੱਲ੍ਹ ਦੇ ਪ੍ਰਸੰਗ ਵਿੱਚ ਕਬੀਰ ਸਾਹਿਬ ਜੀ ਦੇ ਸੰਸਾਰ ਦੇ ਅੰਦਰ ਜੋ ਉਹਨਾਂ ਦਾ ਪ੍ਰਤਾਪ ਜੋ ਉਹਨਾਂ ਦੀ ਮਹਿਮਾ ਜੋ ਉਹਨਾਂ ਦਾ ਸਨਮਾਨ ਹੋਇਆ ਉਹ ਸੰਗਤਾਂ ਨੇ ਕਥਾ ਨਗਰ ਮੱਲਾਂ ਵਾਲਾ ਵਿਖੇ ਸਰਵਣ ਕੀਤੀ ਸੀ ਕਿ ਦੁਨੀਆਂ ਦੇ ਬਾਦਸ਼ਾਹ ਸੰਸਾਰ ਉੱਤੇ ਬੜੇ ਹੋਏ ਹੋ ਵੀ ਸਕਦੇ ਹਨ ਪਰ ਭਗਤਾਂ ਦਾ ਇੰਨਾ ਵੱਡਾ ਸਨਮਾਨ ਹੈ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਦਸਮ ਪਿਤਾ ਜੀ ਨੇ ਸਿੱਖਾਂ ਨੂੰ ਪੁੱਛਿਆ ਸੀ ਕਿ ਕਬੀਰ ਸਾਹਿਬ ਜੀ ਦੇ ਸਮੇਂ ਰਾਜਾ ਕੌਣ ਹੋਇਆ ਕੋਈ ਸਹੀ ਨਾਂ ਨਹੀਂ ਦੱਸ ਸਕਿਆ ਸੀ। ਫਿਰ ਮਹਾਰਾਜ ਕਹਿੰਦੇ ਭਗਤ ਕਬੀਰ ਦਾ ਨਾਮ ਸੁਣਿਆ ਕਹਿੰਦੇ ਜੀ ਸਾਰੇ ਹੀ ਜਾਣਦੇ ਹਾਂ। ਮਹਾਰਾਜ ਕਹਿੰਦੇ ਭਾਈ ਇਕੱਲੇ ਕਬੀਰ ਜੀ ਨੂੰ ਨਹੀਂ ਉਹਨਾਂ ਦੇ ਪੁੱਤਰ ਨੂੰ ਵੀ ਉਹਨਾਂ ਦੀ ਪੁੱਤਰੀ ਨੂੰ ਵੀ ਉਹਨਾਂ ਦੀ ਧਰਮ ਸੁਪਤਨੀ ਦਾ ਨਾਮ ਵੀ ਸਾਰਾ ਸੰਸਾਰ ਜਾਣਦਾ ਕਿ ਕਬੀਰ ਜੀ ਦਾ ਪੁੱਤਰ ਕਮਾਲਾ ਹੋਇਆ ਪੁੱਤਰੀ ਕਮਾਲੀ ਹੋਈ ਉਹਨਾਂ ਦੀ ਅਰਧਾਂਗਨੀ ਧਰਮ ਸੁਪਤਨੀ ਮਾਤਾ ਲੋਈ ਹੋਈ ਹੈ। ਮਹਾਰਾਜ ਕਹਿੰਦੇ ਭਾਈ ਉਦੋਂ ਸਿਕੰਦਰ ਲੋਧੀ ਬਾਦਸ਼ਾਹ ਦਾ ਰਾਜ ਸੀ ਜਦੋਂ ਕਬੀਰ ਸਾਹਿਬ ਇਸ ਮਾਤ ਲੋਕ ਤੇ ਹੋਏ ਹੈ ਪਰ ਸਿਕੰਦਰ ਲੋਧੀ ਨੂੰ ਕੋਈ ਵਿਰਲਾ ਹੀ ਜਾਣਦਾ ਕਬੀਰ ਸਾਹਿਬ ਨੂੰ ਸਾਰਾ ਸੰਸਾਰ ਜਾਣਦਾ।
ਇਹ ਨਾਮ ਦੀ ਵਡਿਆਈ ਹੈ, ਨਾਮ ਦਾ ਹੀ ਪ੍ਰਤਾਪ ਹੈ। ਨਾਮ ਕਰਕੇ ਦੁਨੀਆਂ ਵਿੱਚ ਮਨੁੱਖ ਸਦਾ ਲਈ ਅਮਰ ਹੋ ਜਾਂਦਾ। ਨਾਉ ਪੂਜੀਐ ਨਾਉ ਧਿਆਈਐ। ਵਾਹਿਗੁਰੂ ਦਾ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਪੂਜਾ ਹੋਈ, ਉਹਨਾਂ ਨੂੰ ਦੁਨੀਆਂ ਯਾਦ ਰੱਖਦੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਸਮੇਂ ਦਾ ਜੋ ਸਿਕੰਦਰ ਬਾਦਸ਼ਾਹ ਸੀ, ਸਿਕੰਦਰ ਲੋਧੀ, ਉਸ ਨੇ ਕਬੀਰ ਸਾਹਿਬ ਨੂੰ ਹਾਥੀ ਅੱਗੇ ਸੰਗਲਾਂ ਨਾਲ ਬੰਨ ਕੇ ਸੁੱਟ ਦਿੱਤਾ। ਕਬੀਰ ਸਾਹਿਬ ਤੋਂ ਈਨ ਮਨਾਉਣ ਵਾਸਤੇ, ਪਰ ਕਬੀਰ ਸਾਹਿਬ ਦੀ ਇਹ ਅਜ਼ਮਤ ਤੇ ਸ਼ਕਤੀ ਜਦੋਂ ਸਿਕੰਦਰ ਲੋਧੀ ਨੇ ਵੇਖੀ, ਕੁੰਚਰ ਪੋਟ ਲੈ ਲੈ ਨਮਸਕਾਰ, ਬੁੱਢੀ ਨਹੀਂ ਕਾਜੀ ਅੰਧਿਆਰਾ। ਭਾਵੇਂ ਕਿ ਹਾਥੀ ਨੂੰ ਸ਼ਰਾਬ ਪਿਆ ਕੇ ਕਬੀਰ ਸਾਹਿਬ ਨੂੰ ਮਾਰਨ ਲਈ ਸਿਖਾਇਆ ਗਿਆ ਸੀ, ਪਰ ਕਬੀਰ ਸਾਹਿਬ ਨੂੰ ਜਦੋਂ ਹਾਥੀ ਦੇ ਸਾਹਮਣੇ ਸੰਗਲਾਂ ਨਾਲ ਬੰਨ ਕੇ ਸਿੱਟਿਆ ਗਿਆ, ਉਲਟਾ ਹਾਥੀ ਕਬੀਰ ਸਾਹਿਬ ਨੂੰ ਨਮਸਕਾਰਾਂ ਕਰਨ ਲੱਗ ਪਿਆ। ਗੋਡਣੀਆਂ ਭਾਰ ਹੋ ਕੇ ਕਬੀਰ ਸਾਹਿਬ ਨੂੰ ਮੱਥਾ ਟੇਕਿਆ ਹਾਥੀ ਨੇ। ਇਹ ਭੁਜਾ ਬਾਂਧ ਭਿਲਾ ਕਰ ਡਾਰਿਓ, ਇਹ ਸਾਰਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ ਕਿ ਕਬੀਰ ਜੀ ਦੀ ਇਹ ਕਰਾਮਾਤ ਦੇਖ ਕੇ ਸਿਕੰਦਰ ਲੋਧੀ ਨੂੰ ਵੀ ਮੱਥਾ ਟੇਕਣਾ ਪਿਆ, ਸਮੇਂ ਦਾ ਹਾਕਮ ਵੀ ਝੁਕਿਆ। ਸੋ ਸਾਧ ਸੰਗਤ ਜੀ, ਉਸੇ ਕਬੀਰ ਸਾਹਿਬ ਜੀ ਦੀ ਅਗਲੀ ਕਥਾ ਹੈ ਕਿ ਗੁਰੂ ਘਰ ਵਿੱਚ ਕਬੀਰ ਸਾਹਿਬ ਤੇ ਉਹਨਾਂ ਦੀ ਧਰਮ ਸੁਪਤਨੀ ਮਾਤਾ ਨੇ ਸਿੱਖਣੀ ਬਣ ਕੇ, ਕਬੀਰ ਸਾਹਿਬ ਨੇ ਸਿੱਖ ਬਣ ਕੇ ਜਨਮ ਲਿਆ ਔਰ ਦਸਮ ਪਿਤਾ ਜੀ ਦੇ ਦਰਸ਼ਨ ਕਰਨ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਹਨ। ਆਪ ਸੁਣੋ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਕਥਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬੀਤਿਓ ਫੱਗਣ ਚੇਤ ਜਾਬ। ਇਹ ਦੋ ਮਹੀਨੇ ਫੱਗਣ ਔਰ ਚੇਤ, ਇਹ ਬਸੰਤ ਰੁੱਤ ਨਾਲ ਹੀ ਸੰਬੰਧਿਤ ਹਨ। ਜਦੋਂ ਫੱਗਣ ਅਤੇ ਚੇਤ ਦਾ ਮਹੀਨਾ ਬੀਤ ਗਿਆ, ਨਿਕਟ ਮੇਕ ਸੰਕ੍ਰਾਂਤ, ਨੇੜੇ ਵਿਸਾਖੀ ਦੀ ਸੰਗਰਾਂਦ, ਵਿਸਾਖੀ ਦਾ ਦਿਹਾੜਾ ਜਦੋਂ ਆਉਂਦਾ ਵੇਖਿਆ ਸੰਗਤਾਂ ਨੇ, ਦਰਸ਼ਨ ਪਰਸ਼ਨ ਗੁਰੂ ਕੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਵਾਸਤੇ, ਗਨ ਸੰਗਤ ਉਮਡਾਤ, ਬਹੁਤ ਸੰਗਤਾਂ ਉਤਸ਼ਾਹ ਦੇ ਨਾਲ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆ ਰਹੀਆਂ ਹਨ। ਚੌਪਈ ਦਿਨ ਪ੍ਰਤ ਜਸ ਪਰਸਹਿ ਜਗ ਜਿਉਂ ਜਿਉਂ, ਸਾਰੇ ਸੰਸਾਰ ਵਿੱਚ ਗੁਰੂ ਸਾਹਿਬ ਜੀ ਦਾ ਦਿਨ ਬ ਦਿਨ ਜਸ ਬਹੁਤ ਫੈਲਿਆ ਹੋਇਆ ਹੈ। ਮੇਲਾ ਅਦਕ ਮਿਲਤ ਹੈ ਤਿਉਂ ਤਿਉਂ, ਅਨੰਦਪੁਰ ਸਾਹਿਬ ਦੇ ਵਿੱਚ ਮੇਲਾ ਹੋਰ ਤੋਂ ਹੋਰ ਵੱਧ ਤੋਂ ਵੱਧ ਭਰੀ ਜਾਂਦਾ, ਇੰਨੀ ਸੰਗਤ ਆ ਰਹੀ ਹੈ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ। ਚੌਂ ਦਿਸ ਤੇ ਸੰਗਤ ਚਹਿ ਐਸੇ, ਚਾਰੇ ਦਿਸ਼ਾਵਾਂ ਵਿੱਚੋਂ ਸੰਗਤ ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੁੰਦੀਆਂ ਹਨ ਅਤੇ ਆ ਰਹੀਆਂ ਹਨ। ਗਨ ਚਕੋਰ ਸਸ ਪ੍ਰੇਮੀ ਜੈਸੇ, ਜਿਵੇਂ ਚਕੋਰਾਂ ਚੰਦਰਮਾ ਵੱਲ ਨੂੰ ਖਿੱਚੀਆਂ ਜਾਂਦੀਆਂ, ਇਉਂ ਸਤਿਗੁਰੂ ਜੀ ਦੇ
ਦਰਸ਼ਨਾਂ ਵਾਸਤੇ ਚਕੋਰਾਂ ਦੀ ਨਿਆਈ ਸੰਗਤ ਤੁਰੀ ਆਉਂਦੀ ਹੈ। ਜਨ ਕਨ ਕਟਾ ਕੋਖ ਕਹੋ ਚਾਹਤ, ਮਾਨੋ ਕਹਿੰਦੇ ਬੱਦਲ ਦੀਆਂ ਜਿਹੜੀਆਂ ਗਾੜੀਆਂ ਘਟਾਵਾਂ ਹਨ ਅਤੇ ਬੱਦਲ ਦੀਆਂ ਕੋਖ ਗਰਜਾਂ ਜਿਹੜੀਆਂ ਹਨ, ਜਿਵੇਂ ਉਹਨਾਂ ਗੱਜ ਦੇ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਦੇ ਵਿੱਚ ਜਿਹੜੀਆਂ ਗਰਜਾਂ ਹਨ ਜਦੋਂ ਬੱਦਲ ਗਰਜਦਾ ਹੈ। ਦਾਸ ਕਲਾਪ ਕਲਾਪ ਉਹ ਮਾਹਤ, ਉਹ ਸਮੇਂ ਜਿਹੜਾ ਕਲਾਪ ਹੁੰਦਾ ਨਾ, ਕਲਾਪੀ ਤੋਂ ਭਾਵ ਮੋਰ, ਮੋਰ ਜਿਹੜਾ ਹੈ ਉਹ ਸਮੇਂ ਫਿਰ ਕਾਲੀਆਂ ਘਟਾਵਾਂ ਚੜੀਆਂ ਤੋਂ ਬੱਦਲਾਂ ਦੀਆਂ ਗਰਜਾਂ ਸੁਣ ਸੁਣ ਕੇ ਮੋਰ ਪਹਿਲਾਂ ਪਾ ਪਾ ਕੇ ਪ੍ਰਸੰਨ ਹੁੰਦਾ। ਇਉਂ ਸਾਰੇ ਦਾਸ ਕਲਾਪ ਸਾਰੇ ਸਿੱਖ ਮੋਰ ਮੋਰ ਦੀ ਨਿਆਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਬੜੇ ਉਤਸ਼ਾਹ ਬੜੀ ਪ੍ਰਸੰਨਤਾ ਵਿੱਚ ਮਸਤ ਹੋਏ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਚਾਹੁੰਦੇ ਹਨ। ਬੰਦ ਟੋਲ ਪਰ ਟੋਲ ਵਿਸਾਲੇ, ਜਥਿਆਂ ਦੇ ਜਥੇ ਬੰਨ ਕੇ ਭਾਵ ਵੱਖ ਵੱਖ ਇਲਾਕਿਆਂ ਵਿੱਚੋਂ ਸੰਗਤਾਂ ਜਥੇ ਬਣਾ ਬਣਾ ਕੇ, ਟੋਲੇ ਤੋਂ ਭਾਵ ਹੁੰਦਾ ਜਥੇ ਬਣਾ ਬਣਾ ਕੇ, ਕਿਉਂ ਪੁਰਾਣੇ ਸਮਿਆਂ ਵਿੱਚ ਇਕੱਲਾ ਦਕੱਲਾ ਲੰਮੇ ਪੰਧ ਲਈ ਨਹੀਂ ਤੁਰਿਆ ਕਰਦਾ ਸੀ, ਸੰਗਤਾਂ ਬਹੁਤ ਸੰਗਤ ਨੂੰ ਨਾਲ ਲੈ ਕੇ ਇੱਕ ਇੱਕ ਜਥਾ ਬਣਾ ਕੇ ਤੁਰਦੀਆਂ ਸਨ। ਇਉਂ ਵੱਖ ਵੱਖ ਦਿਸ਼ਾਵਾਂ ਤੋਂ ਸੰਗਤਾਂ ਜਥਿਆਂ ਦੇ ਰੂਪ ਲੈ ਕੇ ਨਾਲ ਤੁਰੀਆਂ ਜਾ ਰਹੀਆਂ ਹਨ। ਚੱਲੇ ਪੰਥ ਮਿਲ ਮਿਲ ਸਿੱਖ ਜਾਲੇ, ਸਾਰੇ ਸਿੱਖ ਆਨੰਦਪੁਰ ਸਾਹਿਬ ਦੇ ਰਸਤਿਆਂ ਨੂੰ ਮਿਲ ਮਿਲ ਕੇ ਤੁਰੇ ਜਾਂਦੇ ਆ, ਜਿਵੇਂ ਆਪਾਂ ਹੁਣ ਹੋਲੇ ਮਹੱਲੇ ਤੇ ਜਾ ਕੇ ਆਏ ਹਾਂ। ਗਾਵੇ ਸ਼ਬਦ ਪ੍ਰੇਮ ਰੰਗ ਰਾਤੇ, ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਸਿੱਖ ਜੋਟੀਆਂ ਨਾਲ ਸ਼ਬਦ ਪੜ੍ਹਦੇ ਜਾਂਦੇ ਆ ਉੱਚੀ ਉੱਚੀ, ਪ੍ਰੇਮ ਦੇ ਨਾਲ ਪੈਦਲ ਨਾਲ ਤੁਰਦੇ ਆ, ਨਾਲ ਸ਼ਬਦਾਂ ਦਾ ਕੀਰਤਨ ਕਰਦੇ ਜਾਂਦੇ ਹਨ। ਭਾਉ ਪਰਸਪਰ ਕਰ ਹਰ ਖਾਤੇ, ਬਹੁਤਾ ਪ੍ਰੇਮ ਕਰਕੇ ਇੱਕ ਦੂਜੇ ਨਾਲ ਆਪਸ ਵਿੱਚ ਵੀ ਬੜੇ ਪ੍ਰਸੰਨ ਹੁੰਦੇ ਆ, ਇੱਕ ਦੂਜੇ ਨਾਲ ਖੁਸ਼ ਹੋ ਕੇ ਮਿਲਦੇ ਆਪਸ ਮੈਂ ਸੇਵਾ ਅਨੁਰਾਗੀ, ਇੱਕ ਦੂਜੇ ਦੇ ਪ੍ਰੇਮੀ ਬਣ ਕੇ ਇੱਕ ਦੂਜੇ ਦੀ ਰਸਤੇ ਵਿੱਚ ਸੇਵਾ ਵੀ ਕਰਦੇ ਆ। ਇਹ ਸੰਗਤਾਂ ਵਿੱਚ ਪ੍ਰੇਮ ਸੀ, ਉਤਸ਼ਾਹ ਸੀ, ਪਿਆਰ ਸੀ ਕਿ ਸੰਗਤਾਂ ਇੱਕ ਦੂਜੇ ਨੂੰ ਵੇਖ ਕੇ ਪ੍ਰਸੰਨ ਹੁੰਦੀਆਂ ਤੇ ਇੱਕ ਦੂਜੇ ਦੇ ਨਾਲ ਪ੍ਰੇਮ ਕਰਕੇ ਸੇਵਾ ਵੀ ਕਰਦੀਆਂ। ਗੁਰ ਕੀ ਭਗਤ ਅਧਿਕ ਚਿੱਤ ਜਾਗੀ, ਗੁਰੂ ਸਾਹਿਬ ਜੀ ਦੀ ਪ੍ਰੇਮਾ ਭਗਤੀ ਬਹੁਤੀ ਚਿੱਤ ਵਿੱਚ ਜਾਗੀ ਹੋਈ ਹੈ। ਨਈ ਰੀਤ ਤਰ ਸ਼ੁਭ ਮਤ ਮਤੇ, ਇਉਂ ਸਾਰੇ ਸਿੱਖ ਗੁਰੂ ਸਾਹਿਬ ਜੀ ਨੇ ਜੋ ਗੁਰਸਿੱਖੀ ਦਾ ਮਾਰਗ ਚਲਾਇਆ, ਭਾਉ ਭਗਤੀ ਗੁਰਸਿੱਖੀ ਦਾ, ਉਸ ਮਰਜ਼ਾਦਾ ਨੂੰ ਧਾਰਨ ਕਰਕੇ ਸ੍ਰੇਸ਼ਟ ਗੁਰਮਤ ਦੀ ਸਿੱਖੀ ਨੂੰ ਧਾਰਨ ਕਰਨ ਵਾਲੇ ਸਿੱਖ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਮਸਤ ਹੋਏ, ਸਿੱਖੀ ਵਿੱਚ ਮਸਤ ਹੋਏ, ਪ੍ਰੇਮ ਵਿੱਚ ਭਿੱਜੇ ਹੋਏ ਦਰਸ਼ਨ ਕਰਨ ਜਾ ਰਹੇ ਹਨ। ਵਾਹਿਗੁਰੂ ਜੀ ਜੀ ਕੀ ਕਹਿ ਫਤਿਹ, ਵਾਹਿਗੁਰੂ ਜੀ ਕੀ ਕਹਿ ਫਤਿਹ। ਮਹਾਰਾਜ ਜੀ ਨੇ ਬਚਨ ਕੀਤਾ ਨਾ ਜਦੋਂ ਅੰਮ੍ਰਿਤ ਛਕਾਇਆ ਖਾਲਸੇ ਨੂੰ ਕਿ ਭਾਈ ਅੱਜ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌ ਗੁਰੂ ਸਾਹਿਬਾਨਾਂ ਤੱਕ ਸਿੱਖ ਇਹ ਸ਼ਬਦ ਵਰਤਿਆ ਕਰਦੇ ਸਨ, ਗੁਰਮੁਖ ਜੀ ਪੈਰੀ ਪਹਿਨੇ ਆ, ਅੱਗੋਂ ਵੀ ਸਿੱਖ ਨੇ ਜਵਾਬ ਦੇਣਾ ਪੈਰੀ ਪਹਿਨੇ ਆ ਜੀ, ਚਰਨੀ ਲੱਗਦੇ ਆ।
ਪਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਬਚਨ ਕਰਤਾ, ਜਦੋਂ ਗੁਰਸਿੱਖ ਮਾਈ ਭਾਈ ਇੱਕ ਦੂਜੇ ਨੂੰ ਮਿਲਣ ਤਾਂ ਬੜੇ ਪ੍ਰੇਮ ਨਾਲ ਗੁਰਸਿੱਖ ਮਾਈ ਭਾਈ ਦੇ ਸਤਿਕਾਰ ਲਈ ਇੱਕ ਦੂਜਾ ਮਿਲ ਕੇ ਆਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾਉਣਾ ਕਰੇ। ਇਉਂ ਗੁਰਸਿੱਖੀ ਦੀ ਨਵੀਂ ਜੋ ਰੀਤ ਸ਼ੁਭ ਰੀਤੀ ਗੁਰਸਿੱਖੀ ਦੀ ਸਤਿਗੁਰੂ ਜੀ ਨੇ ਤੋਰੀ ਹੈ, ਉਸ ਤੇ ਚੱਲਦੇ ਹੋਏ ਸਿੱਖ ਇੱਕ ਦੂਜੇ ਨੂੰ ਫਤਿਹ ਬੁਲਾਉਂਦੇ ਆ। ਜੁਗਮ ਸਮੇਂ ਕੰਗਾ ਕਰ ਲੈਣਾ, ਦੋਨੋਂ ਸਮੇਂ ਸਿੱਖ ਗੁਰੂ ਕੇ ਮਾਈ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੇਸਾਂ ਵਿੱਚ ਕੰਘਾ ਫੇਰਦੇ ਆ, ਸ਼ਾਮ ਨੂੰ ਫੇਰ ਕੰਘਾ ਕਰਕੇ ਦਸਤਾਰ ਸਜਾਉਂਦੇ ਆ। ਭਾਈ ਨੰਦ ਲਾਲ ਜੀ ਦਾ ਕਥਨ ਹੈ, ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਧ ਈ ਦਾਤਣ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਹਰ ਗੁਰਸਿੱਖ ਮਾਈ ਭਾਈ ਨੂੰ ਦੋ ਵਕਤ ਕੰਘਾ ਕਰਨਾ ਚਾਹੀਦਾ ਕੇਸਾਂ ਵਿੱਚ, ਚਿਣ ਚਿਣ ਕੇ ਦਸਤਾਰ ਸਜਾਉਣੀ, ਦਾਤਨ ਕੁਰਲਾ ਚੰਗੀ ਤਰ੍ਹਾਂ ਕਰਕੇ ਫੇਰ ਇਸ਼ਨਾਨ ਕਰਨਾ। ਜਿਹੜਾ ਇਹ ਰਹਿਣੀ ਰੱਖਦਾ ਭਾਈ ਉਹਨੂੰ ਕਦੇ ਕੋਈ ਦੁੱਖ ਪਾਪ ਨਹੀਂ ਲੱਗਦਾ ਹੈ। ਇਸ ਕਰਕੇ ਦੋਨੋਂ ਵਕਤ ਗੁਰਸਿੱਖ ਕੰਘਾ ਵੀ ਕੇਸਾਂ ਵਿੱਚ ਪ੍ਰੇਮ ਨਾਲ ਕਰਦੇ ਹੈ, ਬੜੀ ਸਾਫ ਸਫਾਈ ਰੱਖਦੇ ਹੈ, ਸੁੰਦਰ ਦਸਤਾਰੇ ਸਜਾਉਂਦੇ ਹੈ। ਹੋਏ ਸੁਚੇਤ ਸ਼ਬਦ ਮਨ ਦੇਣਾ, ਫਿਰ ਸੁਚੇਤ ਹੋ ਕੇ ਐਨ ਤਿਆਰ ਬਰਤਿਆਰ ਇਕਾਗਰ ਚਿਤ ਹੋ ਕੇ ਦੋਨੋਂ ਸਮੇਂ ਗੁਰਸਿੱਖ ਸੰਗਤਾਂ ਬਾਣੀ ਦਾ ਨਿਤਨੇਮ ਕਰਦੀਆਂ ਅਤੇ ਨਾਮ ਜਪਦੀਆਂ ਹਨ। ਸ਼ਬਦ ਵਿੱਚ ਨਾਮ ਵਿੱਚ ਬਾਣੀ ਵਿੱਚ ਮਨ ਜੋੜ ਕੇ ਨਾਮ ਦਾ ਬਾਣੀ ਦਾ ਅਭਿਆਸ ਕਰਦੇ ਹੈ। ਬੈਠੇ ਹੰਸਨ ਕੀ ਸਮ ਪੰਕਤ, ਹੰਸਾਂ ਦੀ ਤਰ੍ਹਾਂ ਪੰਗਤਾਂ ਵਿੱਚ ਭਾਵ ਇੱਕ ਦੂਜੇ ਦੇ ਨੇੜੇ, ਸੰਗਤ ਵਿੱਚ ਵੀ ਲੰਗਰ ਵਿੱਚ ਵੀ ਹੰਸਾਂ ਦੀ ਤਰ੍ਹਾਂ ਮਿਲ ਮਿਲ ਕੇ ਸੱਜ ਕੇ ਬੈਠਦੇ ਆ ਔਰ ਫੱਬਦੇ ਆ। ਗੁਰੂ ਪੰਥ ਕੀ ਅਦਭੁਤ ਰੰਗਤ, ਗੁਰੂ ਸਾਹਿਬ ਜੀ ਦੇ ਖਾਲਸੇ ਦੇ ਜਿਹੜੇ ਐਸੇ ਸੋਹਣੇ ਬਾਣੀ ਬਾਣੇ ਦੇ ਰੰਗ ਹੈ ਨਾ, ਉਹ ਦੁਨੀਆ ਦੇ ਵਿੱਚ ਹਰ ਇੱਕ ਦੇ ਮਨ ਨੂੰ ਅਚਰਜ ਖਿੱਚ ਪਾਉਣ ਵਾਲੇ ਹੈ। ਹਰ ਇੱਕ ਦਾ ਮਨ ਸਿੱਖਾਂ ਦੀ ਬਾਣੀ ਬਾਣਾ ਰਹਿਣੀ ਬਹਿਣੀ ਵੇਖ ਕੇ ਖਿੱਚਿਆ ਜਾਂਦਾ ਹੈ, ਐਸਾ ਰੰਗ ਚੜਾਇਆ ਹੈ। ਸੋਹਤ ਕੇਸ਼ਨ ਸ਼ਮਸ਼ ਸਮੇਤ, ਔਰ ਬੜੇ ਸੁੰਦਰ ਕੇਸ ਸਿੱਖਾਂ ਦੇ ਸੀਸ ਉੱਤੇ, ਇਸੇ ਤਰ੍ਹਾਂ ਸ਼ਮਸ਼ ਦਾੜਾ ਬਹੁਤ ਸੁੰਦਰ ਦਾੜੇ ਸਿੱਖਾਂ ਦੇ ਫੱਬਦੇ ਆ ਔਰ ਕੇਸ ਸਜਦੇ ਆ। ਮਨੋ ਜਨਾਏ ਦੇਵਤਨ ਭੇਤ, ਮਾਨੋ ਕਹਿੰਦੇ ਸਾਧ ਸੰਗ ਜੀ ਦੇਵਤਿਆਂ ਦੇ ਭੇਤ ਨੂੰ ਜਣਾਉਂਦੇ ਆ। ਦੇਵਤੇ ਵੀ ਸਾਬਤ ਸੂਰਤ ਸਨ ਤੇ ਗੁਰੂ ਕਾ ਖਾਲਸਾ ਵੀ ਸਾਬਤ ਸੂਰਤ ਦਾ ਪਰਪੱਕ ਧਾਰਨੀ ਹੈ। ਮਾਨੋ ਦੇਵਤੇ ਹੀ ਦੁਆਰਾ ਮਾਤ ਲੋਕ ਤੇ ਆ ਗਏ, ਐਸਾ ਸੁੰਦਰ ਰੂਪ ਖਾਲਸੇ ਨੂੰ ਮੇਰੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਆ, ਚਾਰ ਰੰਗ ਬਖਸ਼ੇ ਆ ਨਾਲ, ਨੀਲਾ ਕਾਲਾ ਚਿੱਟਾ ਪੀਲਾ ਕੇਸਰੀ, ਇਉਂ ਖਾਲਸੇ ਦੇ ਰੰਗਾਂ ਦੇ ਨਾਲ ਸਾਬਤ ਸੂਰਤ ਸੁੰਦਰ, ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਬਹੁਤ ਹੀ ਫੱਬਦੇ ਆ, ਸੁੰਦਰ ਲੱਗਦੇ ਆ, ਦੇਵਤਿਆਂ ਵਰਗੇ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਆ। ਰਹਿਤ ਕਹਿਤ ਕੇ ਸਹਿਤ ਬਿਸਾਲੇ, ਜੋ ਸਤਿਗੁਰੂ ਜੀ ਨੇ ਰਹਿਤ ਕਹੀ ਹੈ ਉਹ ਰਹਿਤ ਦੇ ਪੂਰਨ ਧਾਰਨੀ ਹਨ ਸਾਰੇ ਸਿੱਖ। ਸ਼ਸਤਰਨ ਧਾਰ ਵੀਰ ਮਸ਼ਾਲੇ, ਬੜੇ ਬਹਾਦਰ ਬੜੇ ਸੁੰਦਰ ਤੇਜ ਤਰਾਰ ਮਸ਼ਹਿਰੇ ਸਿੰਘਾਂ ਦੇ ਮੁੱਖ ਉੱਤੇ ਔਰ ਸ਼ਸਤਰ ਧਾਰਨ ਕੀਤੇ ਖਾਲਸੇ ਨੇ।
ਸ਼ਸਤਰਾਂ ਨੂੰ ਸਜਾਇਆ ਹੋਇਆ ਹੈ। ਸੰਗਤ ਚੱਲ ਆਨੰਦਪੁਰ ਆਈ, ਇਉ ਐਸੇ ਗੁਰਸਿੱਖ ਅਤੇ ਸੰਗਤਾਂ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਇਉ ਸ਼ਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਕੇ ਫੱਬ ਕੇ ਐਨ ਖਾਲਸਾ ਸੱਜ ਧੱਜ ਕੇ ਅਤਰ ਫਲੇ ਲਾ ਕੇ ਖੁਸ਼ਬੂਆਂ ਛਿੜਕ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਹੈ। ਮਹਾਰਾਜ ਦੀ ਹਜ਼ੂਰੀ 'ਚ ਕਦੇ ਮਲੀਨ ਵਸਤਰ ਪਾ ਕੇ ਨਹੀਂ ਆਉਣਾ, ਬਿਨਾਂ ਇਸ਼ਨਾਨ ਕੀਤਿਆਂ ਤੋਂ ਨਹੀਂ ਆਉਣਾ, ਸਾਫ਼ ਸਫਾਈ ਪਵਿੱਤਰਤਾ ਦਾ ਪੂਰਾ ਖਿਆਲ ਰੱਖਣਾ। ਸਿੰਘ ਜਾਵੇ ਪਤਾ ਲੱਗੇ ਵੀ ਕਿ ਗੁਰੂ ਕਾ ਖਾਲਸਾ ਤਿਆਰ ਬੁਰ ਤਿਆਰ ਇੱਥੋਂ ਦੀ ਲੰਘਿਆ, ਜਿਹਨੇ ਬੜਾ ਸੁੰਦਰ ਸਾਫ਼ ਸਵੱਛ ਬਾਣਾ ਤੇ ਬੜੀ ਸੋਹਣੀ ਸੁੰਦਰ ਰਹਿਣੀ ਵਾਲਾ, ਤੇ ਸਿੱਖ ਜਿੱਧਰੋਂ ਦੀ ਲੰਘੇ ਕੋਲੋਂ ਸੁਗੰਧੀਆਂ ਆਉਣ ਗੁਰੂ ਕੇ ਸਿੱਖ ਕੋਲੋਂ, ਹਰ ਤਰ੍ਹਾਂ ਦੀਆਂ ਇਨਾਮ ਬਾਣੀ ਦੀਆਂ ਸ਼ੁਭ ਗੁਣਾਂ ਦੀਆਂ ਵੀ, ਤੇ ਸਾਧ ਸੰਗ ਜੀ ਕੇਸਰ ਚੰਦਨ ਅਤਰ ਆਦਿਕ ਦੀਆਂ ਸੁਗੰਧੀਆਂ ਵੀ ਗੁਰਸਿੱਖ ਦੇ ਕੋਲੋਂ ਆਉਣੀਆਂ ਚਾਹੀਦੀਆਂ ਹਨ। ਇਉਂ ਗੁਰੂ ਕੇ ਸਿੱਖ ਐਸੇ ਸੁੰਦਰ ਰੂਪਵਾਨ, ਇੰਨੇ ਸੁੰਦਰ ਰੂਪਾਂ ਵਾਲੇ ਦਰਸ਼ਨੀ ਗੁਰੂ ਕੇ ਸਿੱਖ ਸ਼ਸਤਰਧਾਰੀ ਸ਼ੂਰਬੀਰ ਮਹਾਰਾਜ ਦੇ ਦਰਸ਼ਨਾਂ ਨੂੰ ਚੱਲ ਚੱਲ ਕੇ ਆਉਂਦੇ ਐ। ਸੰਗਤ ਚੱਲ ਆਨੰਦਪੁਰ ਆਈ, ਇਉ ਆਨੰਦਪੁਰ ਸਾਹਿਬ ਨੂੰ ਸੰਗਤਾਂ ਚੱਲ ਕੇ ਆਈਆਂ। ਭਾਂਤ ਭਾਂਤ ਕੀ ਭੇਟਣ ਲਿਆਈ, ਫਿਰ ਆਪਣੀ ਦਸਾ ਨਹੁੰ ਦੀ ਕਿਰਤ ਵਿੱਚੋਂ ਜਿੰਨੀ ਜਿੰਨੀ ਕਿਸੇ ਕੋਲੋਂ ਸਰ ਬਣਾਈ, ਸਾਰੇ ਭੇਟਾ ਲੈ ਕੇ ਆਏ ਮੱਥਾ ਟੇਕਣ ਵਾਸਤੇ। ਕੋਈ ਵਸਤਰਾਂ ਦੀ, ਕੋਈ ਅਨਾਜ ਦੀ, ਕੋਈ ਮਾਇਆ ਦੀ, ਕੋਈ ਹੋਰ ਜਿਹੜੇ ਹੀਰੇ ਜਵਾਹਰਾਤ ਲਿਆ ਸਕਦੇ, ਕੋਈ ਫਲ, ਕੋਈ ਮੇਵੇ, ਕੋਈ ਮਠਿਆਈਆਂ, ਜੋ ਜੋ ਸਰ ਬਣੇ ਆਉਂਦਾ ਭਾਈ, ਸਾਰੇ ਜਥਾ ਸ਼ਕਤ ਭੇਟਾਵਾਂ ਲੈ ਕੇ ਆਏ ਹਨ। ਦਿਵਸ ਵਸੋਏ ਕੋ ਜਬ ਆਇਓ, ਜਦੋਂ ਵਿਸਾਖੀ ਦਾ ਦਿਹਾੜਾ ਆਇਆ, ਸਤਿਗੁਰ ਕਾਰਨ ਫਰਸ਼ ਡਸਾਇਓ, ਕਿ ਸਤਿਗੁਰੂ ਜੀ ਨੇ ਦਰਸ਼ਨ ਦੇਣੇ ਆ। ਦੀਵਾਨ ਵਿੱਚ ਸਾਰੇ ਬੜੇ ਸੁੰਦਰ ਗਲੀਚੇ ਅਤੇ ਸੁੰਦਰ ਚਾਦਰਾਂ ਵਿਛ ਗਈਆਂ, ਦੁੱਧ ਚਿੱਟੇ ਰੰਗ ਵਾਲੀਆਂ, ਉੱਚੇ ਥਾਨ ਸਿੰਘਾਸਨ ਥਿਰਿਓ, ਬੜਾ ਸੁੰਦਰ ਸੁਨਹਿਰੀ ਸੋਨੇ ਦਾ ਹੀਰੇ ਜੜਤ ਸਿੰਘਾਸਨ, ਜਿਹਦੇ ਉੱਤੇ ਬੜਾ ਸੋਨੇ ਦੀ ਕਢਾਈ ਨਾਲ ਕੱਢਿਆ ਹੋਇਆ ਚੰਦੋਆ ਕੇਸਰੀ ਰੰਗ ਦਾ ਲੱਗਾ ਹੋਇਆ, ਚੌਬਦਾਰ ਸਿੱਖ ਜਿਨ੍ਹਾਂ ਕੋਲੇ ਸੁਨਹਿਰੀ ਤੇ ਰੁਪਹਿਰੀ ਸੋਨੇ ਅਤੇ ਚਾਂਦੀ ਦੀਆਂ ਚੋਬਾਂ ਹਨ, ਉਹ ਦੋਨੋਂ ਪਾਸੇ ਗੁਰੂ ਕੇ ਸਿੱਖ ਚੌਰ ਬਰਦਾਰ ਸੋਨੇ ਦੇ ਚੌਰ ਲੈ ਕੇ ਸਿੰਘਾਸਨ ਦੇ ਇਰਦ ਗਿਰਦ ਖੜੇ ਹਨ, ਔਰ ਉੱਚੇ ਸਿੰਘਾਸਨ ਸਜੇ ਹੋਏ ਹਨ। ਐਸੇ ਸੁੰਦਰ ਸਿੰਘਾਸਨ ਉੱਤੇ ਸਤਿਗੁਰੂ ਜੀ ਆ ਕੇ ਸਜ ਗਏ ਐ। ਅਣਗਿਣਤ ਵੇਲੇ ਆਨ ਤਹਿ ਜੁਰਿਓ, ਜਦੋਂ ਸੰਗਤਾਂ ਨੂੰ ਪਤਾ ਲੱਗਿਆ, ਅਣਗਿਣਤ ਸੰਗਤਾਂ ਇੱਕੋ ਵੇਰੇ ਜਿਵੇਂ ਘਟਾ ਚੜ੍ਹ ਕੇ ਆਉਂਦੀ ਹੈ, ਇਉਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇੱਕੋ ਵੇਰੀ ਆਈਆਂ, ਤੇ ਬੜਾ ਹੀ ਧੱਕਾ ਪਿਆ ਸੰਗਤਾਂ ਦਾ। ਤਬ ਸ਼੍ਰੀ ਪ੍ਰਭ ਤਨ ਬਸਤਰ ਸ਼ਸਤਰ ਧਾਰ, ਸਤਿਗੁਰੂ ਜੀ ਨੇ ਸਰੀਰ ਉੱਤੇ ਬਹੁਤੇ ਸੁੰਦਰ ਬਸਤਰ ਬਾਣਾ ਔਰ ਸ਼ਸਤਰ ਧਾਰਨ ਕੀਤੇ ਹੋਏ ਐ। ਜੇਵਰ ਜਬਰ ਜਵਾਹਰ ਮੇਜਰ, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਬੜੇ ਕੀਮਤੀ ਲਾਲ ਹੀਰੇ ਮੋਤੀ ਜੜੇ ਹੋਏ ਹਨ, ਤੇ ਜਿਹੜੇ ਜਗਮਗ ਜਗਮਗ ਕਰਦੇ ਆ ਗੁਰੂ ਸਾਹਿਬ ਦੇ ਸ਼ਸਤਰ, ਬੜੇ ਬੇਸ਼ ਕੀਮਤੀ ਹੋਇਆ ਕਰਦੇ ਸਨ। ਸ਼ੇਰ ਗੁਫਾ ਤੇ ਨਿਕ ਸਹ ਜੈਸੇ, ਜਿਵੇਂ ਸ਼ੇਰ ਗੁਫਾ ਦੇ ਵਿੱਚੋਂ ਨਿਕਲ ਕੇ ਅੱਗੇ ਆਉਂਦਾ ਹੈ। ਸੁੰਦਰ ਸਦਨ ਤਿਆਗ ਕਰ ਤੈਸੇ, ਇਉਂ ਗੁਰੂ ਕੇ ਮਹਿਲਾਂ
ਇਹਨਾਂ ਦੇ ਵਿੱਚੋਂ ਜਦੋਂ ਮਹਾਰਾਜ ਨਿਕਲੇ ਇਉਂ ਲੱਗਾ ਜਿਵੇਂ ਸ਼ੇਰ ਆ ਰਿਹਾ ਹੈ, ਇੰਨਾ ਤੇਜ ਪ੍ਰਤਾਪ ਹੈ ਸਤਿਗੁਰੂ ਜੀ ਦਾ ਹੈ। ਪਰ ਚੜੇ ਸਭਾ ਥਲ ਆਏ, ਘੋੜੇ ਤੇ ਚੜ ਕੇ ਸਤਿਗੁਰੂ ਮਹਾਰਾਜ ਜੀ ਦੀਵਾਨ ਵਾਲੇ ਸਥਾਨ ਤੇ ਆਏ ਹਨ। ਲੋਕ ਹਜ਼ਾਰੋਂ ਸੀਸ ਨਿਵਾਏ, ਇਰਦ ਗਿਰਦ ਸੰਗਤਾਂ ਚਾਰੇ ਪਾਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਕੋਈ ਅਦਬ ਨਾਲ ਸਿਰ ਝੁਕਾਉਂਦਾ ਹੈ, ਨਮਸਕਾਰਾਂ ਕਰਦਾ ਹੈ। ਬੈਠੇ ਜਾਏ ਸਿੰਘਾਸਨ, ਫੇਰ ਸਤਿਗੁਰੂ ਜੀ ਸਿੰਘਾਸਨ ਉੱਤੇ ਸਜ ਗਏ ਹਨ। ਸੰਗਤ ਝੁਕੀ ਬ੍ਰਿੰਦ ਇੱਕ ਵੇਰ, ਫੇਰ ਸਾਰੀਆਂ ਸੰਗਤਾਂ ਇੱਕੋ ਵੇਰੀ ਝੁੱਕੇ, ਸਾਰਿਆਂ ਨੇ ਧਰਤੀ ਤੇ ਮਸਤਕ ਲਾ ਕੇ ਮੱਥਾ ਟੇਕਿਆ ਇੱਕੋ ਵੇਰੀ ਸਤਿਗੁਰਾਂ ਨੂੰ। ਅਰਪ ਅਰਪ ਕਰ ਅਨਕ ਅਕੋਰ, ਵਾਰੀ ਵਾਰੀ ਸਾਰਿਆਂ ਨੇ ਫਿਰ ਆਪੋ ਆਪਣੀ ਭੇਟਾ ਅੱਗੇ ਰੱਖੀ ਸਤਿਗੁਰਾਂ ਦੇ ਚਰਨਾਂ ਵਿੱਚ। ਬੰਧੇ ਚਰਨ ਕਮਲ ਕਰ ਜੋਰ, ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਹਰ ਕੋਈ ਨਮਸਕਾਰ ਕਰਦਾ ਹੈ, ਭਾਵ ਮੱਥਾ ਟੇਕਦਾ ਹੈ। ਦੇਖਤ ਨਹਿ ਲੋਚਨ ਤ੍ਰਿਪਤਾਵ ਹੈ, ਇੰਨਾ ਸੁੰਦਰ ਸਰੂਪ ਹੈ ਸਤਿਗੁਰੂ ਜੀ ਦੇ, ਇਹਨਾਂ ਦੀਦਿਆਂ ਭਾਵ ਨੇਤਰਾਂ ਨਾਲ ਦਰਸ਼ਨ ਕਰਦਿਆਂ ਨਾ ਨੇਤਰਾਂ ਨੂੰ ਰੱਜ ਨਹੀਂ ਆਉਂਦਾ, ਤ੍ਰਿਪਤੀ ਨਹੀਂ ਆਉਂਦੀ, ਮਨ ਰੱਜਦਾ ਨਹੀਂ ਹੈ। ਬਹੁਤ ਸੁੰਦਰਤਾ ਕਹੀ ਨਾ ਜਾਵੇ, ਐਸੀ ਸੁੰਦਰਤਾ ਕਹੀ ਨਹੀਂ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ, ਕਿੰਨਾ ਸੁੰਦਰ ਸੋਹਣਾ ਸਰੂਪ ਹੈ ਮੇਰੇ ਸੱਚੇ ਪਾਤਸ਼ਾਹ ਦਾ। ਸੰਗਤ ਕੀ ਹੋਈ ਵੱਡ ਭੀੜ, ਸੰਗਤਾਂ ਦੀ ਦਰਸ਼ਨ ਕਰਨ ਵਾਲਿਆਂ ਦੀ ਬੜੀ ਭਾਰੀ ਭੀੜ ਲੱਗ ਗਈ, ਜਿਵੇਂ ਹਰਿਮੰਦਰ ਸਾਹਿਬ ਤੁਸੀਂ ਜਦੋਂ ਵੀ ਦਰਸ਼ਨ ਜਾਓ ਕਿਵੇਂ ਲਾਈਨਾਂ ਲੱਗੀਆਂ, ਕਿੰਨੀ ਭੀੜ ਲੱਗੀ ਹੁੰਦੀ ਹੈ, ਵਾਰੀ ਸਿਰ ਉਡੀਕ ਕੇ ਘੰਟਿਆਂ ਬੰਦੀ ਬਾਅਦ ਵਿੱਚ ਕਿਤੇ ਜਾ ਕੇ ਦਰਸ਼ਨ ਕਰਨ ਦਾ ਸੁਭਾਗ ਮਿਲਦਾ। ਇਉਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੰਗਤਾਂ ਦੀ ਭੀੜ ਲੱਗੀ ਹੋਈ ਹੈ, ਔਰ ਜਿਹੜਾ ਜਿਹੜਾ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਦਾ, ਜਿਸ ਜਿਸ ਉੱਤੇ ਸਤਿਗੁਰੂ ਜੀ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹੈ, ਸਿੱਖਾਂ ਦੀਆਂ ਪੀੜਾਂ, ਸਿੱਖਾਂ ਦੇ ਦੁੱਖ, ਸਿੱਖਾਂ ਦੇ ਦਰਦ, ਸਿੱਖਾਂ ਦੇ ਸੰਕਟਾਂ ਨੂੰ ਨਾਸ਼ ਕਰੀ ਜਾਂਦੇ ਹਨ। ਦਰਸ਼ਨਾਂ ਵਿੱਚ ਇੰਨੀ ਸ਼ਕਤੀ ਹੈ, ਨੇਤਰਾਂ ਵਿੱਚ ਇੰਨੀ ਸ਼ਕਤੀ, ਇੰਨਾ ਪ੍ਰਤਾਪ ਹੈ। ਆਸ਼ਾਦੇ ਮੁਖ ਸਿੱਖ ਨਹੀਂ ਆਵੇ, ਇੱਕ ਸਿੱਖ ਦੇ ਘਰੋਂ ਬੀਬੀ ਸਿੱਖਣੀ ਜਿਸਨੇ ਘੁੰਡ ਕੱਢ ਕੇ ਆਪਣਾ ਚਿਹਰਾ ਢੱਕਿਆ ਹੋਇਆ ਹੈ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਅੱਗੇ ਆਉਂਦੀ ਹੈ, ਪਹੁੰਚੇ ਨਿਕਟ ਨਾ ਪੁੰਨ ਹਟ ਜਾਵੇ, ਭੀੜ ਹੀ ਇੰਨੀ ਹੈ ਨੇੜੇ ਉਹਦੇ ਕੋਲੋਂ ਪਹੁੰਚਿਆ ਨਹੀਂ ਜਾਂਦਾ, ਧੱਕਾ ਵੱਜਦਾ ਫੇਰ ਪਿੱਛੇ ਹਟ ਜਾਂਦੀ ਹੈ, ਪਿੱਛੇ ਹਟ ਕੇ ਫੇਰ ਉਡੀਕ ਉਹ ਮਾਤਾ ਕਰਦੀ ਹੈ ਦਰਸ਼ਨਾਂ ਦੀ। ਵੱਡੀ ਭੀੜ ਪੁਰਖਨ ਕੀ ਹੇਰ ਹੈ, ਜਦੋਂ ਬਹੁਤ ਸੰਗਤਾਂ ਦੀ ਗੁਰਸਿੱਖਾਂ ਦੀ ਭੀੜ ਵੇਖੀ ਲੱਗੀ ਹੋਈ, ਚਾਹੁੰਦੀ ਤਾਂ ਹੈ ਵੀ ਨੇੜੇ ਜਾ ਕੇ ਦਰਸ਼ਨ ਕਰਾਂ ਪਰ ਜਾਇਆ ਨਹੀਂ ਜਾਂਦਾ ਹੈ। ਮਨ ਕਤ ਲੱਖ ਸਤਿਗੁਰ ਤੇ ਪਾਸੀ, ਸਤਿਗੁਰੂ ਜੀ ਨੇ ਉਹਦੇ ਮਨ ਦੀ ਭਾਵਨਾ ਨੂੰ ਜਾਣ ਕੇ ਮਾਤਾ ਦੇ ਮਨ ਦੀ ਇੱਛਾ ਹੈ ਕਿ ਦਰਸ਼ਨ ਕਰਨੇ ਹੈ, ਅੰਤਰਜਾਮੀ ਸਤਿਗੁਰਾਂ ਨੇ ਉਹਦੇ ਮਨ ਦੀ ਭਾਵਨਾ ਨੂੰ ਜਾਣ ਕੇ ਕਰਿਓ ਪਠਾਵਨ ਸਿੱਖ ਅਰਦਾਸੀ, ਜਿਹੜਾ ਕੋਲੇ ਅਰਦਾਸੀ ਆ ਸਿੱਖ ਸੀ ਨਾ ਸੰਗਤਾਂ ਦੀ ਅਰਦਾਸ ਕਰਨ ਵਾਲਾ, ਜਿਵੇਂ ਸਿੰਘ ਸਾਹਿਬ ਗ੍ਰੰਥੀ ਸਿੰਘ ਜੀ ਨੂੰ ਆਪਾਂ ਬੇਨਤੀ ਕਰੀ ਦੀ ਆ ਉਹ ਅਰਦਾਸ ਕਰਦੇ ਆ, ਇਉਂ ਮਹਾਰਾਜ ਦੇ ਚਰਨਾਂ ਚ ਅਰਦਾਸੀਏ ਸਿੱਖ ਸੰਗਤਾਂ ਦੀਆਂ ਅਰਦਾਸਾਂ ਕਰਿਆ ਕਰਦੇ ਸਨ।
ਮਹਾਰਾਜ ਜੀ ਨੇ ਅਰਦਾਸੀਏ ਸਿੱਖ ਨੂੰ ਬੁਲਾਇਆ ਆਪਣੇ ਪਾਸ ਔਰ ਕਹਿਣ ਲੱਗੇ ਉਹ ਬੀਬੀ ਦਰਸ਼ਨ ਕਰਨਾ ਚਾਹੁੰਦੀ ਹੈ, ਬੜੇ ਲੰਮੇ ਸਮੇਂ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੰਗਤਾਂ ਦੀ ਭੀੜ ਉਹਨੂੰ ਅੱਗੇ ਨਹੀਂ ਲੰਘਣ ਦਿੰਦੀ। ਜਾ ਬਈ ਗੁਰਮੁਖਾ ਉਸ ਬੀਬੀ ਨੂੰ ਸਾਡੇ ਦਰਸ਼ਨਾਂ ਲਈ ਅੱਗੇ ਲੈ ਕੇ ਆਉਣਾ ਕਰ। ਲਿਆਏ ਹਜੂਰ ਖਰੀ ਕਰ ਨੇੜੇ, ਸਤਿਗੁਰੂ ਜੀ ਦੇ ਨੇੜੇ ਲਿਆ ਕੇ ਉਹ ਮਾਤਾ ਨੂੰ ਬੀਬੀ ਨੂੰ ਖੜੀ ਕਰ ਦਿੱਤਾ ਕਿ ਮਾਤਾ ਸਤਿਗੁਰੂ ਜੀ ਦੇ ਦਰਸ਼ਨ ਕਰ ਲੈ। ਕਰ ਕੋ ਜੋਰ ਗੁਰੂ ਦੇ ਸਹੇਰੇ, ਬੀਬੀ ਨੇ ਹੱਥ ਜੋੜ ਕੇ ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਇਸ ਕੁਟੰਬ ਕੇ ਜੇ ਨਰ ਔਰ, ਇਸ ਬੀਬੀ ਦੇ ਪਰਿਵਾਰ ਦੇ ਜਿੰਨੇ ਹੋਰ ਬੰਦੇ ਮਰਦ ਸਨ ਮਾਈ ਭਾਈ ਸਾਰੇ ਬੈਠੇ ਸਭਾ ਵਿਖੇ ਤਿਸ ਠੌਰ, ਦੀਵਾਨ ਵਿੱਚ ਬਾਕੀ ਸਾਰੇ ਦਰਸ਼ਨ ਕਰਕੇ ਬੈਠ ਚੁੱਕੇ ਸਨ, ਕੇਵਲ ਇਸ ਮਾਤਾ ਨੂੰ ਅਜੇ ਦਰਸ਼ਨ ਨਹੀਂ ਹੋਏ ਸਨ ਸਤਿਗੁਰਾਂ ਦੇ। ਘੁੰਗਟ ਕਾਢੇ ਮਸਤਕ ਟੇਕਾ, ਘੁੰਡ ਕੱਢਿਆ ਤੋਂ ਹੀ ਸਤਿਗੁਰੂ ਜੀ ਨੂੰ ਇਸ ਮਾਤਾ ਨੇ ਮੱਥਾ ਟੇਕਿਆ। ਬੀਬੀ ਨੇ ਨਮਸਕਾਰ ਕੀਤੀ ਸਤਿਗੁਰੂ ਜੀ ਨੂੰ। ਸਾਧ ਸੰਗਤ ਜੀ, ਪੁਰਾਣੇ ਸਮਿਆਂ ਚ ਮਾਈਆਂ ਘੁੰਡ ਕੱਢਿਆ ਕਰਦੀਆਂ ਸਨ, ਬੜਾ ਭੈੜਾ ਰਿਵਾਜ ਸੀ। ਫਿਰ ਤੀਜੇ ਪਾਤਸ਼ਾਹ ਜੀ ਨੇ ਇਹ ਰਿਵਾਜ ਬੰਦ ਕੀਤਾ ਕਿ ਭਾਈ ਗੁਰੂ ਕੇ ਦੀਵਾਨ ਵਿੱਚ ਕੋਈ ਵੀ ਬੀਬੀ ਜਦੋਂ ਦਰਸ਼ਨ ਕਰਨ ਆਵੇ ਘੁੰਡ ਕੱਢ ਕੇ ਨਹੀਂ ਕਦੇ ਆਉਣਾ, ਨੇਤਰ ਦਰਸ਼ਨ ਕਰਕੇ ਹੀ ਸਫਲੇ ਹੋਣੇ। ਤੀਜੇ ਪਾਤਸ਼ਾਹ ਜੀ ਨੇ ਜਿਹੜੀ ਪਰੰਪਰਾ ਸੀ ਇਸ ਨੂੰ ਰੋਕ ਦਿੱਤਾ ਸੀ। ਘੁੰਡ ਕੱਢਣ ਦੀ ਪਰੰਪਰਾ ਨਹੀਂ ਹੈ ਗੁਰੂ ਘਰ ਦੇ ਵਿੱਚ ਗੁਰਸਿੱਖਾਂ ਵਿੱਚ ਇਸ ਕਰਕੇ, ਪਰ ਇਸ ਬੀਬੀ ਨੇ ਉਸੇ ਤਰ੍ਹਾਂ ਹੀ ਮੱਥਾ ਟੇਕਿਆ। ਖਰੀ ਅਕਾਰੀ ਜਲਦ ਬਿਬੇਕਾ, ਗਿਆਨ ਦੇ ਸਮੁੰਦਰ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਈ ਹੈ ਨੀਵੀਂ ਪਾ ਕੇ ਨਿਮਰਤਾ ਦੇ ਨਾਲ। ਸ਼੍ਰੀ ਮੁਖ ਤੇ ਫੁਰਮਾਵਨ ਕੀਨਾ, ਸਤਿਗੁਰੂ ਜੀ ਨੇ ਇਸ ਮਾਤਾ ਨੂੰ ਬੀਬੀ ਨੂੰ ਪੁੱਛਿਆ ਆਪਣੇ ਮੁਖਾਰ ਬਿੰਦ ਤੋਂ, ਕਹੋ ਸਿੱਖਣੀ ਏ ਕਿਆ ਚਿਤ ਚੀਨਾ, ਇਹ ਸਿੱਖਣੀ ਬੀਬੀ ਤੇਰੇ ਮਨ ਦੀ ਕੀ ਇੱਛਾ ਹੈ, ਕੀ ਫੁਰਨਾ ਲੈ ਕੇ ਤੂੰ ਆਈ ਹੈ ਦਰਸ਼ਨ ਕਰਨ ਵਾਸਤੇ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਤੋਂ। ਲਖੇ ਗੁਰੂ ਕੇ ਤੋ ਕਹੋ ਆਸ਼ੇ, ਮਹਾਰਾਜ ਕਹਿੰਦੇ ਭਾਈ ਹੇ ਬੀਬੀ ਹੇ ਮਾਤਾ ਤੂੰ ਤਾਂ ਨਹੀਂ ਜਾਣਦੀ ਪਰ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਕਿ ਤੂੰ ਕੌਣ ਹੈ, ਸਾਨੂੰ ਪਤਾ ਪਰ ਤੈਨੂੰ ਗਿਆਨ ਨਹੀਂ ਹੈ। ਕਹੂ ਸੁਣਨੇ ਤੇ ਸੰਗਤ ਬਾਂਛੇ, ਇਸ ਕਰਕੇ ਸੰਗਤਾਂ ਦੀ ਇੱਛਾ ਹੈ ਕਿ ਤੇਰਾ ਹਾਲ ਤੇਰੀ ਵਾਰਤਾ ਸਾਰੀ ਸੰਗਤ ਸੁਣਨਾ ਚਾਹੁੰਦੀ ਹੈ। ਨਿਜ ਬਿਰਦਾ ਦਰਦੇ ਕਰ ਬਾਹਰ, ਜਿਹੜਾ ਤੇਰੇ ਹਿਰਦੇ ਵਿੱਚ ਵਿਚਾਰ ਹੈ ਨਾ, ਮਨ ਦਾ ਤੇਰਾ ਹਿਰਦੇ ਵਿੱਚ ਜਿਹੜਾ ਖਿਆਲ ਹੈ ਉਹ ਜ਼ਬਾਨ ਥਣੀ ਬੋਲ ਕੇ ਆਪਣੇ ਹਿਰਦੇ ਤੋਂ ਬਾਹਰ ਕੱਢ, ਗੁਰੂ ਕੀ ਸੰਗਤ ਨੂੰ ਸਾਡੀ ਹਜ਼ੂਰੀ ਵਿੱਚ ਆਪਣੇ ਮਨ ਦੇ ਖਿਆਲ ਆਪਣੇ ਮਨ ਦੀ ਭਾਵਨਾ ਬੋਲ ਕੇ ਦੱਸਣਾ ਕਰ। ਕਰੋ ਸੁਣਾਵਨ ਸਭ ਮੈਂ ਜ਼ਾਹਰ, ਪ੍ਰਤੱਖ ਰੂਪ ਵਿੱਚ ਸਾਰਿਆਂ ਨੂੰ ਸੁਣਾ ਦੇ, ਗੁਰੂ ਕੀ ਹਜ਼ੂਰੀ ਵਿੱਚ ਕੋਈ ਸੰਕੋਚ ਨਹੀਂ ਕਰਨਾ, ਸੰਗ ਨਹੀਂ ਕਰਨੀ, ਸੰਜਮ ਨਹੀਂ ਕਰਨਾ, ਖੁੱਲ ਕੇ ਆਪਣਾ ਬਿਰਤਾਂਤ ਦੱਸਣਾ ਕਰ। ਕਰ ਜੋਰ ਤਬ ਪਤਰੀਆ ਉਬਾਚੇ, ਉਸ ਸਿੱਖਣੀ ਨੇ ਹੱਥ ਜੋੜ ਕੇ ਫਿਰ ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕੇ ਜੋ ਮਨ ਦੇ ਫੁਰਨੇ ਸਨ, ਜੋ ਮਨ ਦਾ ਸੰਕਲਪ ਸੀ, ਮਨ ਵਿੱਚ ਜੋ ਖਿਆਲ ਸਨ,
ਉਹ ਸਤਿਗੁਰੂ ਜੀ ਦੇ ਅੱਗੇ ਪ੍ਰਗਟ ਕੀਤੇ ਦੱਸਿਆ ਬੋਲ ਕੇ ਸੁਣੀਏ ਪਾਤਸ਼ਾਹੋ ਗੁਰ ਸਾਚੇ ਇਹ ਸੱਚੇ ਪਾਤਸ਼ਾਹ ਸਤਿਗੁਰੂ ਜੀ ਸੁਣੋ ਮੇਰੀ ਬੇਨਤੀ ਮੈਂ ਦੱਸਣਾ ਚਾਹੁੰਦੀ ਹਾਂ ਮਾਤਾ ਪਿਤਾ ਰਾਏਪੁਰ ਮੇਰੇ ਮਹਾਰਾਜ ਜਿਹੜੇ ਮੇਰੇ ਪੇਕੇ ਹੈ ਨਾ ਪੇਕਾ ਘਰ ਜਿੱਥੇ ਮੈਂ ਪੈਦਾ ਹੋਈ ਹੈ ਉਹ ਨਗਰ ਰਾਏਪੁਰ ਦੇ ਵਿੱਚ ਰਹਿਣ ਵਾਲੇ ਮੇਰੇ ਮਾਤਾ ਪਿਤਾ ਹਨ ਜਿੱਥੇ ਮੇਰਾ ਜਨਮ ਹੋਇਆ ਹੈ ਪੁੱਤੀ ਕੁਮਾਰੀ ਜਬ ਇੱਕ ਬੇਰੇ ਜਦੋਂ ਮੈਂ ਅਜੇ ਵਿਆਹੀ ਨਹੀਂ ਸੀ ਕੁਆਰੀ ਸੀ ਨਾ ਲੜਕੀ ਛੋਟੀ ਉਮਰ ਵਿੱਚ ਪਰ ਸੋਧੀ ਹੈ ਸੀ ਮੈਨੂੰ ਤਾਂ ਸਾਡੇ ਘਰ ਵਿੱਚ ਇੱਕ ਸਾਧੂ ਬੈ ਬ੍ਰਿਧ ਉਦਾਰਾ ਇੱਕ ਸਾਧੂ ਬੜਾ ਵਾਹਿਗੁਰੂ ਦੇ ਨਾਮ ਦਾ ਭਜਨ ਕਰਨ ਵਾਲਾ ਬੰਦਗੀ ਕਰਨ ਵਾਲਾ ਵਿਦਵਾਨ ਬੜੀ ਕਰਨੀ ਵਾਲਾ ਮਹਾਤਮਾ ਸਾਧੂ ਵੱਡੀ ਉਮਰ ਦਾ ਬਜ਼ੁਰਗ ਸਾਡੇ ਘਰ ਵਿੱਚ ਆਇਆ ਆਨ ਰਹੇ ਹਮ ਸਦਨ ਮਜਾਰਾ ਮੇਰੇ ਮਾਤਾ ਪਿਤਾ ਨੇ ਅਸੀਂ ਸਾਰਿਆਂ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਔਰ ਕੁਝ ਸਮਾਂ ਉਹ ਸਾਡੇ ਘਰ ਵਿੱਚ ਹੀ ਰਹੇ ਸੇਵਾ ਕਰੇ ਮਾਤਾ ਪਿਤਾ ਮੇਰੇ ਮੇਰੇ ਮਾਤਾ ਪਿਤਾ ਬੰਦਗੀ ਵਾਲੇ ਗੁਰਮੁਖ ਮਹਾਂਪੁਰਖ ਜਾਣ ਕੇ ਉਹਨਾਂ ਦੀ ਸ਼ਰਧਾ ਨਾਲ ਸੇਵਾ ਕਰਦੇ ਰਹੇ ਖਾਨ ਪਾਨ ਤੇ ਆਦਿਕ ਹਨੇਰੇ ਹਰ ਤਰ੍ਹਾਂ ਕਰਕੇ ਲੰਗਰ ਪਾਣੀ ਵਸਤਰਾਂ ਦੀ ਜਿੰਨੀ ਵੀ ਸਰਬਣੀ ਆਉਂਦੀ ਸੀ ਵੱਧ ਤੋਂ ਵੱਧ ਬਹੁਤ ਜ਼ਿਆਦਾ ਸ਼ਰਧਾ ਨਾਲ ਉਹਨਾਂ ਦੀ ਸੇਵਾ ਕਰਦੇ ਸਨ ਸੰਮਤ ਪੰਚ ਰਹਿਓ ਸੁਖ ਪਾਏ ਉਹ 5 ਸਾਲ ਸਾਡੇ ਘਰ ਵਿੱਚ ਰਹੇ ਤੇ ਜਿੰਨਾ ਚਿਰ ਸਾਡੇ ਘਰ ਵਿੱਚ ਰਹੇ ਬੰਦਗੀ ਕਰਦੇ ਰਹੇ ਨਾਮ ਜਪਦੇ ਰਹੇ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਸੇਵਾ ਕਰਕੇ ਬੜਾ ਹੀ ਸੁੱਖ ਪ੍ਰਾਪਤ ਕੀਤਾ ਸਾਡੇ ਘਰ ਵਿੱਚ ਇੰਨਾ ਸੁੱਖ ਆ ਗਿਆ ਉਹਨਾਂ ਦੇ ਚਰਨ ਪਾਉਣ ਨਾਲ ਕਿ ਕੋਈ ਵਸਤੂ ਦੀ ਕਮੀ ਨਾ ਰਹੀ ਸਾਰਾ ਪਰਿਵਾਰ ਹੀ ਸਾਡਾ ਸੁਖੀ ਹੋ ਗਿਆ ਸਾਧੂ ਮਹਾਂਪੁਰਖਾਂ ਦੀ ਸੇਵਾ ਕਰਨੇ ਕਰਕੇ ਮੈਂ ਵੀ ਸੇਵ ਕਰਾਂ ਹਿਤ ਲਾਏ ਮੈਂ ਵੀ ਬਾਲੜੀ ਸੀ ਛੋਟੀ ਉਮਰ ਦੀ ਸੀ ਮੈਂ ਵੀ ਪ੍ਰੇਮ ਨਾਲ ਜਿੰਨੀ ਕੁ ਮੇਰੇ ਕੋਲੋਂ ਹੁੰਦੀ ਸੀ ਸੇਵਾ ਕਰਦੀ ਸਾਂ ਕਥਾ ਸੁਣਾਏ ਅਨੇਕ ਪ੍ਰਕਾਰ ਜਦੋਂ ਦਿਨ ਵਿੱਚ ਇੱਕ ਵਾਰੀ ਸਾਰੇ ਪਰਿਵਾਰ ਨੂੰ ਇਕੱਠਿਆਂ ਬਿਠਾ ਲੈਂਦੇ ਤੇ ਸਾਰੇ ਪਰਿਵਾਰ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਦੀ ਕਥਾ ਸੁਣਾਉਂਦੇ ਕੁਝ ਸਮਾਂ ਕੱਢ ਕੇ ਨਾ ਉਹਨਾਂ ਨੇ ਇੱਕ ਵਾਰੀ 24 ਘੰਟੇ 8 ਪਹਿਰਾਂ ਵਿੱਚ ਸਾਰਿਆਂ ਨੂੰ ਕਥਾ ਸੁਣਾਉਣੀ ਪ੍ਰੇਮ ਦੇ ਨਾਲ ਮੈਂ ਵੀ ਸੁਣਤ ਰਹੀ ਤਿਸ ਬਾਰਾ ਉਹਨਾਂ ਕੋਲੋਂ ਵੀ ਮੈਂ ਵੀ ਭਾਉ ਭਗਤੀ ਦੇ ਪਰਮੇਸ਼ਰ ਦੇ ਪ੍ਰੇਮ ਦੇ ਭਗਤਾਂ ਦੇ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਸਭ ਦੇ ਵਾਰਤਾਲਾਪ ਬਚਨ ਸੁਣਦੀ ਰਹੀ ਬੜੇ ਪ੍ਰੇਮ ਦੇ ਨਾਲ ਉਹਨਾਂ ਤੋਂ ਕਥਾ ਸੁਣਨੀ ਤੇ ਉਹਨਾਂ ਨੇ ਬੜੇ ਭਾਉ ਭਗਤੀ ਦੇ ਬਚਨ ਸੁਣਾਉਣੇ ਖੱਤਰੀ ਸੁੱਤ ਬਰਸਾਣੇ ਗ੍ਰਾਮੋਂ ਜਦੋਂ ਮਹਾਰਾਜ ਮੈਂ ਜਵਾਨ ਹੋਈ ਤਾਂ ਬਰਸਾਣੇ ਨਗਰ ਦੇ ਵਿੱਚ ਖੱਤਰੀਆਂ ਦੇ ਪਰਿਵਾਰ ਵਿੱਚ ਇੱਕ ਪਰਿਵਾਰ ਲੱਭ ਕੇ ਉੱਥੇ ਮੇਰਾ ਨਾਤਾ ਰਿਸ਼ਤਾ ਕਰ ਦਿੱਤਾ ਮੁਝ ਕੋ ਵਿਆਹ ਦੀਨ ਤਿੰਨ ਧਾਮੂ ਬਰਸਾਣੇ ਨਗਰ ਵਿੱਚ ਮੇਰਾ ਵਿਆਹ ਕਰ ਦਿੱਤਾ ਮੇਰੇ ਮਾਤਾ ਪਿਤਾ ਨੇ ਤਿਸ ਕੀ ਸਿੱਖਣੀ ਮੁਝ ਕੋ ਜਾਨੋ ਮਹਾਰਾਜ ਉਹ ਸਿੱਖ ਪੁਰਾਣੀਆਂ ਬੀਬੀਆਂ ਆਪਣੇ ਪਤੀ ਦਾ ਨਾਮ ਨਹੀਂ ਲਿਆ ਕਰਦੀਆਂ ਸਨ ਇਹ ਬਹੁਤ ਸਤਿਕਾਰ ਭੈ ਰੱਖਦੀਆਂ ਸਨ ਅੱਜ ਤਾਂ ਤੂੰ ਤੂੰ ਤੋਂ ਬਿਨਾਂ ਨਹੀਂ ਬੁਲਾਉਂਦੀਆਂ ਔਰ ਪੂਰਾ ਨਾਮ ਵੀ ਨਹੀਂ ਲੈਂਦੀ ਸਤਿਕਾਰ ਭੈ ਉੱਡ ਗਿਆ ਖੰਭ ਲਾ ਕੇ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰਾ ਗਿਆਨ ਹੀ ਹੈ
ਆਪਣੇ ਘਰਾਂ ਵਿੱਚ ਨਿੱਤੀ ਇਹ ਵਰਤਾਰਾ ਵਰਤਦਾ ਸੰਗਤ ਜੀ, ਪਰ ਤੁਹਾਨੂੰ ਸਾਡੀਆਂ ਮਾਵਾਂ ਜਿਹੜੀਆਂ ਆਪਣੇ ਪਤੀ ਦਾ ਇੰਨਾ ਭੈ ਸਤਿਕਾਰ ਰੱਖਦੀਆਂ ਸਨ, ਬਜ਼ੁਰਗਾਂ ਦਾ ਸਤਿਕਾਰ ਕਰਦੀਆਂ ਸਨ, ਸੋ ਇਸ ਸਿੱਖਣੀ ਨੇ ਆਪਣੇ ਪਤੀ ਦਾ ਨਾਮ ਨਹੀਂ ਲੈ ਕੇ ਦੱਸਿਆ, ਮਹਾਰਾਜ ਉਹ ਵੀ ਤੁਹਾਡੇ ਪ੍ਰੇਮੀ ਹੈ, ਸ਼ਰਧਾਲੂ ਹੈ, ਮੈਂ ਉਸੇ ਗੁਰਸਿੱਖ ਪਰਿਵਾਰ ਦੀ ਨੂੰਹ ਹਾਂ। ਸਿੱਖ ਵੀ ਗੁਰਮੁਖ ਭਲਾ ਪਛਾਣੋ, ਜੋ ਗੁਰਸਿੱਖ ਮੇਰਾ ਜਿਹਦੇ ਨਾਲ ਵਿਆਹ ਹੋਇਆ ਬਹੁਤ ਹੀ ਚੰਗੇ ਹੈ, ਨੇਕ ਸੁਭਾਅ ਵਾਲੇ ਬੜੇ ਗੁਰਮੁਖ ਹਨ, ਬੜੀ ਉੱਚੀ ਸੁੱਚੀ ਕਰਨੀ ਆ ਉਹਨਾਂ ਦੀ। ਸਿੱਖ ਸੰਤ ਜੋ ਵਹਿਰ ਨਿਹਾਰੇ, ਮੇਰੇ ਪਤੀ ਇੰਨੇ ਚੰਗੇ ਹੈ, ਇੰਨੇ ਸਾਧੂ ਸੁਭਾਅ ਵਾਲੇ ਗੁਰਮੁਖ ਗੁਣਾਂ ਵਾਲੇ ਹੈ ਕਿ ਜੇ ਕੋਈ ਉਹਨਾਂ ਨੂੰ ਕੋਈ ਗੁਰੂ ਕਾ ਸਿੱਖ ਨਗਰ ਵਿੱਚੋਂ ਬਾਹਰ ਮਿਲ ਜਾਏ, ਜਾਂ ਨਗਰ ਵਿੱਚ ਕੋਈ ਆਉਂਦਾ ਜਾਂਦਾ ਮਿਲ ਜਾਏ, ਜਾਂ ਕੋਈ ਸੰਤ ਮਿਲ ਜਾਵੇ, ਕਿਸੇ ਤਰ੍ਹਾਂ ਆਇਆ ਜਾਂਦਾ ਆਉਂਦਾ ਜਾਂਦਾ, ਲੈ ਆਵਤ ਹੈ ਸਦਨ ਮਝਾਰੇ, ਉਸ ਗੁਰਸਿੱਖ ਨੂੰ ਸੰਤ ਸਾਧੂ ਨੂੰ ਆਪਣੇ ਘਰ ਵਿੱਚ ਨਾਲ ਲੈ ਕੇ ਆਉਂਦੇ ਆ। ਪ੍ਰੇਮ ਕਰੋ ਮੈਂ ਪੀਸ ਪਕਾਵਾਂ, ਤੇ ਫਿਰ ਮੈਨੂੰ ਆਗਿਆ ਕਰਦੇ ਆ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ। ਮਹਾਰਾਜ ਜੀ ਮੈਂ ਫਿਰ ਚੱਕੀ ਨਾਲ ਆਟਾ ਪੀ ਕੇ ਆਪਣੇ ਹੱਥੀ ਤਿਆਰ ਕਰਕੇ ਪ੍ਰਸ਼ਾਦਾ ਛਕਾਉਣੀ ਹੈ। ਇੰਨੀ ਭਾਵਨਾ ਹੁੰਦੀ ਸੀ ਗੁਰਸਿੱਖਾਂ ਵਿੱਚ, ਚੱਕੀਆਂ ਨਾਲ ਪੀ ਪੀ ਕੇ ਹੱਥੀ ਪ੍ਰਸ਼ਾਦਾ ਤਿਆਰ ਕਰਦੀਆਂ ਸਨ ਸਾਡੀਆਂ ਮਾਤਾਵਾਂ। ਉਦੋਂ ਚੱਕੀਆਂ ਨਾਲ ਹੀ ਅੰਨ ਪੀਸਿਆ ਜਾਂਦਾ ਸੀ। ਮਹਾਰਾਜ ਮੈਂ ਪ੍ਰੇਮ ਨਾਲ ਚੱਕੀ ਵਿੱਚ ਆਟਾ ਪੀਸ ਕੇ ਫਿਰ ਉਹਨਾਂ ਲਈ ਜਿਹੜਾ ਵੀ ਗੁਰਸਿੱਖ ਕੋਈ ਸੰਤ ਸਾਧੂ ਆਇਆ ਪ੍ਰਸ਼ਾਦਾ ਤਿਆਰ ਕਰੀਦਾ ਔਰ ਛਕਾਈਦਾ ਹੈ। ਲੈ ਖੁਸ਼ੀ ਕਰ ਤਿਆਰ ਛਕਾਵੋ, ਪੂਰੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਛਕਾ ਕੇ ਆਏ ਗੁਰਸਿੱਖ ਦੀ, ਆਏ ਸਾਧੂ ਸੰਤ ਦੀ, ਭਲੇ ਪੁਰਸ਼ ਦੀ। ਮਹਾਰਾਜ ਜਿੰਨੀ ਕੁ ਹੁੰਦੀ ਹੈ ਅਸੀਂ ਖੁਸ਼ੀ ਲੈਂਦੇ ਹਾਂ। ਪਰਪਾ ਸਾਥ ਰਹੀ ਬਨ ਮੇਰੀ, ਜਿਹੜਾ ਮੇਰਾ ਪਤੀ ਹੈ ਉਹਦੇ ਨਾਲ ਮੇਰਾ ਬਹੁਤ ਸਨੇਹ ਹੈ, ਬਣੀ ਹੋਈ ਹੈ। ਇਹ ਨਹੀਂ ਕਿ ਪਤੀ ਦਾ ਮੂੰਹ ਦੂਜੇ ਪਾਸੇ ਨੂੰ, ਪਤਨੀ ਦਾ ਦੂਜੇ ਪਾਸੇ ਨੂੰ, ਸਾਰਾ ਦਿਨ ਹੀ ਲੜੀ ਜਾਣਾ ਆਪਸ ਵਿੱਚ, ਇਹੋ ਜਿਹੀ ਗੱਲ ਨਹੀਂ। ਮਹਾਰਾਜ ਮੈਂ ਆਪਣੇ ਪਤੀ ਦਾ ਬਹੁਤ ਸਤਿਕਾਰ ਕਰਦੀ ਹਾਂ, ਉਹ ਵੀ ਮੇਰੇ ਨਾਲ ਬਹੁਤ ਚੰਗਾ ਵਿਹਾਰ ਕਰਦੇ ਆ। ਸਿੱਖਣ ਸੇਵਾ ਕਰੋ ਕਨੇਰੀ, ਬਸ ਸਾਡਾ ਇੱਕੋ ਕੰਮ ਹੈ ਸਾਰੇ ਪਰਿਵਾਰ ਦਾ, ਮੇਰੇ ਸਹੁਰੇ ਪਰਿਵਾਰ ਦਾ, ਸਿੱਖਾਂ ਦੀ, ਗੁਰਸਿੱਖਾਂ ਦੀ, ਸੰਗਤ ਦੀ, ਜਿੰਨੀ ਵੀ ਹੁੰਦੀ ਹੈ ਵੱਧ ਤੋਂ ਵੱਧ ਸੇਵਾ ਕਰੀਦੀ ਹੈ। ਸੰਤਾਂ ਤੇ ਮੈਂ ਪੂਰਬ ਸੁਣਿਓ, ਮੈਂ ਸੰਤਾਂ ਕੋਲੋਂ ਪਹਿਲਾਂ ਹੀ ਜਿਹੜੇ ਮਹਾਂਪੁਰਖ ਸਾਡੇ ਘਰ ਵਿੱਚ ਰਹੇ ਨਾ ਉਹਨਾਂ ਤੋਂ ਇਹ ਬਚਨ ਸੁਣੇ ਸਨ ਕਥਾ ਵਿੱਚ। ਤ੍ਰਿਯਕੋ ਇੱਕ ਅਲੰਭ ਪਤ ਗੁਨਿਓ, ਤ੍ਰੀ ਭਾਵ ਜਿਹੜੀ ਇਸਤਰੀ ਹੁੰਦੀ ਹੈ ਨਾ ਉਹਦਾ ਇੱਕੋ ਇੱਕ ਆਸਰਾ ਪਤੀ ਹੁੰਦਾ, ਉਹਦਾ ਹੋਰ ਕੋਈ ਉਹਦਾ ਆਸਰਾ ਨਹੀਂ ਹੁੰਦਾ। ਉਹ ਪਤੀ ਨੂੰ ਆਪਣਾ ਜੀਵਨ ਵਿੱਚ ਪਤੀ ਵਰਤਾ ਇਸਤਰੀ ਆਪਣਾ ਆਸਰਾ ਮੰਨਦੀ ਹੈ ਲੋਕ ਪ੍ਰਲੋਕ ਦਾ। ਜਾਂ ਤੇ ਸੇਵਾ ਕਰੋ ਮਹਾਨਾ, ਇਸ ਕਰਕੇ ਮਹਾਰਾਜ ਮੈਂ ਆਪਣੇ ਪਤੀ ਦੀ ਵੀ ਬੜੀ ਸ਼ਰਧਾ ਨਾਲ ਸੇਵਾ ਕਰਦੀ ਹੈ ਕਿ ਮੇਰੇ ਲੋਕ ਪ੍ਰਲੋਕ ਦਾ ਆਸਰਾ ਹੈ। ਸਤਿ ਸੰਗਤ ਜੀ, ਦਸਮ ਪਿਤਾ ਜੀ ਨੇ ਇੱਕ ਬੜਾ ਸੋਹਣਾ ਪ੍ਰਸੰਗ ਚਰਿਤਰਾਂ ਵਿੱਚ ਲਿਖਿਆ। ਮਹਾਰਾਜ ਕਹਿੰਦੇ, ਪਾਣੀ ਕੇ ਮਾਂਗਤ ਪਾਥਰ ਮਾਰਤ, ਨਾਰ ਕਿਦੋਂ ਘਰ ਨਾ ਹੈਰਾਨੀ। ਪਤੀ ਵਿਚਾਰਾ ਹਲ ਵਾਹ ਕੇ ਆਇਆ,
ਥੱਕਿਆ ਟੁੱਟਾ ਭੁੱਖਾ ਪਿਆਸਾ ਘਰ ਵਾਲੀ ਨੂੰ ਆਖਿਆ ਮੈਨੂੰ ਠੰਡਾ ਪਾਣੀ ਪੀਣ ਵਾਸਤੇ ਦੇ। ਚਲਾਕ ਦੇ ਸਿਰ ਵਿੱਚ ਪੱਥਰ ਮਾਰ ਕੇ ਸਿਰ ਪਾੜਤਾ। ਇੰਨੀ ਗੁੱਸੇਖੋਰ ਇੰਨਾ ਕ੍ਰੋਧੀ ਸੁਭਾਅ। ਮਹਾਰਾਜ ਕਹਿੰਦੇ ਕਾਹਦੀ ਧਰਮ ਸੁਪਤਨੀ ਲਿਆਂਦੀ ਘਰ ਵਿੱਚ ਸ਼ੇਰ ਬੰਨ ਲਿਆ ਖਾਣ ਵਾਸਤੇ। ਇਹੋ ਜਿਹੀਆਂ ਵੀ ਹੁੰਦੀਆਂ। ਪਰ ਕਬੀਰ ਸਾਹਿਬ ਦੀ ਲੋਈ ਵਰਗੀ ਧਰਮ ਸੁਪਤਨੀ ਵੀ ਕੋਈ ਬਿਰਲੀ ਹੋਏਗੀ। ਕੋਈ ਬੰਦਾ ਸਾਧ ਸੰਗਤ ਜੀ ਮਨ ਚਲੇ ਸੁਭਾਅ ਦਾ, ਉਹਦੇ ਮਨ ਵਿੱਚ ਖਿਆਲ ਆਇਆ ਕਿ ਕਬੀਰ ਨੂੰ ਦੁਨੀਆ ਬੜਾ ਪੂਜਦੀ ਹੈ, ਧੰਨ ਕਬੀਰ ਕਰਦੀ ਹੈ, ਬੰਦਾ ਤਾਂ ਸਾਡੇ ਵਰਗਾ ਹੀ ਹੈ, ਇਹਨੂੰ ਕਿਹੜੇ ਵੱਖਰੇ ਕੋਈ ਫੁੱਲ ਲੱਗੇ ਹੈ, ਮੈਂ ਕਿਉਂ ਨਹੀਂ ਕਬੀਰ ਵਾਂਗੂ ਪੂਜਾ ਕਰਾ ਸਕਦਾ। ਕਹਿੰਦਾ ਚਲੋ ਇੱਕ ਦਿਨ ਦੇਖੀਏ ਘਰ ਵਿੱਚ ਇਹਦੇ ਕੋਲੇ ਕਿਹੜਾ ਗੁਣ ਹੈ, ਕਿਹੜੀਆਂ ਇਹਦੇ ਵਿੱਚ ਸਿਫਤਾਂ ਜਿਹਦੇ ਆਸਰੇ ਇੰਨੀ ਇਹਦੀ ਸਿਫਤ ਵਡਿਆਈ ਜਸ ਹੁੰਦਾ। ਕਿਸੇ ਦੀ ਵਡਿਆਈ ਸਹਾਰਨੀ ਸਭ ਤੋਂ ਔਖੀ ਹੈ, ਕਿਸੇ ਦਾ ਮਾਣ ਸਤਿਕਾਰ ਝੱਲਣਾ ਬਹੁਤ ਔਖਾ। ਸੰਗਤ ਜੀ ਕੋਈ ਵਿਰਲਾ ਹੀ ਗੁਰਮੁਖ ਹੁੰਦਾ ਕਿਸੇ ਦੀ ਵਡਿਆਈ ਵੇਖ ਕੇ ਮਨ ਵਿੱਚ ਪ੍ਰਸੰਨ ਹੋਵੇ, ਨਹੀਂ ਤਾਂ ਈਰਖਾ ਦਾ ਸਾੜਾ ਟਿਕਣ ਨਹੀਂ ਦਿੰਦਾ ਬੰਦੇ ਨੇ। ਕਬੀਰ ਸਾਹਿਬ ਮਹਾਂਪੁਰਖ ਸੀ, ਸਮਝ ਲਿਆ ਵੀ ਇਹ ਬੰਦਾ ਆਇਆ ਵਿਚਾਰਾ ਲੋਈ ਮਾਤਾ ਨੂੰ ਕਹਿੰਦੇ ਹੇ ਸੁਮਤੇ, ਮਿੱਟੀ ਪੁੱਟ ਕੇ ਖੇਤਾਂ ਵਿੱਚੋਂ ਚੀਕਣੀ ਚੀਕਣੀ ਮਿੱਟੀ ਲੈ ਕੇ ਆ, ਆਪਾਂ ਨੂੰ ਲੋੜ ਹੈ। ਮਾਤਾ ਲੋਈ ਸਾਧ ਸੰਗਤ ਜੀ ਸੱਤ ਪ੍ਰਤੱਗੀ ਜੀਵਨ ਸੀ, ਕਹਿਣ ਲੱਗੇ ਸੱਤ ਬਚਨ ਜੀ ਖੇਤਾਂ ਵਿੱਚ ਗਏ, ਡੂੰਘੇ ਥਾਂ ਤੋਂ ਚੀਕਣੀ ਮਿੱਟੀ ਲਿਆਂਦੀ, ਲਿਆ ਕੇ ਕਬੀਰ ਸਾਹਿਬ ਨੂੰ ਪੁੱਛਿਆ ਜੀ ਮਹਾਰਾਜ ਜੀ ਆਗਿਆ ਕੀ ਹੈ। ਕਹਿਣ ਲੱਗੇ ਇਹਨੂੰ ਚੰਗੀ ਤਰ੍ਹਾਂ ਐਨ ਮਹੀਨ ਕਰਦੇ, ਬਰੀਕ ਕਰਦੇ, ਕੁੱਟ ਕੁੱਟ ਕੇ ਥਾਪੀ ਨਾਲ ਮੋਗਰੀ ਨਾਲ ਕੁੱਟ ਕੁੱਟ ਕੇ ਐਨ ਜਦੋਂ ਬਰੀਕ ਹੋ ਗਈ ਰੇਤੇ ਵਰਗੀ ਮੈਦੇ ਵਰਗੀ, ਕਹਿੰਦੇ ਮਲਮਲ ਦਾ ਕੱਪੜਾ ਲੈ ਕੇ ਇਹਨੂੰ ਕੱਪੜ ਛਾਣ ਕਰ। ਕੱਪੜ ਛਾਣ ਕਰ ਲਿਆ, ਕਹਿੰਦੇ ਢੇਰੀ ਲਾ, ਢੇਰੀ ਲਾ ਕੇ ਕਹਿੰਦੇ ਵਿਚਕਾਰੋਂ ਥੋੜਾ ਥੋੜਾ ਥਾਂ ਖਾਲੀ ਕਰ ਲੈ। ਖਾਲੀ ਕਰ ਲਿਆ, ਸੱਤ ਬਚਨ, ਸੱਤ ਬਚਨੀ ਹੋਈ ਜਾਂਦੀ ਹੈ ਇਹ ਪਤੀ ਵਰਤਾ ਮਾਈਆਂ ਦਾ ਜੀਵਨ ਹੁੰਦਾ। ਕਹਿਣ ਲੱਗੇ ਜਿਹੜਾ ਤਾਜ਼ਾ ਤਾਜ਼ਾ ਘਿਓ ਪਹਿਲਾਂ ਤਾਂ ਜੁੜਦਾ ਹੀ ਨਹੀਂ ਸੀ, ਆਇਆ ਬਣਿਆ ਘਿਓ ਦੁੱਧ, ਆਏ ਸੰਗਤ ਨੂੰ ਸਾਧੂਆਂ ਨੂੰ ਛਕਾ ਦਿੰਦੇ ਸਨ, ਰਾਹੀ ਪਾਂਧੀਆਂ ਨੂੰ ਛਕਾ ਦਿੰਦੇ। ਕਹਿੰਦੇ ਜਿਹੜਾ ਤੂੰ ਸੇਰਕ ਘਿਓ ਬਣਾਇਆ ਨਾ ਤਾਜ਼ਾ ਕੀਤਾ ਹੋਇਆ ਗਰਮ, ਉਹ ਲੈ ਕੇ ਆ। ਸੱਤ ਬਚਨ ਜੀ ਘਿਓ ਲਿਆਂਦਾ, ਕਹਿਣ ਲੱਗੇ ਦੇ ਵਿੱਚ ਪਾ ਦੇ, ਪਾਤਾ ਮਿੱਟੀ ਵਿੱਚ। ਕਹਿਣ ਲੱਗੇ ਆਟੇ ਦੀ ਤਰ੍ਹਾਂ ਚੰਗੀ ਤਰ੍ਹਾਂ ਗੁੰਨ, ਐਨ ਗੁੰਨ ਕੇ ਚੰਗੀ ਤਰ੍ਹਾਂ ਤਿਆਰ ਕਰ ਲਿਆ। ਕਹਿੰਦੇ ਹੁਣ ਪੌੜੀ ਚੜ੍ਹ ਕੇ ਉੱਤੇ ਬਨੇਰੇ ਤੇ ਮਿੱਟੀ ਲਾਇਆ, ਬਰਸਾਤ ਆਉਣ ਵਾਲੀ ਹੈ, ਕਿਤੇ ਕੋਠਾ ਚੋਣ ਨਾ ਲੱਗ ਪਵੇ। ਮਾਤਾ ਨੇ ਸਤ ਕਰਕੇ ਮੰਨਿਆ, ਕੋਠੇ ਦੇ ਉੱਤੇ ਚੰਗੀ ਤਰ੍ਹਾਂ ਉਹ ਜਿਹੜਾ ਆਟਾ ਮਿੱਟੀ ਗੁੰਨੀ ਹੋਈ ਸੀ ਘਿਓ ਵਿੱਚ ਉਹ ਚੰਗੀ ਤਰ੍ਹਾਂ ਸਾਧ ਸੰਗਤ ਜੀ ਲਾ ਕੇ ਲਿਪ ਦਿੱਤਾ, ਥੱਲੇ ਆ ਗਏ। ਕਹਿਣ ਲੱਗੇ ਚੰਗਾ ਤੂੰ ਹੁਣ ਹੱਥ ਪੈਰ ਧੋ ਕੇ ਪ੍ਰਸ਼ਾਦਾ ਤਿਆਰ ਕਰ ਲੈ, ਸੰਗਤਾਂ ਆਉਣ ਵਾਲੀਆਂ। ਕਹਿਣ ਲੱਗੇ ਜੀ ਸਤ ਬਚਨ, ਉਹ ਸਾਰਾ ਕੁਛ ਦੇਖੀ ਗਿਆ।
ਕਹਿੰਦਾ ਬਸ ਇੰਨੀ ਕੁ ਗੱਲ ਹੀ ਹੈ ਵੀ ਇੰਨੀ ਗੱਲ ਚੀਜ਼ ਦੀ ਬੜੀ ਘਰੇ ਚਲਿਆ ਗਿਆ, ਕਬੀਰ ਬਣ ਲੱਗਾ ਰੀਸ ਕਰਕੇ। ਘਰ ਵਾਲੀ ਨੂੰ ਕਹਿੰਦਾ, ਕਹਿੰਦਾ ਚੀਕਣੀ ਮਿੱਟੀ ਲੈ ਕੇ ਆ, ਰੀਸ ਕਰਨੀ ਸੀ ਕਬੀਰ ਸਾਹਿਬ ਦੀ। ਉਹ ਕਹਿਣ ਲੱਗੀ, ਤੂੰ ਸਿਰ ਚ ਪਾਉਣੀ ਆ ਮਿੱਟੀ, ਤੈਨੂੰ ਕੀ ਲੋੜ ਪੈ ਗਈ ਮਿੱਟੀ ਦੀ। ਉਹ ਕਹਿੰਦਾ ਆਖੇ ਤਾਂ ਲੱਗ ਜਾ, ਲੋਕ ਸੁਣ ਕੇ ਮੇਰੀ ਮਿਹਨਤ ਹੈ, ਅੰਦਰ ਵੜ ਕੇ ਮੇਰੀ ਗੱਲ ਤਾਂ ਮੰਨ ਲੈ। ਚਲੋ ਬੁਸ ਬੁਸ ਕਰਦੀ, ਗਾਲਾਂ ਕੱਢਦੀ ਚਲੀ ਗਈ, ਮਿੱਟੀ ਲੈ ਆਉਂਦੀ। ਕਹਿਣ ਲੱਗੀ ਕੁੱਟ, ਉਹ ਕਹਿਣ ਲੱਗਾ ਹੁਣ ਇਹਨੂੰ ਕੁੱਟ ਚੰਗੀ ਤਰ੍ਹਾਂ ਥਾਪੀ ਨਾਲ, ਮੇਰੇ ਤੋਂ ਉਹਨੂੰ ਕੁੱਟੀ ਜਾਂਦੀ, ਮੇਰੀਆਂ ਬਾਹਾਂ ਥੱਕ ਗਈਆਂ, ਟੁੱਟੀਆਂ ਜਾਂਦੀਆਂ ਪੁੱਟਦੀ ਦੀ ਮਿੱਟੀ ਦੀ, ਆਪੇ ਕੁੱਟ ਲੈ ਇਹਨੂੰ ਮਾਂ ਨੂੰ। ਉਹ ਵਿਚਾਰਾ ਬਸ਼ਰਮ ਜਿਹਾ ਹੋਇਆ, ਕਦੇ ਇੱਧਰ ਵੇਖੇ ਉੱਧਰ ਵੇਖੇ, ਮਸਾਈ ਜ਼ੋਰ ਜ਼ਾਰ ਪਾ ਕੇ ਤਰਲੇ ਤੁਰਲੇ ਕਰਕੇ ਮਾਤਰ ਨੇ ਸਾਧ ਸਿੰਘ ਦੀ ਮਿੱਟੀ ਕਟਾ ਲਈ। ਕਹਿਣ ਲੱਗਾ ਹੁਣ ਇਹਨੂੰ ਕੱਪੜ ਛਾਣ ਕਰ। ਕਹਿੰਦੀ ਤੇਰੇ ਦਿਮਾਗ 'ਚ ਭਰਕ ਪੈ ਗਿਆ, ਪਾਗਲ ਹੋ ਗਿਆ ਤੂੰ, ਤੇਰਾ ਇਲਾਜ ਕਰਾਉਣਾ ਪੈਣਾ। ਕਹਿੰਦਾ ਇੱਕ ਵਾਰੀ ਤਾਂ ਮੰਨ ਗੱਲ, ਮੈਂ ਤੇਰੇ ਨਾਲ ਲੱਗਦਾ। ਚਲੋ ਨਾਲ ਲੱਗ ਕੇ ਉਹ ਮਿੱਟੀ ਪੁਣ ਛਾਣ, ਸਾਧ ਸਿੰਘ ਜੀ ਕੱਪੜ ਛਾਣ ਕਰ ਲਈ। ਕਹਿੰਦਾ ਹੁਣ ਘਿਓ ਗਰਮ ਕਰਕੇ ਲਿਆ, ਇਹ ਮਿੱਟੀ ਵਿੱਚ ਪਾਉਣਾ। ਇੰਨੇ ਨੂੰ ਮੁੰਡੇ ਵਿਚਾਰੇ ਆਏ, ਕੰਮ ਕਾਰ ਕਰਕੇ ਥੱਕੇ ਸੀ। ਕਹਿਣ ਲੱਗੀ, ਪੁੱਤੋ ਤੁਹਾਡਾ ਬਾਪ ਕਮਲਾ ਹੋ ਗਿਆ, ਇਹਨੂੰ ਬੰਨ ਲਓ ਚੰਗੀ ਤਰ੍ਹਾਂ, ਦਿਮਾਗ 'ਚ ਫਰਕ ਪੈ ਗਿਆ। ਉਹ ਸਾਧ ਸਿੰਘ ਜੀ ਪੁੱਤ ਜਿਹੜੇ ਸੀ ਮਾਂ ਦੇ ਆਖੇ ਲੱਗਦੇ, ਉਹਨਾਂ ਨੇ ਥਮਲੇ ਨਾਲ ਪਿਓ ਬੰਨ ਲਿਆ ਵਿਚਾਰਾ, ਤੇ ਮੋਹਲਾ ਲੈ ਕੇ ਕੁੱਟਣ ਲੱਗ ਪਏ ਉਹਨੂੰ। ਕਹਿੰਦੇ ਜੇ ਦਿਮਾਗ ਦਰੁਸਤ ਕਰਨਾ, ਉਹਨੂੰ ਤਾਂ ਹੁਣ ਮੋਹਲੇ ਪੈਣ ਲੱਗ ਗਏ। ਤੁਹਾਨੂੰ ਪਤਾ ਹੀ ਹੈ ਮੋਹਲੇ ਕਿਹਨੂੰ ਕਹਿੰਦੇ ਹੈ, ਜਿਹਨਾਂ ਨਾਲ ਚੌਲ ਚੂਲ ਕੁੱਟ ਕੇ ਆਪਾਂ ਸਾਧ ਸੰਗਤ ਜੀ ਉਖਲੀ ਵਿੱਚ ਤਿਆਰ ਕਰਦੇ ਸੀ, ਫੱਕ ਲਾਉਂਦੇ ਸੀ, ਉਹਨੂੰ ਤਾਂ ਮੋਹਲਿਆਂ ਦੀ ਬਰਸਾਤ ਹੋਣ ਲੱਗ ਪਈ। ਤਿੰਨ ਪੁੱਤ ਸੀ ਜੱਟ ਦੇ, ਵਾਰੀ ਵਾਰੀ ਕੁੱਟਣ, ਉਹਦੀਆਂ ਚੀਕਾਂ ਪੈਣ ਵਿਚਾਰੇ ਦੀਆਂ। ਇੰਨੇ ਨੂੰ ਕਬੀਰ ਸਾਹਿਬ ਨੇ ਚੀਕਾਂ ਸੁਣਦੀਆਂ, ਕਹਿਣ ਲੱਗੇ ਉਹੀ ਹੈ ਜਿਹੜਾ ਕਬੀਰ ਬਣਦਾ ਸੀ। ਕਬੀਰ ਸਾਹਿਬ ਦਿਆਲੂ ਸੀ, ਭੱਜੇ ਭੱਜੇ ਆਏ ਵੀ ਛਡਾਈਏ ਇਹਨੂੰ, ਬੁਰਿਆਂ ਦੇ ਵੱਸ ਪੈ ਗਿਆ ਵਿਚਾਰਾ ਮਾਤੜ ਗਰੀਬ। ਤੋ ਸਾਧ ਸੰਗਤ ਜੀ ਫੇਰ ਕਬੀਰ ਸਾਹਿਬ ਆਏ, ਉਹ ਸਾਰੇ ਕਬੀਰ ਜੀ ਦਾ ਸਤਿਕਾਰ ਕਰਦੇ, ਮੁੰਡੇ ਵੀ ਮੱਥਾ ਟੇਕਣ ਲੱਗ ਪਏ, ਮਾਂ ਵੀ ਟੇਕਣ ਲੱਗ ਪਈ ਉਹਨਾਂ ਦੀ ਵੀ ਭਗਤ ਜੀ ਆ ਗਏ। ਕਹਿਣ ਲੱਗੇ ਭਾਈ ਕੀ ਹੋਇਆ? ਕਹਿੰਦੇ ਜੀ ਸਾਡੇ ਬਾਪ ਦੇ ਸਿਰ ਦਿਮਾਗ ਵਿੱਚ ਫਰਕ ਪੈ ਗਿਆ, ਪਾਗਲ ਹੋ ਗਿਆ, ਜੇ ਇਹਨੂੰ ਖੁੱਲਾ ਛੱਡਤਾ ਇਹ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰ ਦੂ, ਇਹ ਤਾਂ ਘਰ ਹੀ ਨਾ ਢਾ ਦੇਵੇ, ਕਿਤੇ ਕਿਸੇ ਨੂੰ ਮਾਰ ਮੂਰ ਨਾ ਦੇਵੇ। ਕਹਿਣ ਲੱਗੇ ਕੀ ਗੱਲ ਹੋਈ? ਉਹ ਮਾਈ ਨੇ ਦੱਸੀਆਂ ਸਾਰੀਆਂ ਗੱਲਾਂ ਵੀ ਕਬੀਰ ਸਾਹਿਬ ਜੀ ਕੋਈ ਮਿੱਟੀ ਵਿੱਚ ਘਿਓ ਪਾਉਂਦਾ ਦੇਖਿਆ, ਸ਼ੱਕਰ ਵਿੱਚ ਤਾਂ ਲੋਕ ਘਿਓ ਪਾਉਂਦੇ ਆ ਜਦੋਂ ਹਾੜੀ ਆਉਂਦੀ ਹੈ, ਕਣਕਾਂ ਕੁਣਕਾਂ ਵੱਢਦੇ ਆ ਵੀ ਸ਼ੱਕਰ ਘਿਓ ਰਲਾ ਦਿਓ ਤਾਂ ਕਿ ਉਹ ਜਿਹੜੀ ਗਰਦ ਗੁਰਦ ਜੀ ਅੰਦਰ ਜਾਂਦੀ ਹੈ ਫੇਫੜਿਆਂ ਦੇ ਵਿੱਚ ਨਾ ਜਮੇ, ਸਾਫ ਸੂਫ ਹੋ ਜਾਏ, ਸਰੀਰ ਨੂੰ ਤਰੋਤ ਵੀ ਮਿਲ ਜਾਏ। ਤੇ ਮਿੱਟੀ ਵਿੱਚ ਵੀ ਕੋਈ ਘਿਓ ਪਾਉਂਦਾ ਦੇਖਿਆ? ਇਹ ਤਾਂ ਇੰਨਾ ਇਹਦਾ ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਿਆ, ਮਿੱਟੀ ਵਿੱਚ ਘਿਓ ਪਾ ਰਿਹਾ, ਘਿਓ ਲੋਕਾਂ ਨੂੰ ਦੇਖਣ ਨੂੰ ਨਹੀਂ ਮਿਲਦਾ, ਉਹ ਵੀ ਦੇਸੀ ਘਿਓ। ਕਬੀਰ ਸਾਹਿਬ ਚੁੱਪ ਕਰਕੇ, ਚੁੱਪ ਚਾਪ ਕਰਕੇ ਕਹਿੰਦੇ ਭਾਈ ਗੱਲ ਇਹ ਨਹੀਂ, ਗੱਲ ਇਹ ਹੈ ਕਬੀਰ ਬਣਨਾ ਚਾਹੁੰਦਾ ਸੀ, ਮੇਰੇ ਘਰੇ ਆ ਸਾਰਾ ਕੁਛ ਹੋਇਆ,
ਤੇ ਇਸ ਕਰਕੇ ਦਾ ਵਿਚਾਰੇ ਦਾ ਕਸੂਰ ਕੋਈ ਨਹੀਂ, ਇਹਨੂੰ ਛੱਡ ਦੋ ਤੇ ਦਿਮਾਗ 'ਚ ਕੋਈ ਫਰਕ ਨਹੀਂ ਪਿਆ, ਇਹ ਤਾਂ ਰੀਸ ਕਰਨੀ ਚਾਹੁੰਦਾ ਸੀ ਭਲਾ ਪੁਰਸ਼। ਸੋ ਕਹਿੰਦੇ ਕਬੀਰ ਐਵੇਂ ਨਹੀਂ ਬਣਿਆ ਜਾਂਦਾ, ਕਬੀਰ ਬਣਨਾ ਬੜਾ ਔਖਾ। ਸੋ ਬਈ ਕਈ ਐਸੀਆਂ ਵੀ ਵਿਚਾਰੀਆਂ ਹੁੰਦੀਆਂ, ਪ੍ਰਸੰਗ ਤਾਂ ਬੜੇ ਸੋਹਣੇ ਸੋਹਣੇ ਆ ਪਰ ਸਮਾਂ ਆਗਿਆ ਨਹੀਂ ਦਿੰਦਾ। ਸੋ ਇਹ ਮਾਈ ਜਿਹੜੀ ਹੈ ਇਹ ਕਹਿਣ ਲੱਗੀ ਵੀ ਮਹਾਰਾਜ ਮੈਂ ਸੁਣਿਆ ਵੀ ਪਤੀ ਦਾ ਆਸਰਾ ਵਾਹਿਗੁਰੂ ਪਤਨੀ ਦਾ ਆਸਰਾ ਪਤੀ ਹੁੰਦਾ, ਜਿਹਦੇ ਆਸਰੇ ਜਿਹੜੀ ਪਤਨੀ ਹੁੰਦੀ ਆਪਣਾ ਜੀਵਨ ਦਾ ਨਿਰਵਾਹ ਕਰਦੀ ਹੈ। ਇਸ ਕਰਕੇ ਮੈਂ ਆਪਣੇ ਪਤੀ ਦੀ ਵੀ ਬੜੀ ਆਗਿਆ ਮੰਨਦੀ, ਪਤੀ ਦੀ ਵੀ ਬਹੁਤ ਸੇਵਾ ਸ਼ਰਧਾ ਭਾਵਨਾ ਨਾਲ ਕਰਦੀ ਹਾਂ। ਸਤ ਸੰਗਤ ਜੀ, ਇਸ ਕਰਕੇ ਇੱਕ ਬੜਾ ਸੋਹਣਾ ਪ੍ਰਸੰਗ ਆਉਂਦਾ ਫਰੀਦ ਸਾਹਿਬ ਦੇ ਜੀਵਨ ਵਿੱਚ, ਚਲੋ ਸੁਣਾਈ ਦਈਏ। ਉਹ ਕਹਿੰਦੇ ਇੱਕ ਵਾਰੀ ਨਾ ਫਰੀਦ ਸਾਹਿਬ ਤੁਰੇ ਜਾਂਦੇ ਆ, ਪਿਆਸ ਲੱਗਦੀ ਪਾਣੀ ਦੀ, ਉਹ ਖੂਹ ਤੇ ਨਾ ਬੀਬੀ ਕੋਈ ਪਾਣੀ ਭਰਦੀ ਹੈ, ਰੋੜੀ ਜਾਂਦੀ ਹੈ, ਤਾਂ ਫਰੀਦ ਸਾਹਿਬ ਨੇ ਪਾਣੀ ਮੰਗਿਆ, ਹੇ ਮਾਤਾ ਮੈਨੂੰ ਪਾਣੀ ਪਿਆ। ਉਹ ਕਹਿੰਦੀ ਵੀ ਚੁੱਪ ਕਰ ਜਾ, ਚਲੋ ਫੇਰ ਮੰਗਿਆ, ਫੇਰ ਮੰਗਿਆ। ਫਰੀਦ ਸਾਹਿਬ ਨੂੰ ਗੁੱਸਾ ਆ ਗਿਆ, ਕਹਿੰਦੇ ਤੂੰ ਪਾਣੀ ਕਿਉਂ ਨਹੀਂ ਪੀਣ ਨੂੰ ਮਾਈ ਦਿੰਦੀ। ਕਹਿਣ ਲੱਗੀ ਇੱਥੇ ਮਰ ਜਾਓ ਜਿਉਂ ਜੋ ਚੁੜੀਆਂ ਵਾਲੀ ਗੱਲ ਨਹੀਂ, ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਹੈ, ਇੱਥੋਂ 500 ਕੋਹ ਦੂਰ ਹੈ, ਬੱਚੇ ਛੋਟੇ ਛੋਟੇ ਪੰਘੂੜੇ ਵਿੱਚ ਰੱਖੇ ਹੋਏ ਹੈ, ਜੇ ਪਾਣੀ ਇੱਥੋਂ ਪਾ ਪਾ ਕੇ ਘਰ ਦੀ ਅੱਗ ਨਾ ਬੁਝਾਈ, ਘਰ ਨਹੀਂ ਬਚਣਾ, ਘਰ ਸੜਦਾ ਸੜਦੇ ਬੱਚੇ ਨਹੀਂ ਬਚਣੇ। ਫਰੀਦ ਸਾਹਿਬ ਦੇ ਨਾ ਪੈਰ ਤੋਂ ਲੈ ਕੇ ਸਿਰ ਤੱਕ ਕਾਂਬਾ ਛਿੜ ਗਿਆ, ਪਿਆਸ ਪੂਸ ਤਾਂ ਉੱਡ ਗਈ। ਪਾਣੀ ਪੂਣੀ ਡੋਲ ਡਾਲ ਕੇ ਜਦੋਂ ਹਟੀ, ਫਰੀਦ ਸਾਹਿਬ ਕਹਿੰਦੇ ਮਾਤਾ ਪਿਆਸ ਤਾਂ ਹੁਣ ਉੱਡੀ ਗਈ, ਗੱਲ ਦੱਸ ਤੈਨੂੰ ਕਿਹਨੇ ਦੱਸਿਆ ਵੀ ਮਰ ਜਾਓ ਚਿੜੀਓ ਜਿਉਂ ਕੋ ਚਿੜੀਓ, ਇਹ ਤਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ, ਕਿਉਂਕਿ ਜਦੋਂ 12 ਸਾਲ ਦਾ ਤਪ ਕਰਕੇ ਫਰੀਦ ਸਾਹਿਬ ਆਏ ਨਾ, ਕਹਿੰਦੇ ਵੇਖੀਏ ਕੋਈ ਸ਼ਕਤੀ ਸ਼ੁਕਤੀ ਆਈ ਆ ਅੰਦਰ, ਚਿੜੀਆਂ ਵਿਚਾਰੀਆਂ ਚੋਗਾ ਚੁਗਦੀਆਂ ਜੰਗਲ ਦੇ ਵਿੱਚ, ਕਹਿੰਦਾ ਪ੍ਰਤਿਆ ਕੇ ਜਮਾ ਕੇ ਵੇਖ ਲਈਏ। ਫਰੀਦ ਸਾਹਿਬ ਕਹਿੰਦੇ ਮਰ ਜਾਓ ਚਿੜੀਓ, ਚਿੜੀਆਂ ਮਰ ਗਈਆਂ, ਤਪ ਦੀ ਸ਼ਕਤੀ ਸੀ। ਬੜਾ ਖੁਸ਼ ਹੋਇਆ ਬੱਲੇ ਬੱਲੇ, ਕਹਿੰਦਾ ਇੱਕ ਜਵਾਨ ਕਹਿਣ ਨਾਲ ਸੈਂਕੜੇ ਚਿੜੀਆਂ ਮਰ ਗਈਆਂ, ਵਾਹ ਵੀ ਫਰੀਦ ਤੂੰ ਤਾਂ ਖੁਦਾ ਵਰਗਾ ਬਣ ਗਿਆ, ਅੱਜ ਖੁਦਾਈ ਸ਼ਕਤੀ ਤੇਰੇ ਕੋਲ ਆ। ਕਹਿੰਦਾ ਜਿਉਂ ਕੋ ਚਿੜੀਓ, ਚਿੜੀਆਂ ਜਿਉਂ ਕੇ ਉੱਡ ਪਈਆਂ। ਕਹਿੰਦਾ ਵੀ ਗੱਲ ਬਣ ਗਈ ਹੈ। ਕਹਿਣ ਲੱਗਾ ਮਾਤਾ ਇਹ ਗੱਲ ਦੀ ਗਵਾਹੀ ਤਾਂ ਜਾਂ ਖੁਦਾ ਜਾਣਦਾ ਜਾਂ ਮੈਂ ਜਾਂ ਚਿੜੀਆਂ, ਤੈਨੂੰ ਕਿਵੇਂ ਪਤਾ ਲੱਗ ਗਿਆ? ਉਹ ਕਹਿੰਦੀ ਫਕੀਰਾ ਤੂੰ ਪਾਣੀ ਪੀ, ਤੂੰ ਕੀ ਲੈਣਾ ਇਹਨਾਂ ਗੱਲਾਂ ਤੋਂ, ਤੂੰ ਆਪਣਾ ਕੰਮ ਕਰ, ਪਿਆਸਾ ਆਇਆ ਪੀ ਕੇ ਅੱਗੇ ਜਾ ਤੂੰ। ਕਹਿਣ ਲੱਗਾ ਨਹੀਂ, ਮੈਨੂੰ ਦੱਸਣਾ ਹੀ ਪੈਣਾ, ਮੈਂ ਤੇਰੇ ਤੋਂ ਪੁੱਛ ਕੇ ਹਟਣਾ। ਕਹਿਣ ਲੱਗੀ ਫਕੀਰਾ ਤੂੰ ਤਾਂ ਤਪ ਕਰਦਾ, ਮੈਂ ਤਾਂ ਪਤੀ ਦੀ ਸੇਵਾ ਦਾ ਤਪ ਕੀਤਾ, ਮੈਂ ਆਪਣੇ ਪਤੀ ਦੇ ਹਰ ਹੁਕਮ ਦੀ ਆਗਿਆ ਦੀ ਪਾਲਣਾ ਕਰਦੀ ਹਾਂ।
ਮੈਨੂੰ ਪਤੀ ਵਰਤਾ ਹੋਣ ਕਰਕੇ ਇਹ ਸਾਰੀ ਸ਼ਕਤੀ ਮਿਲੀ ਹੈ ਕਿ ਮੈਨੂੰ ਪਤਾ ਲੱਗ ਗਿਆ ਵੀ ਤੂੰ ਆਹ ਕੁਝ ਕਰਾਮਾਤ ਵਿਖਾਈ ਹੈ। ਕਹਿੰਦਾ ਵੀ ਤੇਰੇ ਵਿੱਚ ਇੰਨੀ ਸ਼ਕਤੀ, ਇੱਥੋਂ ਪੰਜ ਕੋਹ 500 ਕੋਹ ਤੇ ਤੇਰੀ ਭੈਣ ਦਾ ਘਰ ਹੈ, ਕਹਿਣ ਲੱਗੀ ਇਵੇਂ ਹੀ ਹੈ। ਪਤੀ ਦੀ ਕਿਰਪਾ ਨਾਲ ਮੈਂ ਇੱਥੋਂ ਹੀ ਪਾਣੀ ਪਾ ਪਾ ਕੇ ਅੱਗ ਬੁਝਾ ਦਿੱਤੀ। ਇਹ ਸਾਰੀ ਪਤੀ ਵਰਤਾ ਧਰਮ ਦੀ ਕਰਾਮਾਤ ਹੈ, ਪਤੀ ਵਰਤਾ ਧਰਮ ਦੀ। ਇੱਕ ਉੱਥੇ ਕੋਈ ਸਾਧ ਸਿੰਘ ਜੀ ਮਾਤੜ ਖੜਿਆ ਸੀ, ਉਹ ਬਾਅਦ ਵਿੱਚ ਉਸ ਮਾਤਾ ਨੂੰ ਪੁੱਛਦਾ ਵੀ ਤੂੰ ਪਤੀ ਦੀ ਸੇਵਾ ਕਿਵੇਂ ਕਰਦੀ ਹੈ। ਉਹ ਕਹਿਣ ਲੱਗੀ ਵੀ ਤੂੰ ਕੀ ਲੈਣਾ। ਕਹਿਣ ਲੱਗਾ ਨੇ ਮੈਨੂੰ ਵੀ ਦੱਸ ਦੇ, ਮੈਨੂੰ ਵੀ ਥੋੜਾ ਕੁਝ ਮਿਲ ਜੂਗਾ। ਕਹਿਣ ਲੱਗੀ ਚੰਗਾ, ਆ ਜਾਈ ਕਿਸੇ ਦਿਨ ਘਰੇ। ਇੱਕ ਦਿਨ ਉਹ ਭਲਾ ਪੁਰਸ਼ ਆਇਆ, ਪਤੀ ਹਲ ਵਾਹ ਕੇ ਆਇਆ, ਸਾਧ ਸੰਗਤ ਜੀ ਅਜੇ ਬਲਦ ਲਿਆ ਕੇ ਕਿੱਲਿਆਂ ਨਾਲ ਬੰਨੇ ਸਨ, ਮੰਜੇ ਤੇ ਆ ਕੇ ਬੈਠ ਗਿਆ। ਕਹਿਣ ਲੱਗਾ ਭਾਗਵਾਨ ਨੇ ਪਾਣੀ ਦਾ ਛੰਨਾ ਲਿਆ, ਪਾਣੀ ਪੀਣਾ। ਮੋਹਲੇ ਨਾਲ ਸਾਧ ਸੰਗਤ ਜੀ ਉਖਲੀ ਵਿੱਚ ਚੌਲ ਕੁੱਟ ਰਹੀ ਹੈ ਫੱਕ ਪਾਸੇ ਕਰਨ, ਉਸੇ ਵਕਤ ਹੀ ਹੱਥ ਨਾਲ ਮੋਹਲਾ ਖੜਾ ਕਰ ਦਿੱਤਾ, ਉੱਥੇ ਹੀ ਖੜ ਗਿਆ। ਫਟਾਫਟ ਛੰਨਾ ਮਾਂਜਿਆ, ਮਾਂਜ ਕੇ ਸਾਫ ਕਰਕੇ ਪੁਣ ਕੇ ਪਾਣੀ ਘੜੇ ਵਿੱਚੋਂ ਪਤੀ ਦੇ ਪਾਸ ਲੈ ਗਈ। ਪਤੀ ਵਿਚਾਰਾ ਟੇਢਾ ਹੋ ਗਿਆ ਮੰਜੇ ਤੇ, ਥੱਕਿਆ ਬਹੁਤਾ ਸੀ, ਨੀਂਦ ਆ ਗਈ। ਤਿੰਨ ਪੈਰ ਲਗਾਤਾਰ ਹੱਥ ਜੋੜ ਕੇ ਖੜੀ ਰਹੀ ਵੀ ਜਦੋਂ ਮੰਗਣਗੇ ਉਦੋਂ ਪਾਣੀ ਦੇਵਾਂਗੇ। ਪਤੀ ਵਿਚਾਰਾ ਉੱਠੇ ਨਾ, ਘਰਾੜੇ ਮਾਰੀ ਜਾਵੇ, ਥੱਕਿਆ ਜ਼ਿਆਦੇ ਹੈ। ਅੱਧੀ ਰਾਤ ਗੁਜ਼ਰ ਗਈ, ਅੱਧੀ ਰਾਤ ਗੁਜ਼ਰਨ ਤੋਂ ਬਾਅਦ ਜਾਗ ਆਈ। ਕਹਿਣ ਲੱਗਾ ਭਾਗਵਾਨ ਨੇ ਪਾਣੀ, ਕਹਿਣ ਲੱਗੀ ਜੀ ਹਾਜ਼ਰ ਹੈ, ਛਕੋ। ਜਲ ਛਕਾਇਆ, ਹੱਥ ਪਵਿੱਤਰ ਕਰਾਏ, ਭੋਜਨ ਛਕਾਇਆ। ਭੋਜਨ ਛਕਾਉਣ ਤੋਂ ਬਾਅਦ ਪਤੀ ਨੇ ਜਦੋਂ ਆਰਾਮ ਕਰਨ ਲੱਗਾ, ਚਰਨ ਚਾਪੀ ਕੀਤੀ, ਬੜੇ ਪ੍ਰੇਮ ਨਾਲ ਸੇਵਾ ਕੀਤੀ, ਮੁੱਠੀ ਚਾਪੀ ਕਰਕੇ ਪਤੀ ਨੂੰ ਸੁਆਇਆ। ਫਿਰ ਘਰ ਦਾ ਸਾਰਾ ਸਾਫ ਸਫਾਈ, ਭਾਂਡਾ ਟੀਂਡਾ ਸਾਂਭ ਕੇ ਫਿਰ ਬਰਾਜੀ। ਉਹ ਬੰਦਾ ਕਹਿਣ ਲੱਗਾ ਮਨ ਵਿੱਚ ਕਿ ਇਹਦੇ ਵਿੱਚ ਤਾਂ ਬੜੀ ਪਾਵਰ ਹੈਗੀ, ਇਹਨੇ ਬਿਨਾਂ ਹੀ ਸਹਾਰੇ ਤੋਂ ਮੋਹਲਾ ਖੜਾ ਕਰ ਦਿੱਤਾ, ਔਰ ਇਸਨੇ ਇਹ ਸਾਰੀ ਸ਼ਕਤੀ ਕਹਿੰਦੀ ਹੈ ਮੈਂ ਪਤੀ ਦੀ ਸੇਵਾ ਚੋਂ ਪ੍ਰਾਪਤ ਕੀਤੀ ਹੈ, ਮੈਂ ਆਪਣੇ ਘਰ ਵਾਲੀ ਵੀ ਇੰਨੀ ਸ਼ਕਤੀ ਵਾਲੀ ਬਣਾਉਣੀ। ਘਰੇ ਚਲਿਆ ਗਿਆ, ਘਰ ਦੀ ਨੂੰ ਸਮਝਾਉਣ ਲੱਗ ਗਿਆ। ਉਹ ਕਿੱਥੋਂ ਸੁਣੇ, ਉਹ ਪਰਵਾਹੀ ਨਾ ਕਰੇ ਵਿਚਾਰੀ। ਆਖਿਰਕਾਰ ਕਹਿਣ ਲੱਗਾ ਮੇਰੀ ਗੱਲ ਤਾਂ ਮੰਨ। ਕਹਿਣ ਲੱਗੀ ਚੱਲ ਦੱਸ ਜੇ ਤੂੰ ਜ਼ੋਰ ਜ਼ਾਰ ਪਾ ਕੇ ਕਹਿਣਾ। ਕਹਿਣ ਲੱਗਾ ਜਦੋਂ ਮੈਂ ਹਲ ਵਾਹ ਕੇ ਆਊਂਗਾ ਤੇਰੇ ਕੋਲੋਂ ਪਾਣੀ ਮੰਗੂੰਗਾ, ਤੇ ਤੂੰ ਮੋਹਲੇ ਨਾਲ ਚੌਲ ਕੁੱਟਦੀ ਹੋਈ ਬੈਠੀ ਰਹੀ, ਤੇ ਮੈਂ ਸੌਂ ਜਾਊਂਗਾ, ਤੂੰ ਪਾਣੀ ਦਾ ਛੰਨਾ ਲੈ ਕੇ ਖੜੀ ਰਹੀ, ਤੇ ਜਦੋਂ ਮੈਂ ਉੱਠਿਆ ਉਦੋਂ ਤੂੰ ਮੈਨੂੰ ਪਾਣੀ ਪਿਆਈ, ਤੇਰੇ ਵਿੱਚ ਵੀ ਉਹਦੇ ਜਿੰਨੀ ਸ਼ਕਤੀ ਆ ਜਾਊਗੀ, ਇੱਕ ਦਿਨ ਕਰਕੇ ਵੇਖ ਲੈ, ਇਹ ਵੀ ਜਾਦੂ ਹੀ ਹੈ। ਕਹਿਣ ਲੱਗੀ ਵੇਖੂੰਗੀ ਮੈਂ ਤੇਰੀ ਸ਼ਕਤੀ, ਕੋਈ ਨੀ ਮਨਾ ਮਨੂ ਨੀ ਕਹਿ ਕੂ ਕੇ ਆਇਆ, ਬਹਾਨਾ ਜਿਹਾ ਬਣਾ ਕੇ ਹਲ ਹੁਲ ਵਾਹ ਕੇ ਮੰਜੇ ਤੇ ਬੈਠ ਗਿਆ। ਕਹਿੰਦਾ ਪਾਣੀ ਲਿਆ। ਹੁਣ ਉਹ ਮੋਹਲਾ ਸਾਧ ਸੰਗਤ ਜੀ, ਉਹ ਕਿਹੜਾ ਪਤੀ ਵਰਤਾ ਧਰਮ, ਉਹ ਤਾਂ ਸਿਰ ਨੂੰ ਆਉਣ ਵਾਲੀ ਸੀ,
ਮੋਹਲੇ ਨੂੰ ਖੜਾਵੇ, ਮੋਹਲਾ ਕਿੱਥੋਂ ਖੜੇ ਹੋ, ਉਹ ਕਦੇ ਇੱਧਰ ਡਿੱਗ ਪਵੇ ਕਦੇ ਇੱਧਰ, ਚੱਕ ਕੇ ਚਲਾ ਕੇ ਮਾਰਿਆ। ਕਹਿਣ ਲੱਗੀ ਲਿਆਉਣੀ ਹੈ ਪਾਣੀ। ਪਾਣੀ ਜਦੋਂ ਲੈ ਕੇ ਗਈ ਛੰਨੇ ਦੇ ਵਿੱਚ ਤਾਂ ਸਾਧ ਸੰਗਤ ਜੀ ਉਹ ਸੌ ਗਿਆ। ਇੱਕ ਮਿੰਟ ਦੇਖ, ਦੋ ਮਿੰਟ ਦੇਖ, ਸਬਰ ਕਿਤੇ ਇੰਨਾ ਥੋੜੋ ਸੀ। ਕਹਿਣ ਲੱਗੀ ਇਹ ਤਾਂ ਸੁੱਤਾ ਉੱਠਦਾ ਹੀ ਨਹੀਂ, ਜਾ ਕੇ ਮੋਹਲੇ ਨਾਲ ਫੇਰ ਚੌਲ ਕੁੱਟਣ ਲੱਗ ਗਈ। ਉਹ ਉੱਥੋਂ ਬੈਠੀ ਢੀਮਾ ਮਾਰਦੀ ਆ ਵੀ ਉੱਠੇ ਤੇ ਪਾਣੀ ਮੰਗੇ, ਮੈਂ ਵੀ ਉਹਦੇ ਵਰਗੀ ਬਣਾ, ਹੁਣ ਉਹ ਕਿੱਥੋਂ ਜਾਗ ਆਵੇ, ਉਹ ਸੁੱਤਾ ਪਿਆ, ਉਹ ਜਾਗਦਾ ਹੀ ਨਹੀਂ। ਗੁੱਸਾ ਆਇਆ, ਚਲਾ ਕੇ ਛੰਨਾ ਪੈਰਾਂ ਵਿੱਚ ਮਾਰਿਆ। ਕਹਿਣ ਲੱਗੀ ਉਹ ਤੂੰ ਭੜੂਆ ਸੁੱਤਾ ਪਿਆ, ਸ਼ਕਤੀ ਕਿੱਥੋਂ ਆਉਣੀ ਹੈ, ਤੂੰ ਪਾਣੀ ਨਹੀਂ ਮੰਗਦਾ ਹੈ। ਇਸ ਕਰਕੇ ਸੋ ਸਾਧ ਸਿੰਘ ਜੀ ਕਹਿਣ ਤੋਂ ਭਾਵ ਇਹੋ ਜਿਹੀ ਵੀ ਕਈ ਵਾਰੀ ਗਾਥਾ ਬਣ ਜਾਂਦੀ ਹੈ, ਰੀਸ ਕਰੀਸ ਕਹਿੰਦੇ ਇਹਨੂੰ ਸਿਆਣੇ ਪੁਰਸ਼। ਸੋ ਇਸ ਕਰਕੇ ਇਹ ਜਿਹੜੀ ਮਾਤਾ ਨਾ ਇਹ ਕਹਿ ਰਹੀ ਹੈ ਕਿ ਮਹਾਰਾਜ ਮੈਂ ਆਪਣੇ ਪਤੀ ਦੀ ਪਰਮੇਸ਼ਰ ਰੂਪ ਜਾਣ ਕੇ ਸੇਵਾ ਕਰਦੀ ਹਾਂ। ਗੁਰ ਪਰਮੇਸ਼ਰ ਪਤ ਹੀ ਜਾਣਾ, ਇਹ ਗੁਰੂ ਸਾਹਿਬ ਜੀ ਆਪਣੇ ਪਤੀ ਨੂੰ ਮੈਂ ਪਰਮੇਸ਼ਰ ਕਰਕੇ ਜਾਣਿਆ ਮੰਨਿਆ, ਇੰਨਾ ਮੇਰੇ ਮਨ ਵਿੱਚ ਭਾਵਨਾ ਹੈ। ਮਮ ਸਸੁਰੇ ਕੋ ਸਭ ਪਰਿਵਾਰ, ਮੇਰਾ ਜਿਹੜਾ ਸਹੁਰਾ ਪਰਿਵਾਰ ਸਾਰਾ ਹੈ, ਜਿੰਨਾ ਵੀ ਦੇਵਰ ਜੇਠ ਸੰਗ ਸਭ ਤਾਰਾ, ਜਿੰਨੇ ਦਿਓਰ ਜਿੰਨੇ ਜੇਠ ਜਿੰਨੀਆਂ ਦਰਾਣੀਆਂ ਜਠਾਣੀਆਂ ਉਹਨਾਂ ਦੇ ਘਰ ਵਾਲੀਆਂ ਹਨ, ਤੁਮਰੇ ਦਰਸ਼ਨ ਕੋ ਸਭ ਆਵੇ, ਸਾਰੇ ਤੁਹਾਡੇ ਦਰਸ਼ਨ ਕਰਨ ਆਉਂਦੇ ਆ, ਤੁਹਾਡੇ ਹੀ ਸਿੱਖ ਹੈ ਤੇ ਸਾਰੇ ਇਕੱਠੇ ਹੈ। ਆਉਂਦੀਆਂ ਬਾਅਦ ਵਿੱਚ ਸਿਆਪਾ ਪਹਿਲਾਂ ਘਰ ਵਿੱਚ ਪਾ ਦਿੰਦੀਆਂ ਵੀ ਅੱਡ ਹੋ, ਜ਼ਮੀਨ ਵੀ ਵੰਡਾ, ਘਰ ਵੀ ਵੰਡਾ, ਮੈਂ ਇਕੱਠੀ ਨੇ ਰਹਿ ਕੇ ਸਾਰੇ ਟੱਬਰ ਦੀਆਂ ਰੋਟੀਆਂ ਨਹੀਂ ਮੇਰੇ ਕੋਲੋਂ ਪੱਕਦੀਆਂ। ਉਹ ਮਾਈਆਂ ਧੰਨ ਸਨ, ਉਹ ਸਤਿਯੁਗ ਸਨ, ਜਦੋਂ ਪੁੱਤਰ ਪੋਤਰੇ ਪੜੋਤਿਆਂ ਤੱਕ ਸਾਧ ਸੰਗਤ ਜੀ ਸਾਰੇ ਇਕੱਠੇ ਰਹਿ ਕੇ ਆਪਣਾ ਜੀਵਨ ਗੁਜ਼ਾਰ ਲੈਂਦੇ, ਖੁਸ਼ੀ ਖੁਸ਼ੀ, ਦੁੱਖਾਂ ਤੋਂ ਰਹਿਤ, ਖੁਸ਼ੀਆਂ ਨਾਲ, ਸਾਰੀਆਂ ਨਹੀਂ ਪਰ ਸੁਭਾਅ ਹੁੰਦਾ। ਅੱਜ ਕੱਲ੍ਹ ਸਮਾਂ ਹੀ ਐਸਾ ਆ ਗਿਆ, ਪਰਮੇਸ਼ਰ ਕਿਰਪਾ ਕਰੇ, ਮਾਂ ਬਾਪ ਦੀ ਵੀ ਕੋਈ ਸੇਵਾ ਨਹੀਂ ਕਰਦਾ, ਸੱਸ ਸਹੁਰੇ ਦੀ ਵੀ ਕੋਈ ਸੇਵਾ ਨਹੀਂ ਕਰਦਾ, ਤੇ ਏਕਤਾ ਨਾਲ ਮਿਲ ਕੇ ਵੀ ਨਹੀਂ ਕੋਈ ਰਹਿੰਦਾ, ਤਾਂ ਹੀ ਘਰਾਂ ਵਿੱਚ ਬਰਕਤਾਂ ਤੇ ਸੁੱਖ ਸ਼ਾਂਤੀ ਨਹੀਂ ਹੈ। ਪਰ ਇਹ ਮਾਤਾ ਕਹਿੰਦੀ ਮਹਾਰਾਜ ਸਾਰੇ ਇਕੱਠੇ ਸਾਰੇ ਦਰਸ਼ਨ ਕਰਨ ਆਉਂਦੇ ਐ, ਮੇਰਾ ਪਤੀ ਵੀ ਨਾਲ ਆਉਂਦਾ, ਤੁਹਾਡੇ ਦਰਸ਼ਨ ਕਰਕੇ ਸਾਰੇ ਜਾਂਦੇ ਆ ਜਦੋਂ ਸਮਾਂ ਹੁੰਦਾ ਹੈ ਕਿਸੇ ਜੋੜ ਮੇਲੇ ਤੇ ਆਉਣ ਦਾ। ਮੈਂ ਪਾਪਣ ਬਿਨ ਭਾਗ ਵਿਚਾਰ, ਪਰ ਮੈਂ ਘਰ ਵਿੱਚ ਇਹੀ ਗੱਲ ਵਿਚਾਰਦੀ ਰਹੀ, ਮੇਰੇ ਪਾਪ ਮੇਰੀ ਮੇਰੇ ਪਾਪਣ ਦੇ ਭਾਗਾਂ ਵਿੱਚ ਗੁਰੂ ਸਾਹਿਬ ਅਜੇ ਤੁਹਾਡੇ ਦਰਸ਼ਨ ਨਹੀਂ, ਤਾਂ ਹੀ ਨਹੀਂ ਮੈਨੂੰ ਇਹ ਲੈ ਕੇ ਜਾਂਦੇ ਦਰਸ਼ਨ ਕਰਨ ਵਾਸਤੇ, ਅਜੇ ਮੇਰੇ ਦਰਸ਼ਨ ਕਰਨੇ ਲਿਖੇ ਨਹੀਂ। ਗੁਰ ਸਰੂਪ ਨਹਿ ਕਬਹਿ ਨਿਹਾਰਾ, ਅੱਜ ਪਹਿਲੀ ਵਾਰ ਤੁਹਾਡੇ ਦਰਸ਼ਨ ਕੀਤੇ, ਅੱਜ ਤੱਕ ਇਸ ਤੋਂ ਪਹਿਲਾਂ ਦਰਸ਼ਨ ਨਹੀਂ ਹੋਏ। ਕੰਨ ਸਿੱਖਣ ਕੀ ਸੇਵਾ ਕਰਾਂ, ਮਹਾਰਾਜ ਮੈਂ ਘਰ ਵਿੱਚ ਰਹਿ ਕੇ ਪਤੀ ਦੀ ਆਗਿਆ ਵਿੱਚ ਗੁਰਸਿੱਖਾਂ ਦੀ ਸੇਵਾ ਕਰਦੀ ਹਾਂ। ਦਰਸ਼ਨ ਗੁਰੂ ਚਿਤ ਬਨਾ ਧਰਾਂ, ਮੈਂ ਚਿਤ ਵਿੱਚ ਇੱਕੋ ਆਸਾ ਰੱਖਦੀ ਹਾਂ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੈ, ਇਹੀ ਮੇਰੇ ਮਨ ਵਿੱਚ ਸ਼ਰਧਾ ਤੇ ਲੋਚ ਸੀ। ਹਿਰਦੇ ਵਿਚਾਰਤ ਬਾਤੀ, ਹਿਰਦੇ ਵਿੱਚ ਇਹੀ ਗੱਲ ਮੈਂ ਵਿਚਾਰਦੀ ਰਹਿੰਦੀ ਸੀ ਹਮੇਸ਼ਾ। ਉਸੇ ਵੈਸੇ
ਸਿੱਖ ਮਮ ਪਛਾਤੀ ਕਿ ਕੋਈ ਦਿਨ ਐਸਾ ਆਵੇ ਜਿਸ ਦਿਨ ਮੈਂ ਆਪਣੇ ਪਤੀ ਤੇ ਗੁਰਸਿੱਖਾਂ ਦੇ ਨਾਲ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਜਿੰਨਾ ਚਿਰ ਦਰਸ਼ਨ ਨਹੀਂ ਉਹਨਾਂ ਚਿਰ ਮੈਨੂੰ ਬੜਾ ਪਛਤਾਪ ਲੱਗਾ ਹੋਇਆ ਸੀ। ਸਭ ਕੁਟੰਬੀਆਂ ਅਬ ਕੇ ਆਨੀ ਐਸ ਵੇਰੀ ਪਹਿਲੀ ਵਾਰ ਸਾਰਾ ਪਰਿਵਾਰ ਮੈਨੂੰ ਵੀ ਮੇਰੇ ਪਤੀ ਸਮੇਤ ਨਾਲ ਲੈ ਕੇ ਆਏ ਹੈ, ਦਰਸ਼ਨ ਕਰਨ ਆਏ ਹਾਂ ਮਹਾਰਾਜ। ਲੱਖ ਦਰਸ਼ਨ ਕੀ ਚਾਹੇ ਮਹਾਨੀ, ਇੱਕੋ ਇੱਛਾ ਸੀ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਦੀ। ਮਮ ਪਤ ਕੀ ਮਰਜ਼ੀ ਥੀ ਨਹੀਂ, ਮੇਰੇ ਪਤੀ ਦੀ ਇਹ ਮਰਜ਼ੀ ਤਾਂ ਨਹੀਂ ਸੀ ਕਿ ਮੈਂ ਇਸ ਵੇਰੀ ਵੀ ਆਵਾਂ, ਕੇ ਸੰਗੀ ਰਹੀ ਪਰ ਫਿਰ ਵੀ ਸੱਚੇ ਪਾਤਸ਼ਾਹ ਜਦੋਂ ਸਾਰਿਆਂ ਨੂੰ ਮੈਂ ਕਿਹਾ ਫਿਰ ਪਤੀ ਨੇ ਵੀ ਪ੍ਰਵਾਨਗੀ ਦੇ ਦਿੱਤੀ ਵੀ ਚੱਲ ਤੂੰ ਵੀ ਕਰ ਲੈ ਦਰਸ਼ਨ ਸਤਿਗੁਰਾਂ ਦੇ। ਇਸ ਕਰਕੇ ਮਹਾਰਾਜ ਮੈਂ ਮੇਰੇ ਪਤੀ ਤਾਂ ਅਜੇ ਸੇਵਾ ਵਿੱਚ ਹੀ ਲੱਗੇ ਹੋਏ ਹੈ, ਮੈਂ ਉਹਨਾਂ ਤੋਂ ਬਿਨਾਂ ਹੀ ਤੁਹਾਡੇ ਦਰਸ਼ਨ ਕਰਨ ਆਈ ਬਾਰ ਬਾਰ। ਇਤਕੋ ਚੱਲ ਆਈ ਤੁਮ ਪਾਹੀ, ਇੱਧਰ ਤੁਹਾਡੇ ਲੰਗਰ ਵਿੱਚੋਂ ਦਰਸ਼ਨ ਕਰਨ ਵਾਸਤੇ ਚੱਲ ਕੇ ਆਈ, ਖਿੱਚ ਪਈ ਮਨ ਨੂੰ ਦਰਸ਼ਨ ਕਰਨ ਦੀ। ਤਉ ਧਿਆਨ ਮਮ ਲੰਗਰ ਮਾਹੀ, ਪਰ ਮੇਰਾ ਧਿਆਨ ਲੰਗਰ ਵਿੱਚ ਹੀ ਹੈ ਕਿ ਮਹਾਰਾਜ ਲੰਗਰ ਵਿੱਚ ਜਾ ਕੇ ਸੇਵਾ ਕਰਾਂ, ਪ੍ਰਸ਼ਾਦੇ ਪਕਾਵਾਂ। ਰਾਵਰ ਨਿਕਟ ਭੀੜ ਪਿਖ ਭਾਰੀ, ਆਪ ਜੀ ਦੇ ਨੇੜੇ ਸੰਗਤਾਂ ਦੀ ਬਹੁਤੀ ਭੀੜ ਲੱਗੀ ਹੋਈ ਦੇਖੀ ਮੈਂ, ਹਟੀ ਆਪ ਤੀਰਦਾ ਵਿਚਾਰੀ, ਆਉਂਦੀ ਸੀ ਦਰਸ਼ਨ ਕਰਨ ਵਾਸਤੇ ਫਿਰ ਪਿੱਛੇ ਮੁੜ ਕੇ ਚਲੀ ਜਾਂਦੀ ਸੀ, ਜਗ੍ਹਾ ਨਹੀਂ ਮਿਲਦੀ ਸੀ ਦਰਸ਼ਨ ਕਰਨ ਵਾਸਤੇ, ਥਾਂ ਨਹੀਂ ਲੱਭਦਾ ਸੀ। ਮਮ ਪਾਪਣ ਕੋ ਦਰਸ਼ਨ ਕਹਾਂ, ਮੇਰੀ ਵਰਗੀ ਪਾਪਣ ਨੂੰ ਆਪ ਜੀ ਦੇ ਦਰਸ਼ਨ ਕਿੱਥੋਂ ਪ੍ਰਾਪਤ ਹੋਣ ਬਿਨਾਂ ਭਾਗਾਂ ਤੋਂ। ਚੱਲ ਕਰ ਆਈ ਤਉ ਨ ਲਹਾ, ਮੈਂ ਇਹੀ ਸਮਝਿਆ ਜੇ ਮੇਰੇ ਕਰਮਾਂ ਚ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਲਿਖੇ ਹੋਏ, ਤਾਂ ਹੀ ਪਛਤਾਪ ਕਰਕੇ ਪਿੱਛੇ ਮੁੜ ਜਾਂਦੀ ਰਹੀ। ਇਸ ਕਰਕੇ ਮਹਾਰਾਜ ਮੈਂ ਇਹੀ ਮਨ ਵਿੱਚ ਸੋਚਿਆ ਜੇ ਮੇਰੇ ਕਰਮ ਨਹੀਂ ਹਨ ਕਿ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ, ਜਾਏ ਕਰਾਂ ਮੈਂ ਲੰਗਰ ਸੇਵਾ। ਇਹ ਸੋਚ ਕੇ ਮੈਂ ਲੰਗਰ ਵਿੱਚ ਚਲੀ ਜਾਂਦੀ ਅਤੇ ਸੇਵਾ ਵਿੱਚ ਲੱਗ ਜਾਂਦੀ, ਸੇਵਾ ਕਰਦੀ। ਤੁਮ ਅੰਤਰਜਾਮੀ ਲੱਖ ਭੇਵਾ, ਪਰ ਆਪ ਜੀ ਅੰਤਰਜਾਮੀ ਹੋ, ਮੇਰੇ ਮਨ ਦੀ ਭਾਵਨਾ ਜਾਣ ਕੇ ਸੱਚੇ ਪਾਤਸ਼ਾਹ ਆਪ ਬੁਲਾ ਕੇ ਮੈਨੂੰ ਦਰਸ਼ਨ ਦਿੱਤੇ ਹੈ। ਪਠਿਓ ਸਿੱਖ ਤਿੰਨ ਜਾਏ ਹਕਾਰੀ, ਮਹਾਰਾਜ ਜੀ ਨੇ ਕਿਹਾ ਭਾਈ ਮਾਤਾ ਕਹਿਣ ਲੱਗੀ ਸੱਚੇ ਪਾਤਸ਼ਾਹ ਤੁਸੀਂ ਸਿੱਖ ਭੇਜਿਆ ਮੈਨੂੰ ਸੱਦਣ ਵਾਸਤੇ ਦਰਸ਼ਨਾਂ ਲਈ, ਨਿਕਟ ਹੋਏ ਮੁਝ ਸੰਗ ਉਚਾਰੀ। ਉਹ ਸਿੱਖ ਨੇ ਨੇੜੇ ਆ ਕੇ ਕਿਹਾ ਮਾਤਾ ਜੀ ਸਤਿਗੁਰੂ ਜੀ ਯਾਦ ਕਰਦੇ, ਆ ਕੇ ਦਰਸ਼ਨ ਕਰ ਲੋ, ਸਤਿਗੁਰ ਤੋਹੇ ਬੁਲਾਵਨ ਕਰਿਓ, ਤੁਹਾਨੂੰ ਸਤਿਗੁਰੂ ਜੀ ਨੇ ਬੁਲਾਇਆ ਹੈ। ਸੁਣ ਆਨੰਦ ਮੇਰੋ ਔਰ ਭਰਿਓ, ਸੁਣ ਕੇ ਮੇਰਾ ਹਿਰਦਾ ਆਨੰਦ ਨਾਲ ਭਰ ਗਿਆ ਖੁਸ਼ੀ ਨਾਲ। ਦਇਆ ਕਰੀ ਮੁਝ ਆਪ ਹਕਾਰ, ਮੇਰੇ ਤੇ ਤਰਸ ਕਰਕੇ ਦਿਆਲਤਾ ਕਰਕੇ ਮੈਨੂੰ ਬੁਲਾਇਆ ਹੈ। ਆਪ ਕਿਰਪਾਲੂ ਬਿਰਧ ਸੰਭਾਲਾ, ਆਪ ਜੀ ਦਾ ਕਿਰਪਾਲੂ ਬਿਰਧ ਹੈ ਸੱਚੇ ਪਾਤਸ਼ਾਹ, ਤੁਸੀਂ ਇਹ ਸੰਭਾਲਿਆ ਹੈ ਕਿ ਆਇਆ ਸੇਵਕਾਂ ਦੀ ਜਾਚਕਾਂ ਦੀ ਮਨ ਦੀ ਭਾਵਨਾ ਪੂਰੀ ਕਰਨੀ। ਮੁਝ ਪਰ ਹੁਕਮ ਹੋਏ ਜਿਸ ਭਾਂਤੀ, ਹੇ ਮਹਾਰਾਜ ਜਿਸ ਤਰ੍ਹਾਂ ਮੇਰੇ ਨੂੰ ਮੈਨੂੰ ਆਪ ਜੀ ਦਾ ਹੁਕਮ ਹੈ, ਕੋਈ ਆਗਿਆ ਮੈਨੂੰ ਦੱਸੋ, ਅੰਗੀਕਾਰ ਕਰੋ ਸੋ ਬਾਤੀ, ਜੋ ਵੀ ਬਚਨ ਹੋਏਗਾ ਮੈਂ ਪ੍ਰਵਾਨ ਕਰਾਂਗੀ ਔਰ ਮੰਨਾਂਗੀ। ਮੇਰੇ ਪ੍ਰਤੀ ਮਹਾਰਾਜ ਕੀ ਉਪਦੇਸ਼ ਹੈ, ਕੀ ਹੁਕਮ ਹੈ ਆਪ ਜੀ ਦਾ? ਸੁਣ ਕਲਗੀ ਤਰ ਭਏ ਪ੍ਰਸੰਨ, ਨਿਮਰਤਾ ਪੂਰਵਕ ਬੇਨਤੀ ਸੁਣ ਕੇ ਮਹਾਰਾਜ ਬਹੁਤ ਹੀ ਪ੍ਰਸੰਨ ਹੋਏ ਸੰਗਤ ਜੀ।
ਕਹਿਓ ਬਚਨ ਸਿੱਖਣੀ ਤੂੰ ਧੰਨ ਸਾਧ ਸੰਗਤ ਜੀ ਆਖੋ ਵਾਹਿਗੁਰੂ ਮਹਾਰਾਜ ਕਹਿੰਦੇ ਹੇ ਗੁਰ ਸਿੱਖਣੀਏ ਤੂੰ ਧੰਨ ਹੈ ਭਾਈ ਇੰਨਾ ਸਤਿਕਾਰ ਦਿੱਤਾ ਸੱਚੇ ਪਾਤਸ਼ਾਹ ਨੇ ਨਹਿਰ ਸਾਹੁਰ ਧੰਨ ਸੋ ਤੇਰੇ ਦੇਖੋ ਮਹਾਰਾਜ ਕਹਿਣ ਲੱਗੇ ਤੇਰੇ ਪੇਕੇ ਵੀ ਧੰਨ ਹੈ ਤੇਰੇ ਸਹੁਰੇ ਵੀ ਧੰਨ ਹੈ ਤੇਰੇ ਦੋਨੋਂ ਪਰਿਵਾਰ ਧੰਨ ਧੰਨ ਹਨ ਜਿਸਨੇ ਸਰੋਣ ਸੁਣਿਓ ਇੱਕ ਬੇਰੇ ਜਿਨ੍ਹਾਂ ਨੇ ਇੱਕੋ ਵੇਰੀ ਸਾਡੇ ਬਚਨ ਸੁਣ ਕੇ ਸਿੱਖੀ ਨੂੰ ਧਾਰਨ ਕੀਤਾ ਗੁਰੂ ਘਰ ਦੇ ਸੇਵਕ ਬਣੇ ਧਰਿਓ ਸਿਦਕ ਸੇਵਨ ਸਿੱਖ ਸੰਤ ਜਿਨ੍ਹਾਂ ਨੇ ਇੰਨਾ ਸਿਦਕ ਧਾਰਿਆ ਹੋਇਆ ਸਾਡੇ ਸਿੱਖਾਂ ਦੀ ਸਾਡੇ ਗੁਰਸਿੱਖ ਸੰਤਾਂ ਦੀ ਦੋਨੋਂ ਪਰਿਵਾਰ ਸ਼ਰਧਾ ਨਾਲ ਸੇਵਾ ਕਰਦੇ ਆ ਸਾਡਾ ਬਚਨ ਮੰਨ ਕੇ ਤਥਾ ਸਿਦਕ ਰੱਖਿਓ ਵਿੱਚ ਕੰਤ ਜਿਵੇਂ ਗੁਰਸਿੱਖਾਂ ਦੀ ਸੇਵਾ ਤੇਰੇ ਪਰਿਵਾਰ ਵਾਲੇ ਕਰਦੇ ਆ ਉਵੇਂ ਤੂੰ ਸਿਦਕ ਆਪਣੇ ਪਤੀ ਦੀ ਸੇਵਾ ਲਈ ਰੱਖਿਆ ਆਪਣੇ ਪਤੀ ਨੂੰ ਤੂੰ ਰੱਬ ਰੂਪ ਕਰਕੇ ਜਾਣਿਆ ਹੈ ਹਮ ਵੀ ਤੁਝ ਪਰ ਭੇਟ ਚੜਾਵੇ ਮਹਾਰਾਜ ਕਹਿੰਦੇ ਅਸੀਂ ਤੇਰੇ ਉੱਤੋਂ ਦੀ ਤੈਨੂੰ ਵੀ ਕੁਝ ਭੇਟਾ ਦੇਵਾਂਗੇ ਕਿੰਨਾ ਸਤਿਕਾਰ ਹੈ ਕਲਗੀਧਰ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਸਾਡੀਆਂ ਉਹਨਾਂ ਪੂਜਨੀਕ ਮਾਵਾਂ ਦਾ ਜਿਨ੍ਹਾਂ ਨੇ ਪਤੀਆਂ ਨੂੰ ਗੁਰਸਿੱਖ ਸੰਗਤਾਂ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕੀਤੀ ਇਹ ਗੁਣਾਂ ਦਾ ਸਤਿਕਾਰ ਕਰਨੀ ਦਾ ਸਤਿਕਾਰ ਮਹਾਰਾਜ ਕਹਿੰਦੇ ਹੇ ਮਾਤਾ ਅਸੀਂ ਵੀ ਤੇਰੇ ਉੱਤੋਂ ਦੀ ਕੋਈ ਭੇਟਾ ਦੇਵਾਂਗੇ ਪਰ ਭਰਤਾ ਤੇਰਾ ਜਬ ਆਵੇ ਭੇਟਾ ਤਾਂ ਦੇਵਾਂਗੇ ਜਦੋਂ ਤੇਰਾ ਪਤੀ ਆਵੇਗਾ ਸਾਡੇ ਕੋਲੇ ਤੇਰੇ ਨਾਲ ਹੇ ਦੇਵੀ ਅਬ ਕਰੋ ਪਿਆਨਾ ਹੇ ਦੇਵੀ ਹੁਣ ਤੂੰ ਫੇਰ ਵਾਪਸ ਚਲੀ ਜਾ ਸੇਵਾ ਕਰ ਭਈ ਭਾਵਨੀ ਪੂਰ ਮਹਾਨਾ ਤੇਰੀ ਭਾਵਨਾ ਪੂਰੀ ਹੋ ਗਈ ਦਰਸ਼ਨ ਕਰਨ ਦੀ ਉਹ ਤੈਨੂੰ ਦਰਸ਼ਨ ਹੋ ਗਏ ਹੈ ਕਰ ਸੇਵਾ ਕਰ ਹੀ ਮਹਿ ਰਹੋ ਸੇਵਾ ਕਰਕੇ ਘਰ ਵਿੱਚ ਹੀ ਰਹਿ ਸੰਗਤ ਦੀ ਸੇਵਾ ਕਰ ਨਾਲੇ ਸਾਰੇ ਪਰਿਵਾਰ ਦੀ ਸੰਭਾਲ ਕਰ ਰਹਾ ਮਿਲਣ ਗੁਰ ਕੋ ਸੋ ਲਹੋ ਇਸ ਕਰਕੇ ਜਦੋਂ ਪਰਿਵਾਰ ਸਾਰਾ ਮਿਲਣ ਵਾਸਤੇ ਆਵੇ ਫਿਰ ਤੂੰ ਆਪਣੇ ਪਤੀ ਨੂੰ ਨਾਲ ਲੈ ਕੇ ਆਈ ਸੁਣ ਕਰ ਲੈ ਡੇਰੇ ਮਹਿ ਗਈ ਆਪਣੇ ਡੇਰੇ ਵਿੱਚ ਆਪਣੇ ਘਰ ਵਿੱਚ ਗਈ ਮਾਤਾ ਸੁਣ ਕੇ ਬਚਨ ਭਰਤਾ ਸਾਥ ਬਾਤ ਕਹਿ ਦਈ ਪਤੀ ਵੀ ਨਾਲ ਹੀ ਆਇਆ ਹੋਇਆ ਸੀ ਭਰਤਾ ਨੂੰ ਪਤੀ ਨੂੰ ਸਾਰਾ ਬਚਨ ਦੱਸਿਆ ਉੱਠੇ ਪ੍ਰਭੂ ਦਰਸ਼ਨ ਦੇ ਗਏ ਇੱਧਰ ਸਤਿਗੁਰੂ ਜੀ ਦੀਵਾਨ ਵਿੱਚੋਂ ਸੰਗਤਾਂ ਨੂੰ ਦਰਸ਼ਨ ਦੇ ਕੇ ਚਲੇ ਗਏ ਮਹਿਲਾਂ ਵਿੱਚ ਅਪਰ ਸਕਲ ਨਿਜ ਨਿਜ ਥਲ ਭਏ ਸਾਰੀਆਂ ਸੰਗਤਾਂ ਆਪੋ ਆਪਣੇ ਟਿਕਾਣਿਆਂ ਤੇ ਚਲੀਆਂ ਗਈਆਂ ਆਰਾਮ ਕਰਨ ਵਾਸਤੇ ਲੰਗਰ ਛਕਣ ਵਾਸਤੇ ਸੁਪਤ ਹੋਏ ਕਰਨ ਸਾ ਬਿਤਾਈ ਸੌਂਕ ਸਾਰਿਆਂ ਨੇ ਰਾਤ ਗੁਜ਼ਾਰੀ ਹੈ ਭਈ ਪ੍ਰਾਤ ਪੁੰਨ ਸਭਾ ਲਗਾਈ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਭ ਨੇ ਨਿਤਨੇਮ ਕੀਤਾ ਸਤਿਗੁਰੂ ਜੀ ਨੇ ਦੀਵਾਨ ਲਾਇਆ ਪਤ ਕੋ ਸੰਗ ਲੀਨ ਤਹਿ ਨਾਰੀ ਪਤੀ ਨੂੰ ਆਪਣੇ ਨੂੰ ਨਾਲ ਲੈ ਕੇ ਮਾਤਾ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਈ ਹੈ ਖਰੀ ਭਈ ਸੋ ਗੁਰੂ ਅਗਾਰੀ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਦੋਨੋਂ ਪਤੀ ਪਤਨੀ ਖੜ ਗਏ ਨਿਮਰਤਾ ਨਾਲ ਸ੍ਰੀ ਮੁਖ ਤੇ ਬੁੱਝੋ ਤਿਸ ਬੇਰੀ ਸਤਿਗੁਰੂ ਜੀ ਨੇ ਫੇਰ ਮਾਤਾ ਨੂੰ ਪੁੱਛਿਆ ਬਚਨ ਆਪਣੀ ਮੁਖਾਰ ਬਿੰਦ ਤੋਂ ਕਹਿ ਕੇ ਸਿੱਖਣੀਏ ਸਿੱਖਣੀ ਕਿਸ ਕੇਰੀ ਹੇ ਗੁਰ ਸਿੱਖਣੀਏ ਤੂੰ ਕਿਹਦੀ ਸਿੱਖਣੀ ਹੈ ਕਿਹਦੀ ਸਿੱਖੀ ਧਾਰਨ ਕੀਤੀ ਹੈ ਸ਼ਰਮਾਵਤ ਪੁੰਨ ਨਾਰ ਉਬਾਚੇ ਸਾਧ ਸੰਗਤ ਜੀ ਇਹ ਸੰਜਮ ਵਾਲੀਆਂ ਮਾਵਾਂ ਦਾ ਸੁਭਾਅ ਸੰਕੋਚ ਕਰਦਿਆਂ ਕਰਦਿਆਂ ਮੁੱਖੋਂ ਬੜੇ ਸਹਿਜ ਵਿੱਚ ਤੇ ਹੌਲੀ ਦੇਣੇ
ਸਤਿਗੁਰੂ ਜੀ ਦਾ ਬਚਨ ਮੰਨਦਿਆਂ ਸਤਿਗੁਰਾਂ ਦੇ ਬਚਨ ਦਾ ਉੱਤਰ ਦਿੰਦਿਆਂ ਕਿਹਾ, ਸੁਣੀਏ ਪਾਤਸ਼ਾਹ ਹੋ ਪ੍ਰਭ ਸਾਚੇ। ਹੇ ਪ੍ਰਭੂ ਸੱਚੇ ਪਾਤਸ਼ਾਹ ਜੀ, ਸੁਣੋ ਮੇਰੀ ਬੇਨਤੀ। ਜੇਕਰ ਗੁਰ ਹੋਵਤ ਅਨਜਾਨ, ਆਖੋ ਭਾਈ ਵਾਹਿਗੁਰੂ। ਮਹਾਰਾਜ, ਤੁਸੀਂ ਸਾਡੇ ਵਰਗੇ ਅਣਜਾਣ ਥੋੜੋ, ਆਪ ਆਮ ਮਨੁੱਖਾਂ ਵਰਗੇ ਥੋੜੇ ਹੋ ਕਿ ਤੁਹਾਨੂੰ ਮੈਂ ਦੱਸਾਂ। ਤੁਸੀਂ ਤਾਂ ਅੰਤਰਜਾਮੀ ਹੋ ਸੱਚੇ ਪਾਤਸ਼ਾਹ, ਸਭ ਦੇ ਦਿਲਾਂ ਦੀਆਂ ਜਾਣਦੇ ਹੋ। ਤੋ ਬਤਾਵ ਬੇ ਹੇਤ ਬਖਾਨ, ਇਹ ਤਾਂ ਤੁਸੀਂ ਅਣਜਾਣ ਹੋਵੋ ਆਮ ਮਨੁੱਖਾਂ ਵਾਂਗੂ, ਫਿਰ ਤਾਂ ਮੈਂ ਦੱਸ ਦਿਆਂ ਖੋਲ ਕੇ। ਸੰਗਤ ਸੁਣਤ ਭਨਿਓ ਤੇ ਸਵੇਰੀ, ਉਹ ਸਵਾਗਤ ਸਾਰੀ ਸੰਗਤ ਦੇ ਸੁਣਦਿਆਂ ਸੁਣਦਿਆਂ ਸੰਗਤ ਦਾ ਧਿਆਨ ਲੱਗਾ ਨਾ ਵੀ ਮਹਾਰਾਜ ਕੀ ਬਚਨ ਕਰ ਰਹੇ ਹੈ। ਸਤਿਗੁਰੂ ਜੀ ਨੇ ਬਚਨ ਉਚਾਰਿਆ, ਕਹੋ ਸਿੱਖਾ ਸਿੱਖਣੀ ਇਹ ਤੇਰੀ। ਬੀਬੀ ਦੇ ਪਤੀ ਨੂੰ ਪੁੱਛਿਆ ਮਹਾਰਾਜ, ਕਹਿੰਦੇ ਹੇ ਸਿੱਖਾ ਤੇਰੀ ਸਿੱਖਣੀ ਹੈ। ਪੁਰਾਣੇ ਸਮਿਆਂ ਚ ਇਹ ਬਚਨ ਹੁੰਦੇ ਸਨ, ਸਿੱਖਾ ਤੇਰੀ ਸਿੱਖਣੀ ਹੈ। ਇਹ ਪ੍ਰੇਮ ਦੇ ਬੋਲੇ ਸਨ, ਜਿਵੇਂ ਖਾਲਸੇ ਦੇ ਬੋਲੇ ਹੁੰਦੇ। ਮਹਾਰਾਜ ਕਹਿੰਦੇ ਸਿੱਖਾ ਇਹ ਤੇਰੀ ਸਿੱਖਣੀ ਹੈ। ਭਾਈ ਉਹਨੂੰ ਪੁੱਛਦੇ ਆ, ਸਿੱਖ ਬਾਕ ਦੋਹਰਾ। ਇਹ ਸਿੱਖ ਸਿੱਖ ਨੇ ਅੱਗੋਂ ਉੱਤਰ ਦਿੱਤਾ ਬਚਨ ਬੇਨਤੀ ਪੂਰਵਕ, ਤਨ ਮਨ ਧਨ ਗੁਰ ਕੋ ਸਭੈ। ਇਹ ਮਹਾਰਾਜ ਤਨ ਮਨ ਧਨ ਸਭ ਗੁਰੂ ਦਾ ਹੈ। ਮਮਤਾ ਛੋਟੀ ਦੂਰ, ਇਹ ਮੇਰ ਤੇਰ ਮੈਂ ਦੂਰ ਪਰੇ ਛੱਡ ਕੇ ਆ ਗਿਆ, ਤਨ ਮਨ ਧਨ ਸਭ ਆਪ ਜੀ ਦਾ ਹੈ। ਇਹ ਸੰਜੋਗੀ ਨਾਰ ਹੈ, ਇਹ ਜਿਹੜੀ ਇਸਤਰੀ ਹੈ ਇਹ ਮੇਰੀ ਦੇਹ ਦੀ ਸੰਜੋਗੀ ਹੈ, ਸੰਗੀ ਹੈ, ਮੇਰੀ ਅਰਧਾਂਗਨੀ ਹੈ, ਮੇਰੀ ਦੇਹ ਦਾ ਮੇਰੀ ਮੇਰੇ ਸਰੀਰ ਦਾ ਸਾਥ ਦੇਣ ਵਾਲੀ ਹੈ। ਸਿੱਖ ਸਿੱਖਣੀ ਗੁਰ ਧੂਰ, ਮਹਾਰਾਜ ਸਿੱਖ ਵੀ ਤੁਹਾਡੇ ਚਰਨਾਂ ਦੀ ਧੂੜ ਹੈ ਤੇ ਸਿੱਖਣੀ ਵੀ ਤੁਹਾਡੇ ਚਰਨਾਂ ਦੀ ਧੂੜ ਹੈ। ਅਸੀਂ ਤੁਹਾਡੇ ਚਰਨਾਂ ਦੀ ਧੂੜ ਹਾਂ, ਤੁਹਾਡੇ ਸਿੱਖ ਹੈ ਮਹਾਰਾਜ, ਇਸ ਕਰਕੇ ਅਸੀਂ ਹੋਰ ਕਿਸੇ ਦੇ ਸਿੱਖ ਨਹੀਂ ਹਾਂ। ਤੁਸੀਂ ਪੁੱਛਿਆ ਤਾਂ ਇਹ ਬੇਨਤੀ ਕੀਤੀ ਹੈ, ਵਰਨਾ ਤੁਹਾਨੂੰ ਪਤਾ ਹੈ। ਚੋਪਈ ਸ਼੍ਰੀ ਮੁਖ ਤੇ ਫਰਮਾਵਨ ਕੀਨਾ। ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ, ਸੁਣ ਸਿੱਖਾ ਤੂੰ ਅਦਭੁਤ ਪ੍ਰਵੀਨਾ। ਇਹ ਸਿੱਖਾ ਤੂੰ ਬਹੁਤ ਵੱਡਾ ਗਿਆਨਵਾਨ ਸਿੱਖ ਹੈ। ਨਹਿ ਪਰੰਤ ਕੋ ਕਹੋ ਸੁਧ ਕੋਈ, ਪਰ ਤੈਨੂੰ ਪਿਛਲੀ ਕੋਈ ਖਬਰ ਨਹੀਂ ਹੈ, ਪਤਾ ਨਹੀਂ ਹੈ। ਉਹੇ ਜਾਹੇਗੀ ਸੁਨਿਓ ਸੋਈ, ਉਹ ਜੋ ਤੇਰਾ ਪਿਛਲੇ ਜਨਮ ਦਾ ਤੇਰੇ ਨਾਲ ਕੋਈ ਨਾਤਾ ਜੁੜਿਆ ਨਾ, ਉਹ ਜਦੋਂ ਕਹਾਂਗੇ ਨਾ ਤੂੰ ਸੁਣੀ, ਤੈਨੂੰ ਫੇਰ ਪਤਾ ਲੱਗੇਗਾ। ਪ੍ਰਥਮ ਜਨਮ ਕੋ ਭਗਤ ਕਬੀਰ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਤੂੰ ਪਿਛਲੇ ਜਨਮ ਦਾ ਭਗਤ ਕਬੀਰ ਹੈ, ਇਹ ਸਤਿਗੁਰੂ ਜੀ ਨੇ ਬਚਨ ਕੀਤੇ ਹੈ। ਉਤੋਂ ਤੋਂ ਹੀ ਸਿਮਰਤ ਹਰ ਧੀਰ, ਔਰ ਇਸ ਕਰਕੇ ਤੂੰ ਉਹੀ ਭਗਤ ਕਬੀਰ ਹੈ ਜਿਹਨੇ ਧੀਰਜ ਧਾਰ ਕੇ ਗ੍ਰਿਸਤ ਵਿੱਚ ਰਹਿ ਕੇ ਪਰਮੇਸ਼ਵਰ ਦਾ ਸਿਮਰਨ ਕੀਤਾ। ਹੁਤੀ ਤਬਹਿ ਇਹ ਸਿੱਖਣੀ ਲੋਈ, ਆ ਜਿਹੜੀ ਤੇਰੀ ਸਿੱਖਣੀ ਹੈ ਇਹ ਉਹੀ ਲੋਈ ਹੈ, ਇਹ ਉਹੀ ਦੁਬਾਰਾ ਜਨਮ ਧਾਰ ਕੇ ਆਈ ਹੈ। ਇੱਕ ਦਿਨ ਕਹਿਓ ਸੁਣੋ ਤੁਮ ਸੋਈ, ਇਸ ਕਰਕੇ ਮਹਾਰਾਜ ਕਹਿੰਦੇ ਇੱਕ ਦਿਨ ਤੇਰੀ ਇਸੇ ਸਿੱਖਣੀ ਨੇ ਲੋਈ ਦੇ ਜਨਮ ਵਿੱਚ ਤੈਨੂੰ ਉਸ ਵਕਤ ਤੂੰ ਇਸੇ ਲੋਈ ਨੂੰ ਇੱਕ ਦਿਨ ਭਗਤ ਕਬੀਰ ਦੇ ਰੂਪ ਵਿੱਚ ਬਚਨ ਕਹੇ ਸਨ, ਪੁੱਛਿਆ ਸੀ। ਲੋਈ ਸੁਣੋ ਜਨਮ ਤੈਂ ਧਰਿਓ, ਕਬੀਰ ਜੀ ਨੇ ਕਿਹਾ ਲੋਈ ਤੂੰ ਮਨੁੱਖਾ ਜਨਮ ਧਾਰਿਆ ਹੈ, ਪਿਛਲੇ ਜਨਮ ਦਾ ਬਚਨ ਦੱਸ ਰਹੇ ਹੈ ਧਿਆਨ ਨਾਲ, ਕਿ ਲੋਈ ਤੂੰ ਮਨੁੱਖਾ ਜਨਮ ਧਾਰਿਆ ਹੈ ਇਸ ਜਨਮ ਵਿੱਚ।
ਕੌਣ ਲਾਭ ਤੈ ਖਟਨ ਕਰਿਓ। ਤੂੰ ਜ਼ਿੰਦਗੀ ਵਿੱਚ ਕਿਹੜਾ ਲਾਭ ਖੱਟਿਆ? ਆਪਾਂ ਕਹਿ ਦਿੰਦੇ ਹਾਂ ਵੀ ਤੂੰ ਆਹ ਕੁਝ ਕੀਤਾ ਤਾਂ ਕੀ ਲਾਭ ਖੱਟਿਆ। ਕਹਿੰਦੇ ਸਿੱਖਾਂ ਤੂੰ ਕਬੀਰ ਜੀ ਦੇ ਰੂਪ ਵਿੱਚ ਲੋਈ ਨੂੰ ਪੁੱਛਿਆ ਸੀ ਤੂੰ ਮਨੁੱਖਾਂ ਜਨਮ ਵਿੱਚ ਕਿਹੜਾ ਲਾਭ ਕਿਹੜਾ ਨਫਾ ਖੱਟਿਆ, ਕਿਹੜੀ ਖੱਟੀ ਖੱਟੀ ਐ। ਸੁਣ ਕੇ ਕਹਿਤ ਭਇਓ ਸੰਗ ਤੋਹੇ। ਉਸ ਵਕਤ ਕਹਿੰਦੇ ਤੈਨੂੰ ਇਸੇ ਲੋਈ ਦੇ ਰੂਪ ਵਿੱਚ ਇਸੇ ਸਿੱਖਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ। ਅਜ ਹੋਰੀ ਜੀ ਸੇਵਾ ਸੇਵਾ ਕੀ ਮੋਹੇ। ਇਸ ਸਿੱਖਣੀ ਨੇ ਲੋਈ ਦੇ ਰੂਪ ਵਿੱਚ ਕਿਹਾ ਸੀ ਕਿ ਹੇ ਪਤੀ ਮੇਰੇ ਮਨ ਵਿੱਚ ਅਜੇ ਸੇਵਾ ਕਰਨ ਦੀ ਹੋਰ ਰੀਝ ਹੈ, ਮੈਂ ਹੋਰ ਸੰਗਤਾਂ ਦੀ ਗੁਰਸਿੱਖਾਂ ਸਾਧੂਆਂ ਸੰਤਾਂ ਦੀ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕਰਨੀ ਆ, ਲੰਗਰ ਦੀ ਜਲ ਪਾਣੀ ਛਕਾਉਣ ਦੀ। ਤਦ ਕਬੀਰ ਤ੍ਰੀ ਸਾਥ ਕਹੇ ਹੀ। ਕਹਿੰਦੇ ਫਿਰ ਕਬੀਰ ਸਾਹਿਬ ਨੇ ਇਹ ਉੱਤਰ ਦਿੱਤਾ ਸੀ ਇਸ ਨੂੰ ਨਹਿ ਗ੍ਰਹਿਣ ਰਹੋ ਹੋਏ ਇਹੀ। ਕਹਿੰਦੇ ਇਹ ਕਿਹਾ ਸੀ ਕਿ ਜਿਹੜੀ ਗ੍ਰਹਿਣ ਘਰ ਵਾਲੀ ਹੈ ਨਾ ਉਹਦਾ ਇਹ ਰਾਹ ਨਹੀਂ, ਉਹਦਾ ਇਹ ਰਸਤਾ ਨਹੀਂ ਕਿ ਉਹ ਆਪਣੀ ਮਰਜ਼ੀ ਦਾ ਕੋਈ ਖਿਆਲ ਮਨ ਵਿੱਚ ਰੱਖੇ। ਅੱਗੇ ਦੱਸ ਰਹੇ ਹਨ ਜੋ ਮਰਜ਼ੀ ਭਰਤਾ ਕੀ ਹੋਵੇ। ਜੋ ਪਤੀ ਦੀ ਮਰਜ਼ੀ ਹੋਵੇ, ਜੋ ਪਤੀ ਦੀ ਇੱਛਾ ਹੋਵੇ, ਉਚਿਤ ਭਾਰਜਾ ਧਾਰੈ ਸੋਏ। ਪਤਨੀ ਨੂੰ ਉਵੇਂ ਹੀ ਕਰਨਾ ਚਾਹੀਦਾ, ਉਵੇਂ ਉਹਦੀ ਆਗਿਆ ਵਿੱਚ ਚੱਲਣਾ ਚਾਹੀਦਾ, ਆਪਣਾ ਫੁਰਨਾ ਨਹੀਂ ਮਨ ਵਿੱਚ ਕਦੇ ਹੋਰ ਖਿਆਲ ਉਠਾਉਣਾ। ਜਿਹੜੀ ਅਸਲੀ ਪਤੀ ਵਰਤਾ ਉਹਦਾ ਇਹ ਧਰਮ ਹੈ ਪਤੀ ਦੇ ਅਨੁਸਾਰ ਮਨ ਦਾ ਫੁਰਨਾ ਰੱਖੇ, ਇੱਛਾ ਰੱਖੇ, ਜੋ ਪਤੀ ਚਾਹੁੰਦਾ ਉਵੇਂ ਕਰੇ, ਮਨ ਮਰਜ਼ੀ ਨਾ ਕਰੇ। ਸੇਵਾ ਕਰਨ ਵਾਸ਼ਨਾ ਤੇਰੀ। ਕਹਿੰਦੇ ਫਿਰ ਤੁਸੀਂ ਕਬੀਰ ਦੇ ਰੂਪ ਵਿੱਚ ਬਚਨ ਕਿਹਾ ਸੀ ਚੰਗਾ ਤੇਰੀ ਇੱਛਾ ਰਹਿ ਗਈ ਸੇਵਾ ਕਰਨ ਦੀ। ਜਨਮ ਧਰੋ ਪੁਨ ਜਗ ਇੱਕ ਬੇਰੀ। ਕਹਿਣ ਲੱਗੇ ਚੰਗਾ ਇੱਕ ਜਨਮ ਹੋਰ ਜਾ ਕੇ ਧਾਰਨ ਕਰ ਮਾਤ ਲੋਕ ਤੇ। ਖੱਤਰੀ ਜਨਮਿਓ ਇਸ ਕਾਲਾ। ਇਸ ਕਰਕੇ ਪਹਿਲਾਂ ਤਾਂ ਜੁਲਾਹਿਆਂ ਦੇ ਘਰ ਵਿੱਚ, ਹੁਣ ਖੱਤਰੀਆਂ ਦੇ ਘਰ ਵਿੱਚ ਜਾ ਕੇ ਜਨਮ ਲੈਣਾ ਕਰ, ਇਸ ਕਰਕੇ ਤੇਰਾ ਜਨਮ ਹੋਏਗਾ। ਹੋਏ ਸ਼੍ਰੀ ਨਾਨਕ ਪੰਥ ਵਿਸਾਲਾ। ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਪੰਥ ਹੋਏਗਾ ਸੰਸਾਰ ਤੇ। ਗੁਰ ਦਰਸੈ ਗੁਰ ਬਾਤ ਸੁਨੇ ਹੈ। ਜਦੋਂ ਗੁਰੂ ਸਾਹਿਬ ਦੇ ਤੂੰ ਜਾ ਕੇ ਦਰਸ਼ਨ ਕਰੇਗੀ, ਬਚਨ ਸੁਣੇਗੀ, ਪੁਨ ਉਧਾਰ ਸੇਵੇ ਹੋਏ ਜੈ ਹੈ, ਫਿਰ ਸੇਵਾ ਕਰਦਿਆਂ ਕਰਦਿਆਂ ਤੇਰੀ ਮੁਕਤੀ ਹੋ ਜਾਏਗੀ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਇਸ਼ਨਾਨ ਕਰਾ ਰਹੇ ਸਨ। ਮਨ ਵਿੱਚ ਫੁਰਨਾ ਹੋਇਆ ਬਚਨ, ਮੈਂ ਉਹਨਾਂ ਦੇ ਰਸਨਾ ਤੋਂ ਆਪ ਦੋ ਬਚਨ ਸੁਣੇ ਹੈ, ਕਿਸੇ ਦੇ ਸੁਣਾਇਆ ਨਹੀਂ ਸੁਣਿਆ, ਮੈਂ ਆਪ ਸੁਣਿਆ ਅਮੈਰੀਕਾ ਦੇ ਵਿੱਚ। ਬਾਬਾ ਜੀ ਕਹਿਣ ਲੱਗੇ ਇੱਕ ਦਿਨ ਮੈਂ ਇਸ਼ਨਾਨ ਕਰਾ ਰਿਹਾ ਸੀ ਵੱਡੇ ਸੰਤਾਂ ਦਾ, ਮੇਰੇ ਮਨ ਵਿੱਚ ਫੁਰਨਾ ਹੋਇਆ ਕਿ ਜਿਹੜਾ ਪੂਰਨ ਸੰਤ ਹੁੰਦਾ ਉਹਦੀ ਸੇਵਾ ਕਰਨ ਵਾਲੇ ਦੇ ਹਿਰਦੇ ਵਿੱਚ ਨਾਮ ਚੱਲ ਪੈਂਦਾ ਨਾਮ। ਕਹਿੰਦੇ ਮੇਰੇ ਹਿਰਦੇ 'ਚ ਅਜੇ ਨਾਮ ਵਾਹਿਗੁਰੂ ਦਾ ਨਹੀਂ ਚੱਲਿਆ। ਕਹਿੰਦੇ ਫੁਰਨਾ ਹੀ ਹੋਇਆ ਸੀ, ਸੰਤਾਂ ਨੇ ਮੇਰੇ ਵੱਲ ਨਿਗਾਹ ਭਰ ਕੇ ਦੇਖਿਆ, ਉਦੋਂ ਮੇਰੇ ਹਿਰਦੇ 'ਚ ਵਾਹਿਗੁਰੂ ਨਾਮ ਚੱਲ ਪਿਆ। ਕਹਿੰਦੇ ਜਦੋਂ ਨਾਮ ਚੱਲਿਆ ਕੁਝ ਦਿਨ ਗੁਜ਼ਰੇ, ਸਮਾਂ ਬੀਤ ਗਿਆ। ਇੱਕ ਦਿਨ ਕਹਿੰਦੇ ਮੇਰੇ ਮਨ ਵਿੱਚ ਫੁਰਨਾ ਹੋਇਆ, ਸੰਤਾਂ ਕੋਲੇ ਬੈਠੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪੰਜ ਗ੍ਰੰਥੀ ਦਾ ਨਿਤਨੇਮ ਸੁਣਾ ਰਹੇ ਸਨ ਤੇ ਮੈਂ ਕੋਲੇ ਸੇਵਾ ਕਰ ਰਿਹਾ ਸੀ ਪਲੰਘੇ ਦੇ।
ਕਹਿੰਦੇ ਮੇਰੇ ਮਨ ਵਿੱਚ ਖਿਆਲ ਆਇਆ ਮਨਾ ਸੰਤਾਂ ਦੀ ਤਾਂ ਬਹੁਤ ਸੇਵਾ ਕੀਤੀ, ਭਾਵ ਮਹਾਂਪੁਰਖਾਂ ਦੀ, ਸਾਧ ਸੰਗਤ ਦੀ, ਬਾਬਾ ਜੀ ਨੇ ਜਿੰਨੀ ਸੇਵਾ ਕੀਤੀ 40 ਸਾਲਾਂ 'ਚ ਇਹ ਸੇਵਾ ਮਹਾਂਪੁਰਖਾਂ ਦੇ ਸਰੀਰ ਦੀ ਕਿਸੇ ਸਿੰਘ ਨੂੰ ਨਹੀਂ ਮਿਲੀ। ਬਹੁਤ ਕਠਿਨ ਸੇਵਾ ਬਾਬਾ ਜੀ ਨੇ ਕੀਤੀ ਹੈ, ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ, ਵੱਡੇ ਸੰਤਾਂ ਦੇ, ਉਹ ਸੇਵਾ ਕੋਈ ਕਰ ਨਹੀਂ ਸਕਦਾ, ਸਕੇ ਪਿਓ ਦੀ ਸੇਵਾ ਪੁੱਤ ਨਹੀਂ ਉਹ ਕਰ ਸਕਦਾ ਜਿਹੜੀ ਬਾਬਾ ਜੀ ਨੇ ਕੀਤੀ। ਸਮਾਂ ਨਹੀਂ ਦੱਸਣ ਦਾ। ਕਹਿੰਦੇ ਮਨ ਵਿੱਚ ਫੁਰਨਾ ਆਇਆ ਵੀ ਸੰਤਾਂ ਦੀ ਸੇਵਾ ਕਰ ਲਈ, ਸਿੰਘਾਂ ਦੀ ਸੇਵਾ ਨਹੀਂ ਹੋਈ। ਸੰਤ ਕਹਿੰਦੇ ਐ ਢੋਲ ਆ ਕੇ ਬਾਣੀ ਸੁਣ ਰਹੇ ਸਨ, ਇਕਦਮ ਬੈਠ ਕੇ ਕਹਿੰਦੇ ਮਨ 'ਚ ਹੀ ਫੁਰਨਾ ਹੋਇਆ। ਕਹਿੰਦੇ ਮੈਨੂੰ ਕਹਿਣ ਲੱਗੇ ਠਾਕੁਰ ਸਿਆਂ ਤੇਰਾ ਇੱਕੋ ਹੀ ਜਨਮ ਸੀ, ਉਹ ਵੀ ਤੂੰ ਸਾਡੀ ਸੇਵਾ ਲਈ ਜਨਮ ਲਿਆ ਸੀ, ਤੇ ਤੇਰੀ ਤੇ ਸਾਡੀ ਉਮਰ ਵੀ ਇੱਕੋ ਜਿੰਨੀ ਸੀ, ਪਰ ਕਹਿੰਦੇ ਤੂੰ ਹੁਣ ਸਿੰਘਾਂ ਦੀ ਸੇਵਾ ਕਰਨ ਦਾ ਫੁਰਨਾ ਕਰ ਲਿਆ, ਜਦੋਂ ਤੇਰਾ ਚਿੱਤ ਕਰੇ ਆ ਜਾਈ, ਹੁਣ ਤੂੰ ਜਥੇ ਦੀ ਸਿੰਘਾਂ ਦੀ ਸੇਵਾ ਕਰਕੇ ਆਪਣਾ ਫੁਰਨਾ ਪੂਰਾ ਕਰ ਲੈ। ਫਿਰ ਬਾਬਾ ਜੀ ਕਈ ਵਾਰੀ ਨਾ ਸਿੰਘਾਂ ਨੇ ਕਈ ਵਾਰੀ ਦੁਖੀ ਕਰ ਦੇਣਾ ਮਹਾਂਪੁਰਖਾਂ ਨੂੰ, ਕਈ ਤਰ੍ਹਾਂ ਦੇ ਮਸਲੇ ਹੁੰਦੇ ਆ ਜਥੇਬੰਦੀਆਂ ਦੇ, ਸਿਆਣੇ ਗੁਰਮੁਖ ਜਾਣਦੇ ਆ, ਪਰਿਵਾਰ ਵੀ ਜਥੇਬੰਦੀਆਂ 'ਚ ਵੀ ਹੁੰਦਾ ਸਭ ਕੁਝ, ਪਰਿਵਾਰਾਂ ਵਰਗਾ ਹੀ ਮਾਹੌਲ ਹੁੰਦਾ। ਕਈ ਵਾਰੀ ਬਾਬਾ ਜੀ ਨੇ ਬੈਠਿਆਂ ਬੈਠਿਆਂ ਕਹਿਣਾ, ਕਹਿੰਦੇ ਜਿਹੜਾ ਫੁਰਨਾ ਕੀਤਾ ਸੀ ਨਾ ਉਹਦੇ ਕਰਕੇ, ਕਹਿੰਦੇ ਆ ਸੇਵਾ ਅੱਗੇ ਤੋਂ ਅੱਗੇ ਕਰੀ ਜਾ ਰਹੇ, ਕਹਿੰਦੇ ਉਹ ਫੁਰਨਾ ਹੀ ਕਰਨ ਕਰਕੇ ਕਹਿੰਦੇ ਸੇਵਾ ਹੋ ਰਹੀ ਹੈ, ਨਹੀਂ ਤਾਂ ਕਹਿੰਦੇ ਜੇ ਸੰਤਾਂ ਨਾਲ ਹੀ ਚਲੇ ਜਾਂਦੇ ਤਾਂ ਚੰਗੇ ਰਹਿੰਦੇ। ਜਦੋਂ ਉਹਨਾਂ ਦਾ ਫੁਰਨਾ ਪੂਰਾ ਹੋਇਆ ਉਦੋਂ ਉਹਨਾਂ ਨੇ ਆਪਣੀ ਇੱਛਾ ਨਾਲ ਸਰੀਰ ਤਿਆਗਿਆ। ਸਾਧ ਸੰਗਤ ਜੀ, ਇਹ ਐਸੀਆਂ ਮਹਾਨ ਰੂਹਾਂ ਹੁੰਦੀਆਂ। ਹੁਣ ਕਈ ਬੰਦੇ ਬੜੀਆਂ ਗਲਤ ਮਨ ਘੜਤ ਗੱਲਾਂ ਕਰੀ ਜਾਂਦੇ ਆ, ਐਵੇਂ ਊਟ ਪਟਾਂਗ ਬੋਲੀ ਜਾਂਦੇ ਆ। ਸਾਧ ਸੰਗਤ ਜੀ, ਪ੍ਰਸੰਗ ਬਹੁਤ ਥੋੜ੍ਹਾ ਰਹਿ ਗਿਆ, ਮੈਂ ਉਹ ਇੱਕ ਦੋ ਮਿੰਟ ਦੀ ਵਿਚਾਰ ਕਰਨੀ ਹੈ, ਬਾਅਦ 'ਚ ਕਰਨਾ। ਸੋ ਇਹ ਪੂਰਵਲੇ ਵਾਹਿਗੁਰੂ ਦੇ ਪਿਆਰਿਆਂ ਦੀ ਖੇਡ ਹੁੰਦੀ ਹੈ। ਫੁਰਨਾ ਸੀ ਮਾਤਾ ਲੋਈ ਦਾ ਕਿ ਸਿੱਖਾਂ ਦੀ ਸੇਵਾ ਕਰ। ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਚੰਗਾ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਸਿੱਖਾਂ ਦੇ ਘਰ ਵਿੱਚ ਤੇਰਾ ਜਨਮ ਹੋਏਗਾ, ਸੇਵਾ ਕਰੀ, ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਤੇਰਾ ਉਧਾਰ ਹੋ ਜਾਏਗਾ। ਗੁਰ ਦਰਸੇ ਗੁਰ ਬਾਤ ਸੁਨੇ ਹੈ, ਗੁਰੂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਬਚਨ ਸੁਣੇਗੀ, ਜਦੋਂ ਉਧਾਰ ਸੇਵੇ ਹੋਏ ਜੈ ਹੈ, ਸੇਵਾ ਕਰਕੇ ਤੇਰਾ ਉਧਾਰ ਫੇਰ ਹੋ ਜਾਏਗਾ। ਤੂੰ ਫੁਰਨਾ ਕੀਤਾ ਸੇਵਾ ਦਾ, ਉਹ ਫੁਰਨਾ ਪੂਰਾ ਕਰ ਲਈ ਅਗਲੇ ਜਨਮ ਵਿੱਚ ਸਿੱਖਾਂ ਦੇ ਘਰ ਵਿੱਚ ਜਾ ਕੇ। ਸੁਣ ਲੋਈ ਚਰਨ ਪਰ ਪਰੀ, ਕਹਿੰਦੇ ਲੋਈ ਨੇ ਬਚਨ ਸੁਣ ਕੇ ਕਬੀਰ ਸਾਹਿਬ ਦੇ ਚਰਨ ਫੜ ਲਏ ਬੇਨਤੀਆਂ ਕਰਕੇ। ਦੀਨ ਹੋਏ ਤਬ ਬੇਨਤੀ ਕਰੀ, ਬਹੁਤ ਨਿਮਰਤਾ ਧਾਰ ਕੇ ਤਰਲੇ ਕਰਕੇ ਬੇਨਤੀਆਂ ਕੀਤੀਆਂ, ਮਨਾਇਆ। ਤੁਮ ਵੀ ਦਾਸੀ ਕੋ ਮਤ ਤਿਆਗੋ, ਹੇ ਪਤੀ ਜੀ ਆਪਣੀ ਦਾਸੀ ਨੂੰ, ਆਪਣੀ ਸੇਵਕਾ ਨੂੰ ਨਾ ਅਗਲੇ ਜਨਮ ਵਿੱਚ ਵੀ ਛੱਡਿਓ, ਅਗਲੇ ਜਨਮ ਵਿੱਚ ਵੀ ਤੁਸੀਂ ਮੇਰੇ ਨਾਲ ਰਹੋ, ਮੇਰੇ ਉਧਾਰ ਦੀ ਖਾਤਰ ਇੱਕ ਜਨਮ ਹੋਰ ਲੈ ਲੈ।
ਕਿਰਪਾ ਕਰੋ ਇਹ ਬੇਨਤੀਆਂ ਕੀਤੀਆਂ। ਮੇਰੀ ਪ੍ਰੀਤ ਦੇਖ ਅਨੁਰਾਗ ਹੋ, ਮੇਰੀ ਪ੍ਰੀਤ ਦੇਖ ਕੇ ਮੇਰੇ ਤੇ ਪ੍ਰਤੀਤ ਜਾਓ, ਮੇਰੀ ਬੇਨਤੀ ਹੈ, ਮੇਰਾ ਪ੍ਰੇਮ ਹੈ, ਮੇਰੀ ਸ਼ਰਧਾ ਪੂਰੀ ਕਰ ਦਿਓ। ਕਹੋ ਕਬੀਰ ਸਾਧਨੀ ਸੁਣੀਏ, ਕਬੀਰ ਸਾਹਿਬ ਕਹਿਣ ਲੱਗੇ ਹੈ ਸਾਧਨੀ ਹੈ, ਸਾਧੂ ਸੁਭਾਅ ਸੀ ਨਾ, ਸੇਵਾ ਵਿੱਚ ਲੱਗੇ ਰਹਿਣਾ, ਚੰਚਲ ਬੰਦਾ ਥੋੜੋ ਸੇਵਾ ਕਰਦਾ, ਜਿਹਦੇ ਮਨ ਵਿੱਚ ਹੋਰ ਹੀ ਖਿਆਲ ਹੈ। ਉਹ ਬਾਬਾ ਠਾਕਰ ਸਿੰਘ ਜੀ ਸਾਧੂ ਸਨ, ਸੇਵਾ ਕਰ ਗਏ, ਵੱਡੇ ਵੱਡੇ ਗਿਆਨੀਆਂ ਨੇ ਵਿਦਿਆ ਪੜ੍ਹੀ, ਉਦੋਂ ਹੀ ਸੰਤਾਂ ਨੂੰ ਛੱਡ ਛੱਡ ਕੇ ਤੁਰ ਗਏ ਸਾਰੇ। ਸਾਧੂ ਹੀ ਸੇਵਾ ਕਰਦਾ, ਦੂਜਾ ਨਹੀਂ ਕਰ ਸਕਦਾ ਸੇਵਾ। ਜਿਹਦੇ ਮਨ ਵਿੱਚ ਹੋਰ ਲਾਲਸਾਵਾਂ ਹੁੰਦੀਆਂ ਉਹ ਸੇਵਾ ਨਹੀਂ ਕਰ ਸਕਦਾ। ਤਾਂ ਕਬੀਰ ਸਾਹਿਬ ਕਹਿੰਦੇ ਹੇ ਸਾਧਨੀ ਹੈ ਸੁਣ, ਤੂੰ ਸਾਨੂੰ ਬੇਨਤੀ ਕੀਤੀ ਹੈ, ਸੇਵਾ ਕਰਨੀ ਹੀ ਭਲ ਜਾਣੀਏ, ਸੇਵਾ ਕਰਨੀ ਹੀ ਸਭ ਤੋਂ ਵੱਡਾ ਭਲਾ ਜਾਣਨਾ ਕਰ ਜੀਵਨ ਦਾ। ਭਈ ਭਾਵਨਾ ਜੇ ਮਤੋਹੀ, ਜੇ ਤੇਰੀ ਵੇ ਭਾਵਨਾ ਇੱਛਾ ਹੈ, ਜਨਮ ਹੋਏ ਤੇਰੇ ਸੰਗ ਮੋਹੀ। ਆਖੋ ਭਾਈ ਵਾਹਿਗੁਰੂ ਕਹਿੰਦੇ ਤੇਰੀ ਖਾਤਰ ਅਸੀਂ ਵੀ ਜਨਮ ਲੈ ਲਾਂਗੇ ਅੱਗੇ ਜਾ ਕੇ। ਸਤ ਸੰਗਤ ਜੀ, ਸ਼ਾਸਤਰਾਂ ਵਿੱਚ ਇਹਨੂੰ ਕਾਇਮ ਵਹਿ ਕਹਿੰਦੇ ਆ। ਜੋਗੀ ਸਿੱਧ ਪੁਰਸ਼ ਆਪਣੀ ਪਰਾਰਬਧ ਪੂਰੀ ਕਰਨ ਵਾਸਤੇ ਨਾ, ਪਰਾਰਬਧ ਪੂਰੀ ਹੋਇਆ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਪਰਾਰਬਧ ਪੂਰੀ ਕਰਨ ਵਾਸਤੇ ਕਈ ਕਈ ਜਨਮ ਧਾਰ ਲੈਂਦਾ। ਜਦੋਂ ਪ੍ਰਿਥੀਆ ਜੀ ਦੇਹ ਤਿਆਗ ਕੇ ਸੱਚਖੰਡ ਨੂੰ ਗਏ, ਗੁਰ ਇਤਿਹਾਸ ਵਿੱਚ ਆਉਂਦਾ ਸੁਣਿਓ ਬਚਨ, ਸੱਚਖੰਡ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ, ਰੋਕ ਦਿੱਤਾ ਬਾਹਰ। ਕਹਿਣ ਲੱਗੇ ਸੱਚਖੰਡ ਵਿੱਚ ਤੁਸੀਂ ਜਾ ਨਹੀਂ ਸਕਦੇ। ਕਹਿਣ ਲੱਗੇ ਕਿਉਂ? ਨਰਕਾਂ ਚ ਕਹਿੰਦੇ ਤੁਸੀਂ ਤਾਂ ਨਹੀਂ ਜਾ ਸਕਦੇ, ਤੁਸੀਂ ਗੁਰੂ ਰਾਮਦਾਸ ਜੀ ਦੇ ਪੁੱਤਰ ਹੋ, ਉਹਨਾਂ ਦੀ ਅੰਸ਼ ਹੋ। ਗੁਰੂ ਪੁੱਤਰ ਨਰਕਾਂ ਚ ਚਲੇ ਜਾਏ ਤਾਂ ਸਿੱਖ ਕੀ ਕਰਨਗੇ? ਫਿਰ ਸੱਚਖੰਡ ਚ ਤੁਹਾਨੂੰ ਕਦਮ ਰੱਖਣਾ ਨਹੀਂ ਮਿਲਣਾ। ਤੁਸੀਂ ਸ਼੍ਰੀ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਨਾਲ ਬਹੁਤ ਬੈਰ ਕਰਵਾਇਆ, ਈਰਖਾ ਕੀਤੀ। ਜਾਓ ਮਾਤ ਲੋਕ ਤੇ ਜਾ ਕੇ ਪਸ਼ਚਾਤਾਪ ਕਰੋ ਆਪਣੇ ਪਾਪ ਦਾ, ਆਪਣੇ ਗੁਨਾਹ ਦਾ। ਜਦੋਂ ਤੁਹਾਨੂੰ ਗੁਰੂ ਸਾਹਿਬ ਬਖਸ਼ ਦੇਣਗੇ ਫਿਰ ਸੱਚਖੰਡ ਵਿੱਚ ਆਇਓ, ਫਿਰ ਤੁਹਾਨੂੰ ਸੱਚਖੰਡ ਵਿੱਚ ਥਾਂ ਮਿਲੇਗੀ। ਫਿਰ ਦੋ ਜਨਮ, ਇੱਕ ਰਾਮ ਰਾਏ ਜੀ ਦੇ ਰੂਪ ਵਿੱਚ, ਇੱਕ ਧੀਰਮਲ ਦੇ ਰੂਪ ਵਿੱਚ ਉਹਨਾਂ ਨੂੰ ਗੁਰੂ ਘਰ ਵਿੱਚ ਲੈਣੇ ਪਏ। ਧੀਰਮਲ ਨੇ ਨੌਵੇਂ ਪਾਤਸ਼ਾਹ ਜੀ ਨੂੰ ਸਤਾਇਆ ਔਰ ਰਾਮ ਰਾਏ ਨੇ ਧੰਨ ਗੁਰੂ ਹਰਰਾਏ ਸਾਹਿਬ ਨੂੰ ਧੀਰਮਲ ਦੀ ਦੇਹ ਛੁੱਟੀ। ਫਿਰ ਸਾਧ ਸੰਗਤ ਜੀ, ਰਾਮ ਰਾਏ ਨੇ ਬੇਨਤੀਆਂ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੌਂਟਾ ਸਾਹਿਬ ਮਿਲੇ, ਮਹਾਰਾਜ ਕਿਰਪਾ ਕਰੋ, ਸਾਖੀ ਸੁਣਾਉਣ ਦਾ ਇਤਿਹਾਸ ਸੁਣਾਉਣ ਦਾ ਸਮਾਂ ਨਹੀਂ, ਮਹਾਰਾਜ ਮੈਂ ਬਖਸ਼ਾਉਣਾ, ਇੱਕ ਵਾਰੀ ਮੈਨੂੰ ਮੌਕਾ ਦੇ ਦਿਓ। ਬੇੜੀ ਦੇ ਵਿੱਚ ਫਿਰ ਰਾਮ ਰਾਏ ਜੀ ਉੱਧਰੋਂ ਦੇਹਰਾਦੂਨ ਵੱਲੋਂ ਜਮਨਾ ਵਿੱਚ ਆਏ, ਇੱਧਰੋਂ ਦਸਮ ਪਾਤਸ਼ਾਹ ਜੀ ਗਏ। ਫਿਰ ਰਾਮ ਰਾਏ ਨੇ ਆ ਕੇ ਮਹਾਰਾਜ ਦੇ ਚਰਨ ਫੜ ਲਏ ਦਸਵੇਂ ਪਾਤਸ਼ਾਹ ਦੇ। ਕਹਿਣ ਲੱਗਿਆ ਮਹਾਰਾਜ, ਮੇਰੀ ਪਿਛਲੇ ਜਨਮਾਂ ਦੀ, ਇਸ ਜਨਮ ਦੀ ਜੋ ਅਵੱਗਿਆ ਮੇਰੇ ਕੋਲ ਹੋਈ ਮੈਨੂੰ ਬਖਸ਼ ਦਿਓ, ਮੇਰੇ ਗੁਨਾਹ ਬਖਸ਼ ਦਿਓ, ਮਹਾਰਾਜ ਮੇਰਾ ਸੱਚਖੰਡ ਦਾ ਦਰ ਖੋਲ ਦਿਓ। ਮਹਾਰਾਜ ਨੇ ਫੇਰ ਸਾਧ ਸੰਗਤ ਜੀ ਬਖਸ਼ਿਆ, ਤਾਂ ਦਰਗਾਹ ਵਿੱਚ ਸੱਚਖੰਡ ਵਿੱਚ ਥਾਂ ਮਿਲਿਆ। ਇਹਨੂੰ ਵੇਦਾਂਤ ਦੇ ਵਿੱਚ ਵਿਦਵਾਨ ਪੁਰਸ਼ ਕਾਇਆ ਵੈ ਵੀ ਸਮੂਹ ਰੂਪ ਦੇ ਵਿੱਚ ਜੋਗੀ ਕਈ ਸਰੀਰ ਧਾਰ ਕੇ ਆਪਣੀ ਪਰਾਰਬਧ, ਆਪਣੇ ਪਾਪਾਂ ਦਾ ਲੇਖਾ ਨਿਬੇੜ ਲੈਂਦਾ।
ਹੁਣ ਜਿਨ੍ਹਾਂ ਨੂੰ ਇਹ ਸ਼ਾਸਤਰ ਨਹੀਂ ਪੜ੍ਹੇ ਉਹਨਾਂ ਨੂੰ ਪਤਾ ਨਹੀਂ, ਉਹ ਕਹਿਣਗੇ ਜੀ ਧੀਰ ਮੱਲ ਤੇ ਰਾਮ ਰਾਏ ਦਾ ਕੋਈ ਬਹੁਤਾ ਫਰਕ ਨਹੀਂ ਹੈ, ਅੱਗੜ ਪਿਛੜੀ ਹੋਏ ਹੈ। ਇਹ ਗੱਲ ਕਿਵੇਂ ਸਾਡੇ ਮੰਨਣ ਵਿੱਚ ਆਵੇਗੀ? ਦਲੀਲ ਮੁਤਾਬਕ ਧੀਰ ਮੱਲ ਬਾਅਦ ਵਿੱਚ ਹੋਇਆ, ਰਾਮ ਰਾਏ ਪਹਿਲਾਂ ਹੋਇਆ। ਧੀਰ ਮੱਲ ਵੀ ਬਾਬਾ ਗੁਰਦਿੱਤਾ ਜੀ ਦਾ ਪੁੱਤਰੀ ਸੀ ਨਾ, ਪੋਤਰਾ ਹੀ ਸੀ ਗੁਰੂ ਹਰਰਾਏ ਸਾਹਿਬ ਦਾ, ਤੇ ਰਾਮ ਰਾਏ ਧੰਨ ਗੁਰੂ ਹਰਰਾਏ ਸਾਹਿਬ ਜੀ ਦੇ ਪੁੱਤਰ ਸਨ, ਸਾਹਿਬਜ਼ਾਦੇ ਸਨ। ਇਸ ਕਰਕੇ ਜੋਗੀ ਇੱਕੋ ਸਮੇਂ ਕਈ ਸਰੀਰ ਧਾਰ ਕੇ ਆਪਣੀ ਪ੍ਰਾਰਬਧ ਪਾਪਾਂ ਵਾਲੀ ਨੂੰ ਬਖਸ਼ਾ ਲੈਂਦਾ। ਇਹ ਧਾਰਮਿਕ ਗ੍ਰੰਥਾਂ ਚੋਂ ਇਹਨਾਂ ਗੱਲਾਂ ਦਾ ਗਿਆਨ ਮਿਲਦਾ। ਹੁਣ ਪੰਜਾਂ ਪਿਆਰਿਆਂ ਬਾਰੇ ਇਤਿਹਾਸ ਵਿੱਚ ਵੀ ਆਉਂਦਾ, ਮਹਾਂਪੁਰਖ ਵੀ ਸੁਣਾਉਂਦੇ ਸਨ। ਪਿਆਰੇ ਦਇਆ ਸਿੰਘ ਜੀ ਲਹੂ ਦੇ ਅਵਤਾਰ ਸਨ, ਜਿਹੜਾ ਭਗਵਾਨ ਰਾਮ ਦੇ ਪੁੱਤਰ ਹੋਏ। ਭਾਈ ਧਰਮ ਸਿੰਘ ਜੀ ਭਗਤ ਧੰਨੇ ਦੇ ਅਵਤਾਰ ਸਨ। ਭਾਈ ਹਿੰਮਤ ਸਿੰਘ ਜੀ ਸਾਧ ਸਿੰਘ ਜੀ ਫੰਦਕ ਦੇ, ਜਿਨ੍ਹਾਂ ਨੇ ਚਤੁਰਭੁਜੀ ਰੂਪ ਵਿੱਚ ਪੰਛੀ ਰੂਪ ਵਿੱਚ ਪ੍ਰਭੂ ਨੂੰ ਪਕੜਿਆ, ਫੰਦਕ ਭਗਤ ਹੋਇਆ ਨਾ, ਉਹ ਫੰਦਕ ਦੇ ਅਵਤਾਰ ਸਨ ਭਾਈ ਹਿੰਮਤ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਭਗਤ ਨਾਮਦੇਵ ਦੇ ਅਵਤਾਰ ਸਨ। ਭਾਈ ਸਾਹਿਬ ਸਿੰਘ ਜੀ ਭਗਤ ਸੈਣ ਜੀ ਦੇ ਅਵਤਾਰ ਸਨ। ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਭਗਵਾਨ ਵਿਸ਼ਨੂੰ ਦੇ ਅਵਤਾਰ ਸਨ। ਬਾਬਾ ਜੁਝਾਰ ਸਿੰਘ ਜੀ ਬ੍ਰਹਮਾ ਜੀ ਦੇ ਅਵਤਾਰ ਸਨ। ਬਾਬਾ ਜ਼ੋਰਾਵਰ ਸਿੰਘ ਜੀ ਸ਼ਿਵਜੀ ਦੇ ਅਵਤਾਰ ਸਨ, ਭਗਵਾਨ ਸ਼ੰਕਰ ਦੇ। ਧੰਨ ਬਾਬਾ ਫਤਿਹ ਸਿੰਘ ਜੀ ਇੰਦਰ ਦੇਵ ਦੇ ਅਵਤਾਰ ਸਨ। ਇਹ ਕਿਉਂ ਆਏ ਗੁਰੂ ਘਰ ਦੇ ਵਿੱਚ? ਇਹ ਆਪਣੀ ਸੇਵਾ ਕਰਨ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ ਆਏ। ਸਾਡੇ ਵਰਗਾ ਬੰਦਾ ਐਡੀਆਂ ਕੁਰਬਾਨੀਆਂ ਕਿੱਥੋਂ ਕਰ ਲੂਗਾ? ਸਾਧ ਸੰਗਤ ਜੀ, ਜਦੋਂ ਦਸਮ ਪਿਤਾ ਨੇ ਹੇਮਕੁੰਡ ਸਾਹਿਬ ਤਪ ਕੀਤਾ ਨਾ, ਭਾਈ ਵੀਰ ਸਿੰਘ ਜੀ ਨੇ ਵੀ ਲਿਖੀ ਇਹ ਗੱਲ, ਜਿੰਨੇ ਰਿਸ਼ੀ ਤਪ ਕਰ ਰਹੇ ਸਨ, ਜਦੋਂ ਦੁਸ਼ਟ ਦਮਨ ਦੇ ਰੂਪ ਵਿੱਚ ਅਕਾਲ ਪੁਰਖ ਜੀ ਦੇ ਦਰਸ਼ਨ ਹੋਏ ਵੀ ਤੁਸੀਂ ਮਾਤ ਲੋਕ ਤੇ ਜਾਓ, ਸਾਰੇ ਰਿਸ਼ੀ ਮੁਨੀ ਮਹਾਰਾਜ ਦੇ ਚਰਨ ਫੜ ਲਏ, ਮਹਾਰਾਜ ਦੇ ਸਾਰਿਆਂ ਨੇ, ਕਿ ਹੇ ਰਿਸ਼ੀ ਵਰ ਤੂੰ ਸਾਡਾ ਮੁਖੀ ਹੈ, ਸਾਨੂੰ ਵੀ ਉਧਾਰ ਦੇ। ਕਹਿਣ ਲੱਗੇ ਮਹਾਰਾਜ, ਕਹਿੰਦੇ ਜਾਓ ਫਿਰ ਮਾਤ ਲੋਕ ਦੇ ਵਿੱਚ, ਸਿੱਖਾਂ ਦੇ ਘਰ ਵਿੱਚ ਤੁਸੀਂ ਜਨਮ ਲਓ, ਜਦੋਂ ਜੰਗ ਯੁੱਧ ਹੋਣਗੇ ਉਦੋਂ ਸੂਰਮੇ ਬਣ ਕੇ ਜੰਗਾਂ ਯੁੱਧਾਂ 'ਚ ਲੜ ਕੇ ਸ਼ਹੀਦੀਆਂ ਪਾਓਗੇ, ਤੁਹਾਡੀ ਮੁਕਤੀ ਹੋਏਗੀ। ਸਿੱਖਾਂ ਦੇ ਘਰ ਵਿੱਚ ਉਹ ਰਿਸ਼ੀ ਮੁਨੀ ਆਏ, ਉਹ ਯੋਧੇ ਬਣ ਕੇ ਸੂਰਮੇ ਬਣ ਕੇ ਆਏ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਵਰਗਾ ਹਰ ਇੱਕ ਦੇ ਘਰ ਵਿੱਚ ਥੋੜੋ ਜੰਮ ਜਾਂਦਾ। ਇਹ ਪੂਰਬਲੀਆਂ ਕਮਾਈਆਂ ਹੁੰਦੀਆਂ ਸੰਗਤ ਜੀ, ਪੂਰਬਲੀ ਸਾਧਨਾ ਹੁੰਦੀ। ਆਮ ਮਨੁੱਖ ਵੱਡੇ ਕਾਰਜ ਨਹੀਂ ਕਦੇ ਕਰ ਸਕਦਾ, ਆਮ ਮਨੁੱਖ ਤੇ ਸ਼ੰਕਾ ਵੀ ਨਹੀਂ ਕਦੇ ਸਾਨੂੰ ਕਰਨੀ ਚਾਹੀਦੀ। ਉੱਠ ਕੇ ਸ਼ੰਕਾ ਕਰਨ ਲੱਗ ਜਾਂਦੇ ਹਾਂ ਇਤਿਹਾਸ ਤੇ ਵੀ। ਜਿਹੜੇ ਪੂਰਨ ਪੁਰਖ ਕੋਈ ਬਚਨ ਕਰਦੇ ਆ, ਉਹ ਐਵੇਂ ਨਹੀਂ ਇਹ ਬਚਨ ਕਰਦੇ ਗੁਰੂ ਕੇ। ਭਾਈ ਗੁਰੂ ਘਰ ਦੇ ਵਿੱਚ ਅੱਗੇ ਆ ਦੋ ਚਾਰ ਪੰਕਤੀਆਂ ਤੋਂ ਬਾਅਦ ਆਏਗਾ ਨਿਰਣਾ ਸਾਰਾ ਇਸੇ ਖੁਲਾਸੇ ਵਿੱਚ। ਸੁਰਾਓ ਵਿਚਾਰ, ਕਹਿਣ ਲੱਗੇ ਪੂਰਬ ਕੀ। ਹਾਂਜੀ, ਜਨਮ ਹੋਏ ਤੇਰੇ ਸੰਗ ਮੋਹੀ, ਕਹਿੰਦੇ ਤੇਰੇ ਨਾਲ ਹੀ ਫਿਰ ਸਾਡਾ ਜਨਮ ਹੋਏਗਾ ਸਿੱਖਾਂ ਦੇ ਘਰ ਵਿੱਚ। ਇਮਕਾ ਜਨਮ ਧਰਿਓ ਤੋ ਬਦੋਈ, ਇਸ ਕਰਕੇ ਕਹਿੰਦੇ ਮਹਾਰਾਜ ਕਹਿ ਰਹੇ ਤੁਸੀਂ ਦੋਨਾਂ ਨੇ ਜਨਮ ਧਾਰਿਆ ਇਸ ਮਾਤ ਲੋਕ ਤੇ ਆ ਕੇ। ਪੂਰਬ ਕੀ ਸੁਧ ਰਹੀ ਨਾ ਕੋਈ, ਪਰ ਪਿਛਲੇ ਜਨਮ ਦੀ ਵਾਹਿਗੁਰੂ ਨੇ ਪਰਦਾ ਵੀ ਰੱਖਣਾ ਸੀ ਨਾ ਪਾ ਕੇ।
ਤੁਹਾਨੂੰ ਸੁੱਧ ਨਹੀਂ ਰਹੀ, ਖਿਆਲ ਗਿਆਤ ਨਹੀਂ ਰਹੀ, ਗਿਆਨ ਨਹੀਂ ਰਿਹਾ। ਕਹਿਓ ਕਿ ਸਮਾਂ ਸੁਪੂਰਬ ਤੇਰਾ, ਕਹਿਣ ਲੱਗੇ ਤੇਰਾ ਪਿਛਲੇ ਜਨਮ ਦਾ ਸਮਾਂ ਤੈਨੂੰ ਦੱਸ ਦਿੱਤਾ ਭਗਤ ਜੀ, ਗੁਰਬਿਨ ਨਹਿ ਜਾਗੈ ਇਸ ਬੇਰਾ। ਪਰ ਗੁਰੂ ਸਾਹਿਬ ਕਹਿੰਦੇ ਸਾਡੇ ਤੋਂ ਬਿਨਾਂ ਨਾ ਉਹ ਤੁਹਾਨੂੰ ਗਿਆਨ ਨਹੀਂ ਹੋਣਾ ਸੀ, ਉਹ ਜਾਗ ਨਹੀਂ ਆਉਣੀ ਸੀ, ਉਹ ਪੜਦਾ ਨਹੀਂ ਚੱਕਿਆ ਜਾਣਾ ਸੀ। ਇਤਨੂੰ ਕਹਿ ਗੁਰ ਕੀਨ ਪ੍ਰਸਾਦ, ਇੰਨੇ ਨੂੰ ਕਹਿ ਕੇ ਸਤਿਗੁਰੂ ਜੀ ਨੇ ਕੜਾ ਪ੍ਰਸ਼ਾਦ ਦਾ ਵਰਤਾਰਾ ਛਕਿਆ ਵਰਤਿਆ। ਨਿਜ ਕਰ ਦੀਨ ਕਰਾ ਪ੍ਰਸਾਦ, ਉਹਦੇ ਵਿੱਚੋਂ ਥੋੜਾ ਜਿਹਾ ਪ੍ਰਸ਼ਾਦ ਉਹ ਸਿੱਖ ਨੂੰ ਤੇ ਸਿੱਖਣੀ ਨੂੰ ਦੋਨਾਂ ਨੂੰ ਦਿੱਤਾ। ਸਿੱਖ ਸਿੱਖਣੀ ਮੁੱਖ ਪਾਵਨ ਕੀਨਾ, ਜਦੋਂ ਸਿੱਖ ਸਿੱਖਣੀ ਨੇ ਦੋਨਾਂ ਨੇ ਆਪਣੇ ਮੁੱਖ ਵਿੱਚ ਸਤਿਗੁਰੂ ਜੀ ਦਾ ਦਿੱਤਾ ਕੜਾ ਪ੍ਰਸ਼ਾਦ ਪਾਇਆ ਛਕਿਆ। ਖੁੱਲ ਕਪਾਟ ਪਾਠ ਆਟਨ ਨਵੀਨਾ, ਆਖੋ ਭਾਈ ਵਾਹਿਗੁਰੂ, ਪੜਦੇ ਖੁੱਲ ਗਏ, ਅੰਤਰਜਾਮ ਤਾਂ ਹੋ ਗਈ, ਬੁੱਧੀ ਤੋਂ ਪੜਦਾ ਚੱਕਿਆ ਗਿਆ, ਸਾਰਾ ਠਾਟ ਨਵਾਂ ਹੀ ਨਵਾਂ, ਪਿਛਲਾ ਜਨਮ ਵੀ ਆ ਵੀ ਸਾਰਾ ਪ੍ਰਤੱਖ ਦੇਖ ਲਿਆ। ਜਾਗਿਓ ਬੋਧ ਸਕਲ ਸੁਧ ਆਈ, ਬੋਧ ਗਿਆਨ ਹੋ ਗਿਆ, ਸਾਰੀ ਸੁਧ ਪਤਾ ਲੱਗ ਗਈ, ਪਿਛਲੇ ਜਨਮ ਦੀ ਸਾਰੀ ਖਬਰ ਹੋ ਗਈ, ਆਪ ਆਪਣੇ ਆਪ ਨੂੰ ਹੋ ਗਈ, ਆਪ ਨੂੰ ਪਤਾ ਲੱਗ ਗਿਆ। ਜਿਮ ਜਿਮ ਬੀਤੀ ਮਤ ਬਿਸਮਾਈ, ਜਿਵੇਂ ਜਿਵੇਂ ਹੋਇਆ ਬੜੇ ਹੈਰਾਨ ਹੁੰਦੇ ਆ ਕਿ ਵਾਕਈ ਪਿਛਲੇ ਜਨਮ ਵਿੱਚ ਭਗਤ ਕਬੀਰ ਜੀ ਦੇ ਰੂਪ ਵਿੱਚ ਸੇਵਾ ਕੀਤੀ ਆ ਅਸੀਂ। ਬੋਲੇ ਹੱਥ ਜੋੜ ਮੁਖ ਜੋਵੈ, ਦੋਨੋਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਬੇਨਤੀਆਂ ਕਰਦੇ ਬੋਲਦੇ ਆ। ਹਮ ਪ੍ਰਤ ਪਾਕ ਆਪ ਕੋ ਹੋਵੈ, ਸਾਨੂੰ ਵੀ ਕੋਈ ਹੁਣ ਬਚਨ ਕਰੋ, ਆਗਿਆ ਦਿਓ। ਕਰੀ ਬੀੜ ਗ੍ਰੰਥ ਸਾਹਿਬ ਜਬੈ, ਮਹਾਰਾਜ ਕਹਿੰਦੇ ਭਾਈ ਜਦੋਂ ਪੰਜਵੇਂ ਸਰੂਪ ਵਿੱਚ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕਰਾਈ ਸੀ ਅਸੀਂ ਪੰਜਵੇਂ ਜਾਮੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਤਯੋ ਬਦੇਹ ਦਰਸ ਤੁਬ ਸਤਬੈ, ਇਹ ਉਦੋਂ ਦੀ ਸਾਖੀ ਹੈ। ਭਾਈ ਗੁਰਦਾਸ ਜੀ ਨੇ ਇੱਕ ਦਿਨ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੂੰ, ਬੀੜ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਕਰ ਰਹੇ ਸਨ। ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਮਹਾਰਾਜ ਜਿਹਨਾਂ ਭਗਤਾਂ ਦੀ ਬਾਣੀ ਲਿਖਾ ਰਹੇ ਹੋ, ਇਹ ਤਾਂ ਭਗਤ ਬਹੁਤ ਚਿਰ ਪਹਿਲਾਂ ਹੋ ਗਏ, ਇਹਨਾਂ ਦੇ ਦਰਸ਼ਨ ਵੀ ਕਰਾਉਂਗੇ ਸਾਨੂੰ? ਮਹਾਰਾਜ ਕਹਿੰਦੇ ਭਾਈ ਗੁਰਦਾਸ, ਦਿਨ ਚੜ੍ਹਨ ਤੋਂ ਇੱਕ ਪਹਿਰ ਪਹਿਲਾਂ ਆ ਜਾਈ। ਅੱਗੇ ਤਾਂ ਦਿਨ ਚੜ੍ਹਨ ਸਾਰ ਬਾਣੀ ਲਿਖਣੀ ਸ਼ੁਰੂ ਕਰੀਦੀ ਹੈ ਨਾ, ਨਿਤਨੇਮ ਤੋਂ ਵਿਹਲੇ ਹੋ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀ, ਸਾਫ਼ ਵਸਤਰ ਪਾਈ, ਨਿਤਨੇਮ ਕਰਕੇ ਸਵਾ ਪਹਿਰ ਪਹਿਲਾਂ ਆ ਜਾਈ ਸਾਡੇ ਕੋਲੇ ਤੰਬੂ ਵਿੱਚ, ਤੈਨੂੰ ਦਰਸ਼ਨ ਕਰਾਵਾਂਗੇ। ਜਦੋਂ ਭਾਈ ਗੁਰਦਾਸ ਜੀ ਆਏ ਨਾ, ਸਾਧ ਸੰਗਤ ਜੀ ਮਹਾਰਾਜ ਜੀ ਨੂੰ ਮੱਥਾ ਟੇਕਿਆ, 15 ਭਗਤ ਸੱਜੇ ਖੱਬੇ ਸਤਿਗੁਰੂ ਜੀ ਦੇ ਦਰਸ਼ਨ ਦੇ ਰਹੇ ਆ ਤੇ ਬਚਨ ਕਰ ਰਹੇ ਆ, ਬਾਣੀ ਲਿਖਾ ਰਹੇ ਆ, ਬਾਣੀ ਉਚਾਰ ਰਹੇ ਆ, ਵਾਰਤਾਲਾਪ ਹੋ ਰਹੀ ਹੈ। ਮਹਾਰਾਜ ਕਹਿੰਦੇ ਭਾਈ ਗੁਰਦਾਸ ਕਰ ਲੈ ਦਰਸ਼ਨ। ਦਰਸ਼ਨ ਕੀਤੇ ਇਕੱਲੇ ਇਕੱਲੇ ਭਗਤ ਦੇ, ਇਕੱਲੇ ਇਕੱਲੇ ਭਗਤ ਨੇ ਆਪਣਾ ਪਰਿਚੈ ਕਰਾਇਆ ਕਿ ਮੈਂ ਭਗਤ ਕਬੀਰ, ਮੈਂ ਭਗਤ ਫਰੀਦ, ਮੈਂ ਭਗਤ ਧੰਨਾ, ਮੈਂ ਸੈਣ, ਮੈਂ ਭਗਤ ਰਵਿਦਾਸ ਜੀ, ਵਾਲਮੀਕ ਜੀ, ਸਾਰਿਆਂ ਨੇ ਆਪਣਾ ਆਪਣਾ ਪਰਿਚਾ ਕਰਾਇਆ। ਮਹਾਰਾਜ ਕਹਿੰਦੇ ਕਿਉਂ ਭਾਈ ਗੁਰਦਾਸ, ਤੇਰੀ ਇੱਛਾ ਪੂਰੀ ਹੋ ਗਈ? ਕਹਿਣ ਲੱਗੇ ਹਾਂ। ਉਸੇ ਵਕਤ ਸਾਰੇ ਭਗਤ ਮਹਾਰਾਜ ਦੇ ਸਰੂਪ ਵਿੱਚ ਅਲੋਪ ਹੋ ਗਏ। ਉਹ ਬਚਨ ਦਸਵੇਂ ਪਾਤਸ਼ਾਹ ਕਰ ਰਹੇ, ਕਹਿੰਦੇ ਉਦੋਂ ਦੇਹ ਤੋਂ ਬਿਨਾਂ ਹੀ ਸੂਖਮ ਸਰੀਰ ਧਾਰ ਕੇ ਕਬੀਰ ਸਾਹਿਬ ਤੂੰ ਵੀ ਉਦੋਂ ਦਰਸ਼ਨ ਦਿੱਤੇ ਸਨ ਭਾਈ ਗੁਰਦਾਸ ਜੀ ਨੂੰ। ਆਪ ਇਸ ਦੇਹ ਸਹਿਤ ਹੋਏ ਆਏ,
ਹੁਣ ਦੇਹੜੇ ਸਹਿਤ ਹੋ ਕੇ ਦਸਵੇਂ ਜਾਮੇ ਵਿੱਚ ਆ ਗਏ ਸਾਡੇ ਪਾਸ। ਪੂਰਬ ਬਾਣੀ ਦੇਹ ਸੁਣਾਏ, ਕਹਿੰਦੇ ਚੰਗਾ ਪਿਛਲੇ ਜਨਮ ਚ ਜਿਹੜੀ ਕਬੀਰ ਜੀ ਤੁਸੀਂ ਬਾਣੀ ਉਚਾਰੀ ਆ ਸੁਣਾਓ ਸੰਗਤ ਨੂੰ, ਸ਼ੰਕਾ ਮਿਟ ਜਾਏ ਸਾਰਿਆਂ ਦਾ। ਜਿਸ ਕੋ ਸੁਣ ਕਰ ਸੰਗਤ ਪ੍ਰੀਤ, ਜਿਸ ਕਰਕੇ ਸੰਗਤਾਂ ਨੂੰ ਭਰੋਸਾ ਆ ਜਾਏ ਕਿ ਵਾਕਈ ਤੁਸੀਂ ਪਿਛਲੇ ਜਨਮ ਦੇ ਭਗਤ ਕਬੀਰ ਹੋ। ਆਏ ਸਰਬ ਕੇ ਹਿਰਦੇ ਪ੍ਰਤੀਤ, ਸਾਰਿਆਂ ਦੇ ਮਨ ਵਿੱਚ ਭਰੋਸਾ ਆ ਜਾਏ ਚੰਗੀ ਤਰ੍ਹਾਂ। ਬਿਨ ਦੇਖੇ ਉਪਜੈ ਨਹੀਂ ਆਸਾ, ਬਿਨਾਂ ਦੇਖਿਆ ਬੰਦਾ ਵਿਸ਼ਵਾਸ ਨਹੀਂ ਕਰਦਾ। ਅੱਜ ਦਾ ਮਨੁੱਖ ਤਾਂ ਕਰਦਾ ਹੀ ਨਹੀਂ ਨਾ, ਇੰਨਾ ਨਾਸਤਕ ਹੋ ਗਿਆ, ਬੁੱਧੀਆਂ ਮੈਲੀਆਂ ਹੋ ਗਈਆਂ। ਜੇ ਮਹਾਰਾਜ ਚਾਹੁਣ ਫਿਰ ਸਭ ਕੁਝ ਹੀ ਦਿਖਾ ਦਿੰਦੇ ਆ, ਕੁਝ ਵੀ ਲੋਪ ਨੀ ਗੁਪਤ ਨੀ ਰਹਿਣ ਦਿੰਦੇ। ਇਹ ਕਿਰਪਾ ਕਰਨ ਸੱਚੇ ਪਾਤਸ਼ਾਹ। ਕਬੀਰ ਗੱਲ ਸ਼ਬਦ ਸੁਣਾਏ, ਕਬੀਰ ਸਾਹਿਬ ਜਿਹੜਾ ਸਿੱਖ ਪਿਛਲੇ ਜਨਮ ਦਾ ਸੀ ਉਹਨੇ ਸਾਰੇ ਸ਼ਬਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੋਲ ਕੇ ਸੁਣਾਏ, ਜਿਵੇਂ ਗੁੰਗੇ ਤੋਂ ਗੀਤਾ ਦੇ ਅਰਥ ਕਰਾਏ ਸੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਉਵੇਂ ਇਸ ਗੁਰਸਿੱਖ ਨੇ ਭਗਤ ਕਬੀਰ ਸਾਹਿਬ ਦੀ ਬਾਣੀ ਸਾਰੀ ਸੁਣਾਈ ਸੰਗਤ ਨੂੰ। ਜਨਮ ਪ੍ਰਥਾ ਕੇ ਜਥਾ ਬਣਾਏ, ਜਿਵੇਂ ਪਹਿਲੇ ਜਨਮ ਵਿੱਚੋਂ ਸ਼ਬਦ ਉਚਾਰੇ ਸੀ, ਭੋਗ ਪਾਏ ਕਰ ਸੀ ਸੁਣਵਾਇਓ, ਸ਼ਬਦਾਂ ਦਾ ਭੋਗ ਪਾ ਕੇ ਸਿਰ ਝੁਕਾਇਆ ਨਮਸਕਾਰ ਕੀਤਾ, ਬਾਣੀ ਪੜ੍ਹ ਕੇ ਸਿਰ ਝੁਕਾਉਣਾ ਚਾਹੀਦਾ ਹੈ। ਸ੍ਰੀ ਮੁਖ ਤੇ ਤਬ ਇਹ ਫੁਰਮਾਇਓ, ਉਸ ਵਕਤ ਸੁਭਾਇਮਾਨ ਮੁਖ ਤੋਂ ਬਚਨ ਕੀਤਾ। ਸਭ ਭਗਤਨ ਸਰਦਾਰ ਕਬੀਰ, ਕਹਿੰਦੇ ਭਾਈ ਸਾਰੇ ਭਗਤਾਂ ਦਾ ਸਰਦਾਰ, ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ, ਇਹ ਭਗਤਾਂ ਦਾ ਸ਼੍ਰੋਮਣੀ ਭਗਤ ਕਬੀਰ ਜੀ ਹੈ। ਰਚੇ ਗੁਰੂ ਕੀਆ ਪੰਥ ਗਹੀਰ, ਗੁਰੂ ਸਾਹਿਬ ਨੇ ਜਿਹੜਾ ਪੰਥ ਰਚਿਆ ਬੜਾ ਭਾਰੀ ਖਾਲਸਾ ਪੰਥ ਸਿੱਖ ਪੰਥ ਰਚਿਆ ਹੈ। ਅਬ ਸਿੱਖਨ ਕਰ ਜਨਮ ਹੋ ਜਾਏ ਸੋ, ਮਹਾਰਾ ਕਹਿੰਦੇ ਇੱਕ ਜਨਮ ਹੋਰ ਲੈ ਲੈ, ਸਿੱਖਾਂ ਦੇ ਘਰ ਵਿੱਚ ਜਾਓ ਜਨਮ ਲਓ ਇੱਕ ਹੋਰ। ਧਰਮ ਰੱਖਣ ਹਿਤ ਬੇਕ ਬਣਾਏ ਸ, ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦੇਣੀਆਂ ਪੈਣੀਆਂ, ਤੁਹਾਨੂੰ ਸ਼ਹੀਦੀਆਂ ਦੇਣੀਆਂ ਪੈਣੀਆਂ। ਇਸ ਕਰਕੇ ਧਰਮ ਦੀ ਰੱਖਿਆ ਵਾਸਤੇ ਸ਼ਸਤਰਧਾਰੀ ਸੂਰਮਿਆਂ ਵਾਲਾ ਲਿਬਾਸ ਧਾਰਨ ਕਰਨਾ ਪੈਣਾ, ਸ਼ਸਤਰਧਾਰੀ ਸੂਰਮਿਆਂ ਵਾਲਾ ਬਾਣਾ ਤੁਹਾਨੂੰ ਧਾਰਨ ਕਰਨਾ ਪੈਣਾ ਇੱਕ ਵਾਰੀ ਹੋਰ। ਕਲਯੁਗ ਕੇ ਕਰਬੋ ਨਿਰਬਾਹ, ਕਲਯੁਗ ਦਾ ਨਿਰਬਾਹ ਧਰਮ ਦੀ ਰੱਖਿਆ ਕਰਕੇ ਕਲਯੁਗ ਦੇ ਵਿੱਚ ਹੋਣਾ, ਧਰਮ ਦੀ ਰੱਖਿਆ ਵਾਸਤੇ ਸਿਰ ਦੇਣੇ ਪੈਣੇ ਆ। ਉਤਰੋ ਸਿੱਖਣ ਕੇ ਘਰ ਮਾਹ, ਸਿੱਖਾਂ ਦੇ ਘਰ ਵਿੱਚ ਜਾ ਕੇ ਜਨਮ ਲਓ। ਸੁਣ ਪ੍ਰਭ ਦੇ ਸਿੱਖ ਸਿੱਖ ਨਹੀਂ ਜਾਗੇ, ਸਤਿਗੁਰੂ ਜੀ ਦੇ ਬਚਨ ਸੁਣ ਕੇ ਇਹ ਭਗਤ ਕਬੀਰ ਰੂਪ ਸਿੱਖ ਤੇ ਮਾਤਾ ਲੋਈ ਰੂਪ ਸਿੱਖਣੀ, ਉਸੇ ਵਕਤ ਸਤਿਗੁਰੂ ਜੀ ਦੇ ਮਨ ਵਿੱਚ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਇਹਨਾਂ ਦੀ ਬਿਰਤੀ ਜਾਗੀ, ਐਨ ਬਿਰਤੀ ਖੁੱਲ ਗਈ। ਸਦਨ ਜੋਗ ਕੋ ਲਾਗੇ, ਘਰ ਵਿੱਚ ਜਾ ਕੇ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਗਏ, ਜੋਗ ਕਮਾਉਣ ਲੱਗ ਪਏ। ਮਾਨਿਓ ਬਚਨ ਭਗਤ ਸਮੁਦਾਇ, ਸਾਰੇ 15 ਭਗਤਾਂ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ ਜਿੰਨੇ ਵੀ ਹੋਏ। ਸਿੱਖਣ ਘਰੇ ਜਨਮ ਤਾਰਿਆ, ਆਖੋ ਭਾਈ ਵਾਹਿਗੁਰੂ। ਇਹਨਾਂ ਭਗਤਾਂ ਨੇ ਫਿਰ ਸਾਰਿਆਂ ਨੇ ਸਿੱਖਾਂ ਦੇ ਘਰ ਵਿੱਚ ਜਾ ਕੇ ਜਨਮ ਲਏ, ਭਗਤ ਕਬੀਰ ਜੀ ਨੇ ਵੀ, ਧੰਨਾ ਜੀ ਨੇ ਵੀ, ਸਾਰਿਆਂ ਨੇ ਇਹਨਾਂ ਨੇ ਜਨਮ ਲਏ ਸਿੱਖਾਂ ਦੇ ਘਰਾਂ ਵਿੱਚ ਆ ਕੇ ਸਿੱਖ ਸੂਰਮੇ ਬਹਾਦਰ ਯੋਧੇ ਬਣ ਕੇ ਪੰਥ ਵਿਖੇ ਹੋਏ ਸੇਵਾ ਲਾ ਕੇ। ਜਦੋਂ ਪੰਥ ਗੁਰੂ ਕਾ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਬੜੇ ਵਿਖਣ ਸਮਿਆਂ ਦੇ ਵਿੱਚੋਂ ਦੀ ਪੰਥ ਗੁਜ਼ਰਿਆ, ਤਾਂ ਉਦੋਂ ਇਹ ਭਗਤ ਸੇਵਾ ਵਿੱਚ ਲੱਗ ਗਏ।
ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਕੋਈ ਛੋਟੀ ਹੈ ਸੰਗਤ ਜੀ, ਕੋਪਰਾ ਕੌਣ ਲੁਹਾਏਗਾ? ਕੋਈ ਇਹਨਾਂ ਭਗਤਾਂ ਵਿੱਚੋਂ ਭਗਤ ਸਨ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਤੀ ਦਾਸ ਜੀ, ਕਿੱਡੇ ਕਿੱਡੇ ਮਹਾਨ ਸ਼ਹੀਦ ਸਿੱਖ ਔਰ ਸਿੰਘ ਹੋਏ, ਭਾਈ ਬਚਿੱਤਰ ਸਿੰਘ ਜੀ ਜੈਸੇ, ਕਿੱਡੀਆਂ ਵੱਡੀਆਂ ਕੁਰਬਾਨੀਆਂ ਸਾਰੇ ਸੇਵਾ ਵਿੱਚ ਲੱਗੇ ਆਣ ਕੇ। ਤੁਰਕਨ ਸੰਗ ਜੰਗ ਮਹਿ ਜਾਕੇ, ਜ਼ਾਲਮ ਤੁਰਕਾਂ ਦੇ ਨਾਲ ਇਹਨਾਂ ਨੇ ਜੰਗ ਯੁੱਧ ਕੀਤੇ। ਖਾਲਸਾ ਜੀ, ਤੁਰਕਾਂ ਦੀ ਜ਼ੁਲਮ ਦੀ ਜੜ ਪੁੱਟਣੀ ਬੜੀ ਔਖੀ ਸੀ। ਇਸ ਧਰਤੀ ਤੋਂ ਤੁਰਕਾਂ ਦੀ ਜ਼ਾਲਮਾਂ ਦੀ ਜੜ ਉਖਾੜਨੀ ਵੀ, ਨਾ ਲੈਣਾ ਵੀ ਔਖਾ ਸੀ। ਪਰ ਇਹਨਾਂ ਕਰਨੀ ਵਾਲੇ ਸਿੱਖਾਂ ਨੇ, ਭਗਤਾਂ ਨੇ, ਸੰਤਾਂ ਨੇ, ਦੇਵਤਿਆਂ ਨੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਜ਼ਾਲਮਾਂ ਨਾਲ ਯੁੱਧ ਕੀਤੇ, ਉਹਨਾਂ ਦੇ ਜ਼ੁਲਮ ਦੀਆਂ ਦੜਾਂ ਜੜਾਂ ਪੁੱਟ ਕੇ ਰੱਖ ਦਿੱਤੀਆਂ। ਖਾਲਸਾ ਤਾਂ ਥੋੜੀ ਜਿਹੀ ਗਿਣਤੀ ਦੇ ਵਿੱਚ ਹੀ ਸੀ ਨਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕਿੰਨੇ ਕੁ ਸਿੰਘ ਸਨ ਜਦੋਂ ਵਜੀਦੇ ਨਾਲ ਲੜੇ, ਜਦੋਂ ਕਾਨੂੰ ਬਾਣ ਦੇ ਸ਼ੰਭ ਵਿੱਚ ਸਿੰਘਾਂ ਨੂੰ ਘੇਰੇ ਪੈ ਗਏ, ਕੁੱਪਰ ਹੀੜੇ ਦੇ ਜੰਗ ਵਿੱਚ 30,000 ਖਾਲਸਾ ਸ਼ਹੀਦ ਹੋ ਗਿਆ। ਖਾਲਸਾ ਜੀ, ਐਡੀ ਵੱਡੀ ਮਾਰ ਪੈ ਜੇ ਕਿਸੇ ਕੌਮ ਨੂੰ ਕਿ ਤੁਹਾਡੇ ਗਿਣਤੀ ਦੇ ਸਿੰਘ ਰਹਿ ਜਾਣ, 35,000 to 35,000 ਖਾਲਸਾ ਕੁੱਪਰ ਹੀੜੇ ਦੇ ਮੈਦਾਨ ਵਿੱਚ ਸ਼ਹੀਦ ਹੋਇਆ, ਕੋਈ ਵਿਰਲੇ ਵਾਂਝੇ ਬਚੇ ਸਨ। ਉਹ ਕੌਣ ਸਨ? ਉਹ ਇਹੀ ਸ਼ਕਤੀਆਂ ਵਾਲੇ ਭਗਤ, ਗੁਰਮੁਖ ਕਰਨੀਆਂ ਵਾਲੇ ਗੁਰਸਿੱਖ ਸਨ ਜਿਨ੍ਹਾਂ ਨੇ ਜ਼ਾਲਮਾਂ ਦੇ ਦੰਦ ਖੱਟੇ ਕੀਤੇ ਔਰ ਗੁਰੂ ਨਾਨਕ ਸਾਹਿਬ ਦਸਮ ਪਿਤਾ ਦਾ ਇਹ ਖਾਲਸਾ ਪੰਥ ਅੱਜ ਦੁਨੀਆਂ ਦੇ ਵਿੱਚ ਰਾਜ ਕਰ ਰਿਹਾ। ਦੁਨੀਆਂ ਵਿੱਚ, ਸਾਰੀ ਦੁਨੀਆਂ ਵਿੱਚ ਅੱਜ ਖਾਲਸੇ ਦੇ ਬੋਲ ਬਾਲੇ ਹਨ। ਭਇਓ ਖਾਲਸਾ ਤੇਜ ਵਿਸਾਲਾ, ਹਰ ਕਹਿੰਦੇ ਖਾਲਸੇ ਬਣ ਕੇ, ਖਾਲਸੇ ਦਾ ਬੜਾ ਤੇਜ ਪ੍ਰਤਾਪ ਦੁਨੀਆਂ ਵਿੱਚ ਹੋਏਗਾ। ਤੁਸੀਂ ਸੇਵਾ ਕਰਨੀ ਹੈ, ਜ਼ੁਲਮ ਦਾ ਨਾਸ਼ ਜਦੋਂ ਹੋਣਾ, ਜ਼ਾਲਮਾਂ ਦੀਆਂ ਜੜਾਂ ਪੁੱਟ ਦੇਣੀਆਂ, ਤੇ ਖਾਲਸੇ ਦਾ ਫਿਰ ਤੇਜ ਪ੍ਰਤਾਪ ਫੈਲੇਗਾ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਬਚਨ ਕਹੇ ਹੈ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਮੱਥਾ ਟੇਕਿਆ, ਅਰਦਾਸ ਕੀਤੀ, ਦੋ ਹੀ ਬੇਨਤੀਆਂ ਕੀਤੀਆਂ ਸਨ। ਹੇ ਗੁਰੂ ਰਾਮਦਾਸ ਸਾਹਿਬ, ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਹੜੇ ਜ਼ਾਲਮ ਅੱਜ ਤੁਹਾਡੇ ਤਖ਼ਤ ਨੂੰ ਢਾ ਰਹੇ ਹੈ ਨਾ, ਇੱਕ ਦਿਨ ਇਸ ਤਖ਼ਤ ਤੇ ਕੌਮ ਸੋਨਾ ਲਾਏਗੀ ਤੇ ਹੀਰੇ ਲਾਏਗੀ। ਦੂਜਾ, ਸੱਚੇ ਪਾਤਸ਼ਾਹ, ਜਿੰਨਾ ਚਿਰ ਕੌਮ ਦਾ ਰਾਜ ਭਾਗ ਨਹੀਂ, ਆਪਣਾ ਘਰ ਨਹੀਂ ਬਣ ਜਾਂਦਾ, ਮੈਂ ਬਾਰ ਬਾਰ ਜਨਮ ਲੈ ਕੇ ਕੌਮ ਦੀ ਸੇਵਾ ਕਰਾਂ ਇਸ ਧਰਤੀ ਤੇ ਆ ਕੇ। ਇਹ ਉਹਨਾਂ ਦੀ ਅਰਦਾਸ ਹੈ, ਪੂਰੀ ਹੋਏਗੀ। ਸ਼ਹੀਦਾਂ ਦੇ ਸੰਕਲਪ ਪਰਮੇਸ਼ਰ ਪੂਰੇ ਕਰਦਾ, ਕੋਈ ਰੋਕ ਨਹੀਂ ਸਕਦਾ। ਸਮਾਂ ਆ ਜਾਏਗਾ ਕਿਤੇ ਨਾ ਕਿਤੇ, ਕਾਲੇ ਪੈਣ ਦੀ ਲੋੜ ਨਹੀਂ। ਕਈਆਂ ਨੇ ਤਾਂ ਇੰਨਾ ਮਤਲਬ ਸਾਧ ਸਿੰਘ ਜੀ ਉਦਮ ਮਚਾਇਆ ਵੀ ਸਾਡੇ ਮੋਢਿਆਂ ਤੇ ਕੌਮ ਦਾ ਜ਼ੋਰ ਹੈ, ਬਾਕੀ ਤਾਂ ਸਭ ਐਵੇਂ ਤੁਰੇ ਫਿਰਦੇ ਆ, ਅਸੀਂ ਕੌਮ ਦੇ ਠੇਕੇਦਾਰ ਹੈ, ਬਾਕੀਆਂ ਨੂੰ ਤਾਂ ਸਮਝਦੇ ਕੱਖ ਨਹੀਂ, ਸਮਾਂ ਆਉਣ ਤੋਂ ਲੱਭਦੇ ਵੀ ਨਹੀਂ ਫਿਰ। ਸੋ ਖਾਲਸਾ ਜੀ, ਐਵੇਂ ਮਾਣ ਨਹੀਂ ਕਰਨਾ ਚਾਹੀਦਾ, ਇਹ ਸਾਡੇ ਵੱਸ ਦੀਆਂ ਗੱਲਾਂ ਨਹੀਂ, ਇਹ ਗੁਰੂ ਕੀ ਖੇਡ। ਗੁਰੂ ਜਾਣਦਾ ਕਦੋਂ ਕੌਮ ਦੇ ਉੱਤੇ ਇਹ ਬਖਸ਼ਿਸ਼ਾਂ ਵੀ ਕਰਨੀਆਂ। ਮਹਾਰਾਜ ਨੇ ਕੌਮ ਨੂੰ ਸਾਰੇ ਸੰਸਾਰ ਵਿੱਚ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਣਗੇ ਬਚੇ ਸ਼ਰਨ ਜੋ ਹੋਏ। ਖਾਲਸਾ ਉਹਦੇ ਅਸਤ ਲਓ ਜੀਤਾ,
ਚੜ੍ਹਦੇ ਸੂਰਜ ਤੋਂ ਲੈ ਕੇ ਛਿਪਦੇ ਸੂਰਜ ਤਾਂ ਖਾਲਸੇ ਨੇ ਸਾਰੀ ਦੁਨੀਆ ਜਿੱਤ ਲੈਣੀ, ਪਰ ਸਮਾਂ ਆਏਗਾ, ਗੁਰੂ ਸਾਹਿਬ ਤੇ ਭਰੋਸਾ ਰੱਖਣਾ ਚਾਹੀਦਾ ਹੈ। ਕੇਸ ਕਾਸ਼ ਤਰ ਸ਼ਸਤਰ ਕਰਾਲਾ, ਇਉਂ ਮਹਾਰਾਜ ਕਹਿੰਦੇ ਭਾਈ ਸਾਬਤ ਸੂਰਤ ਕੇਸ ਰੱਖਣੇ ਹੈ, ਤੇੜ ਕਸ਼ਹਿਰਾ ਪਾਉਣਾ, ਪੰਜ ਕਕਾਰ ਅਤੇ ਸ਼ਸਤਰ ਧਾਰਨ ਕਰਕੇ ਰੱਖਣੇ ਹੈ, ਵੀਰ ਅਸੀਂ ਰੂਪ ਧਾਰਨ ਕਰਨਾ ਜਦੋਂ ਜੰਗ ਯੁੱਧ ਆਉਣੇ ਹੈ। ਭਏ ਵੀਰ ਰਸ ਮੈਂ ਸਵਧਾਨਾ, ਖਾਲਸਾ ਫਿਰ ਮੁਗਲਾਂ ਨਾਲ ਤੁਰਕਾਂ ਨਾਲ ਲੜਿਆ, ਦਿੱਲੀ ਦੇ ਕਿਲੇ ਤੇ ਸਰਦਾਰ ਬਘੇਲ ਸਿੰਘ ਜੀ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਨੀ, ਦਿੱਲੀ ਜਿੱਤੀ ਨੀ, ਜਿੱਤ ਕੇ ਵਿਖਾਈ ਨਾ। ਮਹਾਰਾਜ ਕਹਿੰਦੇ ਖਾਲਸਾ ਇਸ ਤਰ੍ਹਾਂ ਵੀ ਰਾਜ ਕਰੇਗਾ, ਵੱਡੀਆਂ ਵੱਡੀਆਂ ਰਾਜਧਾਨੀਆਂ ਖੋਹ ਲਏਗਾ, ਮੁੱਠੀ ਭਰ ਸਿੰਘਾਂ ਨੂੰ ਲੈ ਕੇ ਦਿੱਲੀ ਦਾ ਤਖ਼ਤ ਮੱਲ ਲੈਣਾ ਕੋਈ ਖਾਲਾ ਜੀ ਦਾ ਵਾੜਾ ਸੀ? ਇਹ ਖਾਲਸੇ ਨੇ ਦਿੱਲੀ ਲੁੱਟੀ ਹੈ ਸਾਧ ਸੰਗਤ ਜੀ, ਹੋਰ ਨਹੀਂ ਅੱਜ ਤੱਕ ਕੋਈ ਲੁੱਟ ਸਕਿਆ। ਇਹ ਗੁਰੂ ਕਲਗੀਧਰ ਦੇ ਬਚਨ, ਉਹਨਾਂ ਦੀ ਕਿਰਪਾ, ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ ਭਗਤ ਹੋ ਕੇ ਕਮਾਈਆਂ ਕੀਤੀਆਂ, ਗੁਰੂ ਕੇ ਪੰਥ ਵਿੱਚ ਆ ਕੇ ਫਿਰ ਆਪਣੇ ਤਨ ਸਫਲੇ ਕੀਤੇ। ਬਿਨਾ ਜੁੱਧ ਕੁਛ ਚਾਹੇ ਨਾ ਆਂਦਾ, ਆਏ ਵੀਰ ਰਸ ਮੈਂ ਸਰਦਾਨਾ, ਵੀਰ ਰਸ ਵਿੱਚ ਆ ਕੇ ਤਿਆਰ ਬਰਤਿਆਰ ਹੋਏ, ਜੰਗ ਯੁੱਧ ਕੀਤੇ, ਬਿਨਾ ਜੁੱਧ ਕੁਛ ਚਾਹੇ ਨਾ ਆਂਦਾ। ਉਹਨਾਂ ਦੀ ਇੱਛਾ ਸੀ ਬਿਨਾ ਯੁੱਧ ਤੋਂ ਕੁਝ ਵੀ ਨਹੀਂ ਮੰਗਦੇ ਸਨ। 35 ਤੋਂ 40 ਸਿੰਘ ਹਜ਼ੂਰ ਸਾਹਿਬ ਤੋਂ ਇੱਕੋ ਵੇਰੀ ਆਏ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਕੋਲੇ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨਾਲ ਸੇਵਾ ਕਰਦੇ ਸਨ, ਕੁੜਤੀਆਂ ਪਾਈਆਂ ਹੋਈਆਂ ਸੀ, ਔਰ ਅੰਮ੍ਰਿਤਸਰ ਸਾਹਿਬ ਆਏ, ਕਹਿਣ ਲੱਗੇ ਅਸੀਂ ਸ਼ਹੀਦੀਆਂ ਦੇਣੀਆਂ, ਹੋਰ ਕੁਝ ਨਹੀਂ ਕਰਨਾ। ਆਏ ਉਹ ਸਾਰੇ ਸ਼ਹੀਦ ਹੋਏ 84 ਵਿੱਚ, ਉਹ ਐਵੇਂ ਥੋੜੋ ਰੂਹਾਂ ਆ ਗਈਆਂ, ਜਿੰਨਾ ਚਿਰ ਸਰੀਰ ਮਿਲਿਆ ਸੇਵਾ ਕੀਤੀ, ਟੋਕਰੀ ਢੋਈ ਹਜ਼ੂਰ ਸਾਹਿਬ ਕਲਗੀਆਂ ਵਾਲੇ ਦੇ ਚਰਨਾਂ, ਜਦੋਂ ਮੁਕਤ ਹੋਣਾ ਸੀ ਹਰਿਮੰਦਰ ਸਾਹਿਬ ਮਹਾਂਪੁਰਖਾਂ ਕੋਲੇ ਆ ਕੇ ਸ਼ਹੀਦੀ ਦੇ ਦਿੱਤੀ ਉਹਨਾਂ ਨੇ ਸਾਰਿਆਂ ਨੇ। ਭਗਤੀ ਤਪ ਤਪੱਸਿਆ ਕਰਕੇ ਵੀ ਮੁਕਤੀ ਨਹੀਂ ਮਿਲਦੀ, ਗੁਰੂ ਘਰ ਵਿੱਚ ਸ਼ਹੀਦੀ ਦੇ ਕੇ ਵੀ ਮੁਕਤੀ ਮਿਲ ਜਾਂਦੀ ਹੈ। ਇੰਨੀ ਕਿਰਪਾ ਮਹਾਰਾਜ ਨੇ ਖਾਲਸੇ ਤੇ ਕੀਤੀ ਹੈ, ਸ਼ਹੀਦ ਮੁਕਤ ਹੋ ਜਾਂਦਾ। ਜੇ ਸ਼ਹੀਦ ਦੀ ਇੱਛਾ ਹੋਵੇ ਫਿਰ ਮਹਾਰਾਜ ਉਹਦੇ ਫੁਰਨੇ ਪੂਰੇ ਕਰ ਦਿੰਦੇ ਆ, ਜਿਵੇਂ 40 ਮੁਕਤਿਆਂ ਦਾ ਜੋ ਫੁਰਨਾ ਸੀ, ਮੇਰਾ 10,000 ਉੱਤੇ ਰਾਜ ਹੋਏ, ਉਹਨਾਂ ਦਾ 10,000 ਤੇ ਰਾਜ ਹੋਇਆ, ਮੇਰਾ 20,000, 30,000, ਮੇਰਾ ਬਲਖ ਦਾ ਰਾਜਾ, ਮੇਰਾ ਬੁਖਾਰੇ ਦਾ ਰਾਜਾ, ਇਹ ਸਾਰੀਆਂ ਜਗੀਰਾਂ ਬਖਸ਼ੀਆਂ ਸੀ ਨਾ 40 ਮੁਕਤਿਆਂ ਨੂੰ ਕਲਗੀ ਵਾਲੇ ਸਤਿਗੁਰਾਂ ਨੇ ਸ੍ਰੀ ਮੁਕਤਸਰ ਸਾਹਿਬ, ਉਹ ਉਹਨਾਂ ਦੇ ਫੁਰਨੇ ਸਨ, ਇੱਛਾ ਸੀ ਉਹਨਾਂ ਸ਼ਹੀਦਾਂ ਦੀ, ਉਹ ਮਹਾਰਾਜ ਨੇ ਪੂਰੀ ਕੀਤੀ। ਸੋ ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਬਹੁਤਾ ਸਮਾਂ ਹੋ ਗਿਆ, ਮੈਂ ਤਾਂ 9:30 ਵਜੇ ਸਮਾਪਤੀ ਕਰਨੀ ਸੀ ਪਰ ਪ੍ਰਸੰਗ ਪੂਰਾ ਕਰਨ ਕੇ ਵੱਧ ਸਮਾਂ ਲੈ ਗਿਆ। ਹੁਣ ਥੋੜ੍ਹਾ ਸਮਾਂ ਸਤਿਕਾਰਯੋਗ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਹਰਦੀਪ ਸਿੰਘ ਜੀ ਬਚਨ ਸੁਣਨ ਵਾਲੇ ਆ, ਕੁਝ ਮਿੰਟ ਸਾਧ ਸੰਗਤ ਜੀ ਉੱਠਿਓ ਨਾ, ਇਕਾਗਰ ਚਿੱਤ ਬੈਠੇ ਰਹਿਓ, ਤੇ ਗਿਆਨੀ ਜੀ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ ਹੈ। ਸਾਰਿਆਂ ਨੇ ਲੰਗਰ ਜਲ ਪਾਣੀ ਛੱਕ ਕੇ ਜਾਣਾ, ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਇਹ ਅਸਥਾਨ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਥੇਬੰਦੀ ਦੀ ਸਾਧ ਸੰਗਤ ਜੀ ਬ੍ਰਾਂਚ ਹੈ, ਉਹਨਾਂ ਦਾ ਪੜਾਅ, ਔਰ ਬੁੱਢਾ ਦਲ ਜਥੇਬੰਦੀ ਦੇ ਜਥੇਦਾਰ ਸਤਿਕਾਰਯੋਗ ਸੰਤ ਬਾਬਾ ਬਲਵੀਰ ਸਿੰਘ ਜੀ,
ਉਹਨਾਂ ਦੇ ਮਤਹਿਤ ਸਾਰੇ ਸਿੰਘ ਸੇਵਾ ਕਰ ਰਹੇ ਹੈ। ਮੈਂ ਇਹਨਾਂ ਸਾਰੇ ਸਿੰਘਾਂ ਦਾ ਵੀ, ਜਥੇਦਾਰ ਸਾਹਿਬਾਨਾਂ ਦਾ ਵੀ ਰੋਮ ਰੋਮ ਕਰਕੇ ਧੰਨਵਾਦ ਕਰਦਾ, ਸਾਰੀ ਸੰਗਤ ਦਾ ਧੰਨਵਾਦ, ਸਰਪੰਚ ਭਾਈ ਸੁਖਵਿੰਦਰ ਸਿੰਘ ਜੀ ਦਾ ਵੀ ਧੰਨਵਾਦ, ਜਥੇਦਾਰ ਭਾਈ ਸੁਖਦੇਵ ਸਿੰਘ ਜੀ, ਜਥੇਦਾਰ ਭਾਈ ਚਮਕੌਰ ਸਿੰਘ ਜੀ, ਜਿਹਨਾਂ ਨਾਲ ਸਾਰਾ ਨਗਰ ਉਗਰਾਹੀ ਦੀ ਸੇਵਾ ਵਿੱਚ ਤੁਸੀਂ ਬਹੁਤ ਵੱਡਾ ਹਿੱਸਾ ਪਾਉਂਦੇ ਹੋ। ਤੁਹਾਡੀ ਸੇਵਾ ਸਾਧ ਸੰਗਤ ਜੀ, ਦੇਖੋ ਸ਼ਹੀਦਾਂ ਦੀ ਯਾਦਗਾਰ ਵਿੱਚ ਲੱਗੀ, ਨੌਵੇਂ ਪਾਤਸ਼ਾਹ ਜੀ ਦੇ ਅਸਥਾਨ 'ਤੇ ਕਿਣਕਾ ਕਿਣਕਾ ਤੁਹਾਡਾ ਦਾਣਾ ਦਾਣਾ ਬੇਅੰਤ ਸੰਗਤਾਂ ਦੀ ਸੇਵਾ ਵਿੱਚ ਲੱਗ ਰਿਹਾ। ਸੋ ਜਿੰਨੀ ਸੇਵਾ ਵੱਧ ਤੋਂ ਵੱਧ ਕਰ ਸਕਦੇ ਹੋ ਸੇਵਾ ਵਿੱਚ ਵੀ ਆਪਣਾ ਹਿੱਸਾ ਪਾਇਆ ਕਰੋ। 6 ਜੂਨ ਨੂੰ ਸਾਰੇ ਨਗਰ ਦੀ ਸੰਗਤ ਨੇ ਹੁੰਮ ਹਮਾ ਕੇ ਮਹਿਤੇ ਵਿਖੇ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ ਸ਼ਹੀਦੀ ਸਮਾਗਮ ਵਿੱਚ ਵੀ ਦਰਸ਼ਨ ਦੇਣੇ ਆ, ਬੇਨਤੀਆਂ ਪ੍ਰਵਾਨ ਕਰਨੀਆਂ। ਜਥੇਦਾਰ ਬਾਬਾ ਜੱਜ ਸਿੰਘ ਜੀ ਗੁਰਦੁਆਰਾ ਭਾਈ ਫੱਤੂ ਸੰਮੂ ਦੀ ਟਾਹਲੀਆਂ ਜਲਾਲਾਬਾਦ ਤੋਂ ਆਏ ਹੈ, ਗਿਆਨੀ ਬਚਨ ਸਿੰਘ ਜੀ ਮੱਲਣ ਤੋਂ ਆਏ ਹੈ, ਭਾਈ ਭੋਲਾ ਸਿੰਘ ਜੀ ਉਹਨਾਂ ਦੇ ਨਾਲ, ਬੇਅੰਤ ਸਿੰਘ ਬੁੱਢੀ ਮਾਲ ਤੋਂ ਆਏ ਹੈ, ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਸਿਰੋਂ ਪਾਉ ਮੈਨੂੰ ਗੁਪਤ ਰੂਪ ਵਿੱਚ ਹੀ ਦੇ ਦਿਓ, ਜਕਾਰਾ ਵੀ ਨਾ ਛੱਡਿਓ, ਉੱਠਿਓ ਵੀ ਨਾ ਕੋਈ, ਕਿਉਂਕਿ ਫਿਰ ਇਕਾਗਰਤਾ ਸਾਧ ਸਿੰਘ ਦੀ ਭੰਗ ਹੋ ਜਾਂਦੀ ਹੈ। ਇਸ ਲਈ ਗਿਆਨੀ ਜੀ ਨੇ ਕੁਝ ਮਿੰਟ ਤੁਹਾਡੇ ਦਰਸ਼ਨ ਕਰਨੇ ਆ, ਬਹੁਤਾ ਸਮਾਂ ਨਹੀਂ ਲੈਣਾ, ਉਹਨਾਂ ਤੋਂ ਬਹੁਤ ਵਿਦਵਤਾ ਭਰਪੂਰ ਬਚਨ ਤੁਸੀਂ ਸੁਣਨੇ ਆ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰੋ, ਕਬਰ ਵਾਲੇ ਤੋਂ ਭਾਈ ਗੁਰਮੀਤ ਸਿੰਘ ਜੀ ਪਹੁੰਚੇ, ਸਭ ਦਾ ਹੀ ਭਾਈ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਇੱਕ ਜ਼ਰੂਰੀ ਬੇਨਤੀ ਹੈ ਕਿ ਦਮਦਮੀ ਟਕਸਾਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਸਾਧ ਸੰਗਤ ਜੀ, ਜਿਹਨਾਂ ਬੱਚਿਆਂ ਨੇ 12 ਜਮਾਤਾਂ ਕੀਤੀਆਂ ਹੋਈਆਂ ਹੋਣ, ਪਲੱਸ ਟੂ ਕੀਤੀ ਹੋਈ ਹੋਵੇ, ਪਲੱਸ ਟੂ ਕੀਤੀ ਹੋਈ ਹੋਵੇ, ਉਹਨਾਂ ਲਈ ਇੱਕ ਵਿਸ਼ੇਸ਼ ਪ੍ਰਬੰਧ ਜਥੇਬੰਦੀ ਨੇ ਕੀਤਾ ਮਿੱਥੇ, ਉਹਨਾਂ ਦੀ MA BA ਵੀ ਫ੍ਰੀ ਕਰਾਈ ਜਾਣੀ ਹੈ, ਕੋਈ ਖਰਚ ਨਹੀਂ ਲੱਗਣਾ, ਵਸਤਰਾਂ ਤੋਂ ਲੈ ਕੇ ਜਿੰਨੀਆਂ ਵੀ ਲੋੜਾਂ ਪੜ੍ਹਾਈ ਦਾ ਖਰਚ, ਇੱਕ ਇੱਕ ਸਿੰਘ ਦਾ 70,000 ਤੋਂ ਉੱਤੇ ਸਾਲ ਦਾ ਖਰਚਾ ਆ ਰਿਹਾ। 80 ਸਿੰਘ ਪੜ੍ਹ ਰਹੇ ਆ ਉਸ ਕਾਲਜ ਵਿੱਚ ਜਥੇਬੰਦੀ ਦੇ ਅੰਦਰ ਹੈੱਡਕੁਆਟਰ 'ਤੇ, ਉਹਨਾਂ ਨੇ MA BA ਵੀ ਕਰਨੀ ਹੈ, ਨਾਲ ਨਾਲ ਕੌਮ ਦੇ ਵਿਦਵਾਨ ਵੀ ਬਣਨਾ, ਕਥਾ ਵਾਚਕ ਪ੍ਰਚਾਰਕ ਵੀ ਬਣਨਾ। ਸੋ ਭਾਈ ਆਪਣੇ ਬੱਚਿਆਂ ਨੂੰ ਉਸ ਕਾਲਜ ਵਿੱਚ ਜ਼ਰੂਰ ਦਾਖਲਾ ਦਵਾਓ ਤਾਂ ਕਿ ਤੁਹਾਡੇ ਬੱਚੇ ਕੌਮ ਦੇ ਪ੍ਰਚਾਰਕ ਬਣ ਕੇ ਦੁਨੀਆ ਵਿੱਚ, ਦੇਸ਼ ਵਿਦੇਸ਼ ਵਿੱਚ ਕੌਮ ਦੀ ਸੇਵਾ ਕਰਨ। ਇਹ ਜ਼ਰੂਰ ਬੇਨਤੀ ਤੁਸੀਂ ਪ੍ਰਵਾਨ ਕਰਨੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।